ਤੁਹਾਡੀ ਹਮੇਸ਼ਾ ਇਹ ਪਛਾਣ ਰਹੀ ਹੈ ਕਿ ਤੁਸੀਂ ਬਹੁਤ ਸਾਰੇ ਨਵੇਂ ਆਰਟਿਸਟਾਂ ਨੂੰ ਲਾਂਚ ਕੀਤਾ, ਤਾਂ ਤੁਹਾਨੂੰ ਨਹੀਂ ਕਦੇ ਇਹ ਲੱਗਿਆ ਕਿ ਮੇਰੇ ਲਈ ਵੀ ਰਿਸਕੀ ਹੋ ਸਕਦਾ, ਜਾਂ ਮੈਨੂੰ ਇਹਨਾਂ 'ਤੇ ਜ਼ਿਆਦਾ ਹੀ ਇਨਵੈਸਟਮੈਂਟ ਕਰਨੀ ਪਊਗੀ, ਮਿਹਨਤ ਦੇ ਪੱਖੋਂ ਵੀ ਅਤੇ ਪੈਸੇ ਪੱਖੋਂ ਵੀ? ਜੇ ਆਹ ਚੀਜ਼ਾਂ ਕਰਾਂਗੇ ਤਾਂ ਇਹ ਤੋਂ ਵੱਧ ਪੈਸੇ ਬਣਾ ਲਾਂਗੇ, ਅਤੇ ਮੈਨੂੰ ਹੁੰਦਾ ਵੀ ਵੱਧ ਪੈਸੇ ਬਣਾ ਕੇ ਕਰਨੇ ਕੀ ਨੇ, ਰੋਜ਼ ਲਈ ਚਾਹੀਦੇ ਹੁੰਦੇ ਨੇ, ਉਨੇ ਬਣ ਹੀ ਜਾਂਦੇ ਨੇ। ਤਾਂ ਜਦੋਂ ਨਵੇਂ ਆਰਟਿਸਟ ਨਾਲ ਬਣਾਉਂਦੇ ਹੁੰਦੇ ਹਾਂ ਤਾਂ ਉਦੋਂ ਪਤਾ ਹੁੰਦਾ ਵੀ ਇਹ ਅਸੀਂ ਸਿਰ ਤੋਂ ਪੈਰਾਂ ਤੱਕ ਸਾਰੀਆਂ ਚੀਜ਼ਾਂ ਆਪਣੇ ਹੱਥਾਂ ਨਾਲ ਕੀਤੀਆਂ ਨੇ, ਅਤੇ ਜਦੋਂ ਉਹ ਚੀਜ਼ ਚੱਲਦੀ ਆ ਅਤੇ ਉਹਦੀ ਖੁਸ਼ੀ ਤਾਂ ਮਿਲਦੀ ਹੋਈ ਆ। ਚਾਅ ਜਿਹਾ ਚੜਿਆ ਰਹਿੰਦਾ ਨਵੇਂ ਗਾਣੇ ਬਣਾਉਣ ਦਾ, ਭਾਵੇਂ ਉਹਨਾਂ ਨੂੰ ਫਿਰ ਉਹਨਾਂ ਦੇ ਵੀਡੀਓ ਬਣਾਉਣ ਦਾ ਅਤੇ ਫਿਰ ਉਹਨਾਂ ਨੂੰ ਰਿਲੀਜ਼ ਕਰਨ ਦਾ। ਇਸੇ ਕਰਕੇ ਜਿਵੇਂ ਤੁਹਾਨੂੰ ਤਾਂ ਪਤਾ ਹੀ ਆ, ਬਾਕੀ ਸਾਰਿਆਂ ਨੂੰ ਵੀ ਸ਼ਾਇਦ ਆਪਾਂ ਦੱਸ ਦਈਏ ਕਿ ਆਪਾਂ ਸਾਰੀਆਂ ਚੀਜ਼ਾਂ ਸਿਰ ਤੋਂ ਪੈਰਾਂ ਤੱਕ ਆਪੇ ਹੀ ਕਰਦੇ ਹਾਂ। ਪਰ ਇਹ ਤੁਸੀਂ ਆਪਣਾ ਸੋਸ਼ਲ ਮੀਡੀਆ ਪੇਜ ਕੀ ਸੋਚ ਕੇ ਸ਼ੁਰੂ ਕੀਤਾ ਸੀਗਾ ਜੀ? ਮਾਡਲਿੰਗ ਵਗੈਰਾ ਨਹੀਂ ਸੀ ਮੈਂ ਕਰਨੀ, ਉਹਦੇ ਆਫਰਸ ਵੀ ਆਏ ਸੀਗੇ ਜਿੱਦਾਂ, ਅਤੇ ਬਟ ਮੈਨੂੰ ਉਹ ਪਸੰਦ ਨਹੀਂ ਸੀਗਾ, ਅਤੇ ਜਿੱਦਾਂ ਐਕਟਿੰਗ ਜਾਂ ਸਿੰਗਿੰਗ ਦੇ ਵਿੱਚ ਹੀ ਸੀਗਾ ਮੈਨੂੰ ਕਿ ਮੈਂ ਇੱਧਰ ਹੀ ਜਾਵਾਂ। ਇੰਡਸਟਰੀ ਦੇ ਵਿੱਚ ਪ੍ਰੋਡਿਊਸਰ ਕਿਹੜੀ ਚੀਜ਼ ਦੇ ਉੱਪਰ ਪੈਸਾ ਲਾ ਰਿਹਾ, ਟੈਲੈਂਟ 'ਤੇ, ਜਾਂ ਬੰਦਾ ਲੁੱਕ ਵਾਈਜ਼ ਸੋਹਣਾ ਆ, ਦਿਖਣ ਨੂੰ ਸੋਹਣਾ ਆ, ਉਸ ਚੀਜ਼ 'ਤੇ ਪੈਸਾ ਲੱਗ ਰਿਹਾ ਬੇਸਿਕਲੀ? ਪਰੀ ਉਹਨਾਂ ਨੂੰ ਤੁਸੀਂ ਕਿਉਂ ਚੁਣਿਆ ਸੀਗਾ? ਵਿੱਚ ਕੋਈ ਕਿਸੇ ਹੋਰ ਆਰਟਿਸਟ ਦੀ ਕੋਈ ਉੱਦਾਂ ਦੀ ਗੱਲ ਹੋਈ ਅਤੇ ਮੈਨੂੰ ਲੱਗਿਆ ਵੀ ਨਹੀਂ ਆਪਾਂ ਨੂੰ ਆਪਣੇ ਆਰਟਿਸਟ ਜਿਹੜੇ ਨੇ ਉਹ ਲਾਂਚ ਕਰਨੇ ਚਾਹੀਦੇ ਨੇ। ਮੈਂ ਪਰੀ ਨੂੰ ਕਿਹਾ ਅਤੇ ਪ੍ਰੀਤ ਨੂੰ ਕਿਹਾ, ਚੇਤ ਨੂੰ ਕਿਹਾ, ਮੈਂ ਸਟੂਡੀਓ ਚਲੋ ਆਪਾਂ ਗਾਣਾ ਬਣਾਉਣਾ, ਮੈਂ ਅੱਜ ਹੀ ਬਣਾ ਕੇ ਅੱਜ ਹੀ ਲਿਖ ਕੇ ਅਤੇ ਕੱਲ੍ਹ ਨੂੰ ਵੀਡੀਓ ਸ਼ੂਟ ਕਰਕੇ ਆਪਾਂ ਪਰਸੋਂ ਨੂੰ ਕੱਢਣਾ, ਅਤੇ ਉਹ ਵੀ ਮੈਂ ਨਾਲ ਨਾਲ ਹੀ ਲਿਖ ਕੇ ਦਿੱਤਾ ਅਤੇ ਪਰੀ ਨੇ ਮਿੰਟ 'ਚ ਹੀ ਗਾਤਾ ਨਾਲ ਨਾਲ ਹੀ। ਭਾਅ ਜੀ, ਬਹੁਤ ਸਾਰੀਆਂ ਚੀਜ਼ਾਂ ਤੁਸੀਂ ਮਨ੍ਹਾ ਵੀ ਕਰ ਰਹੇ ਹੋ, ਇਹ ਕਿਉਂ? ਕਿਉਂਕਿ ਕਈ ਵਾਰੀ ਆਰਟਿਸਟ ਬਾਅਦ 'ਚੋਂ ਇਹ ਵੀ ਕਹਿ ਦਿੰਦਾ ਕਿ ਮੈਨੂੰ ਬਹੁਤ ਔਫਰ ਆਉਂਦੇ ਸੀਗੇ, ਮੇਰੇ ਪ੍ਰੋਡਿਊਸਰ ਨੇ ਮੇਰਾ ਫਿਊਚਰ ਨਹੀਂ ਬਣਨ ਦਿੱਤਾ। ਹੁਣ ਜਿਵੇਂ ਅਜੇ ਤਿਆਰੀ ਕਰ ਰਹੀ ਹੈ ਪਰੀ ਸਾਰੀਆਂ ਚੀਜ਼ਾਂ ਦੀ, ਤਾਂ ਮੈਨੂੰ ਸੀਗਾ ਵੀ ਉਹ ਤਿਆਰੀ ਹੋਵੇ ਇਹਦੀ ਸਾਰੀਆਂ ਚੀਜ਼ਾਂ ਲਈ, ਜੇ ਸ਼ੋਜ਼ ਵੀ ਕਰਨ ਜਾਣੇ ਨੇ, ਜੇ ਜਿਹੜੇ ਦਿਨ ਇਹਨੇ ਸਟੇਜ 'ਤੇ ਜਾਣਾ ਤਾਂ ਇਹਦੀ ਪ੍ਰੋਪਰ ਤਿਆਰੀ ਹੋਵੇ। ਸਿਰਫ ਸੋਸ਼ਲ ਮੀਡੀਆ ਫੋਲੋਅਰਸ ਹੀ ਕਾਫੀ ਹੁੰਦੇ ਨੇ ਤੁਹਾਨੂੰ ਅੱਗੇ ਲੈ ਕੇ ਜਾਣ 'ਚ, ਜਾਂ ਹੋਰ ਕਿਹੜੀਆਂ ਚੀਜ਼ਾਂ ਦੀ ਐਫਰਟ ਹੁੰਦੀ ਆ ਉਹਦੇ ਪਿੱਛੇ? ਕਿਸੇ ਆਰਟਿਸਟ ਦੇ ਪਿਛਲੇ 3-4 ਗਾਣੇ ਵਧੀਆ ਨਹੀਂ ਗਏ, ਜਾਂ ਉਹਨਾਂ ਦਾ ਥੋੜ੍ਹਾ ਜਿਹਾ ਕੰਮ ਇਸ ਟਾਈਮ ਠੰਡਾ ਨਹੀਂ ਆਪਾਂ ਕਹਿ ਸਕਦੇ ਵੀ ਠੀਕ ਠਾਕ ਚੱਲ ਰਿਹਾ ਵਾ, ਅਤੇ ਉਹ ਕਹਿ ਦਿੰਦੇ ਨੇ ਵੀ ਹੁਣ ਇੱਕ ਗਾਣਾ ਬੰਟੀ ਬੈਂਸੂਰਾ ਨਾਲ ਕੀਤਾ ਜਾਵੇ। ਜਿਵੇਂ ਅਸੀਂ ਘਰੇ ਸਾਡੀਆਂ ਬੁੜੀਆਂ ਤੋਂ ਦਾਲ ਸਬਜ਼ੀ ਜ਼ਰੂਰੀ ਨਹੀਂ ਵੀ ਰੋਜ਼ ਹੀ ਵਧੀਆ ਬਣਦੀ ਹੈ, ਸਹੀ ਹੈ। ਕਿਸੇ ਦਿਨ ਅਸੀਂ ਕਹਿ ਵੀ ਦਿੰਦੇ ਹਾਂ ਵੀ ਅੱਜ ਸਬਜ਼ੀ ਚਾਹ ਚੀਜ਼ ਘੱਟ ਸੀ ਜਾਂ ਵੱਧ ਸੀ, ਅੱਜ ਸਵਾਦ ਨਹੀਂ ਬਣੀ। ਤੁਹਾਨੂੰ ਬੜਾ ਚਿਰ ਹੋ ਗਿਆ ਲਿਖਦਿਆਂ ਨੂੰ, ਤਾਂ ਤੁਹਾਨੂੰ ਕਦੇ ਇਨਸਕਿਉਰਿਟੀ ਫੀਲ ਹੋਈ ਕਿ ਮੈਨੂੰ ਕੋਈ ਰਿਪਲੇਸ ਨਾ ਕਰ ਦੇਵੇ? ਹੁਣ ਜੇ ਮੈਂ ਕਹੀ ਜਾਵਾਂ ਜਾਂ ਕੋਈ ਆਰਟਿਸਟ ਕਹੀ ਜਾਵੇ, ਐਵੇਂ ਜਾਣ ਬੁੱਝ ਕੇ ਕਹੀ ਜਾਈਏ ਅਸੀਂ, ਮੈਂ ਕਹੀ ਜਾਵਾਂ ਯਾਰ ਉਹਨੂੰ ਤਾਂ ਲਿਖਣਾ ਤਾਂ ਆਉਂਦਾ ਨਹੀਂ ਜਾਂ ਉਹਨੂੰ ਬਣਾਉਣਾ ਤਾਂ ਆਉਂਦਾ ਨਹੀਂ, ਉਹ ਤਾਂ ਐਵੇਂ ਹੀ ਹੈ ਇੱਕ ਨੰਬਰ 'ਤੇ, ਐਵੇਂ ਕੋਈ ਵੀ ਨਹੀਂ ਹੁੰਦਾ। ਮੁੰਡਿਆਂ 'ਚ ਮੈਨੂੰ ਲੱਗਦਾ ਇਹ ਘੱਟ ਹੁੰਦੀ ਹੈ ਇਨਸਕਿਉਰਿਟੀ, ਕੁੜੀਆਂ ਸ਼ਾਇਦ ਜਾਂ ਤਾਂ ਘੱਟ ਨੇ, ਤਾਂ ਕਰਕੇ ਥੋੜ੍ਹਾ ਥੋੜ੍ਹਾ ਤਾਂ ਹੁੰਦਾ ਹੀ ਆ, ਮੈਂ ਮਾੜੇ ਗਾਣੇ ਕਰਦੇ ਨੇ ਤਾਂ ਚੱਲਦੇ ਨਹੀਂ, ਤਾਂ ਉਹਨਾਂ ਨੂੰ ਵਹਿਮ ਹੋ ਜਾਂਦਾ ਵੀ ਸ਼ਾਇਦ ਅਸੀਂ ਅਲੱਗ ਹੋ ਕੇ ਆਏ ਹਾਂ ਕਿ ਬੰਟੀ ਭਾਅ ਜੀ ਸਾਡੇ ਗਾਣੇ ਚੱਲਣ ਨਹੀਂ ਦੇ ਰਹੇ। 30-32 ਲੱਖ ਰੁਪਈਏ ਦਾ ਵੀਡੀਓ ਬਣਿਆ ਸੀਗਾ ਸਾਡਾ ਸਾਰਾ ਪ੍ਰੋਡਕਸ਼ਨ 3-4 ਦਿਨਾਂ ਦਾ, ਅਤੇ 15-20 ਲੱਖ ਦੀ ਉਹਦੀ ਮਾਰਕੀਟਿੰਗ ਸੀਗੀ, ਅਤੇ ਵੀ 50-60 ਲੱਖ ਰੁਪਈਆ ਲਾ ਕੇ ਮੈਂ ਆਪਣਾ ਗਾਣਾ ਥੋੜ੍ਹੀ ਫਲੋਪ ਕਰੂੰਗਾ, ਜੇ ਮੈਨੂੰ ਕਿਸੇ ਦਾ ਰੋਕਣਾ ਆਉਂਦਾ ਹੋਵੇ ਫਿਰ ਤਾਂ ਮੈਂ ਚਲਾ ਵੀ ਲਊਂਗਾ, ਉਹ ਸਾਡਾ ਗਾਣਾ ਚੱਲੇ ਨਹੀਂ, ਉਹਦਾ ਰੈਵੀਨਿਊ ਬਣਿਆ 50-60 ਲੱਖ ਰੁਪਈਆ ਲਾ ਕੇ, ਸਾਡੇ 2-2.5 ਲੱਖ ਰੁਪਈਆ। ਵੀ ਸੋਸ਼ਲ ਵੇਖ ਰਹੇ ਹੋ ਤੁਸੀਂ, ਮੈਂ ਗੁਰਦੀਪ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ, ਉਮੀਦ ਹੈ ਕਿ ਤੁਸੀਂ ਠੀਕ ਠਾਕ ਹੋਵੋਗੇ। ਅੱਜ ਦੀ ਇਸ ਖਾਸ ਇੰਟਰਵਿਊ ਦੇ ਵਿੱਚ ਸਾਡੇ ਕੋਲ 2 ਮਹਿਮਾਨ ਨੇ, ਇੱਕ ਉਹ ਨੇ ਜਿਹੜੇ ਗੀਤ ਲਿਖਦੇ ਨੇ ਅਤੇ ਇੱਕ ਉਹ ਨੇ ਜਿਹੜੇ ਗੀਤ ਗਾਉਂਦੇ ਨੇ। ਸਾਡੇ ਨਾਲ ਬੰਟੀ ਬੈਂਸੂਰੀ ਹੋਣਗੇ ਅਤੇ ਉਹਨਾਂ ਦੇ ਐਕਸਕਲੂਸਿਵ ਆਰਟਿਸਟ ਪਰੀ ਪੰਧੇਰ ਸਾਡੇ ਨਾਲ ਨੇ, ਉਹਨਾਂ ਨੂੰ ਅਸੀਂ ਜੀ ਆਏ ਕਹਿੰਦੇ ਹਾਂ, ਅਤੇ ਕੁਝ ਉਹਨਾਂ ਦੇ ਦਿਲ ਦੀਆਂ ਗੱਲਾਂ ਅਤੇ ਕੁਝ ਅਸੀਂ ਆਪਣੇ ਦਿਲ ਦੀਆਂ ਗੱਲਾਂ ਉਹਨਾਂ ਦੇ ਨਾਲ ਅੱਜ ਕਰਾਂਗੇ। ਸੋ ਜੀ ਆਏ ਕਹਿੰਦੇ ਉਹਨਾਂ ਨੂੰ। ਸਤਿ ਸ਼੍ਰੀ ਅਕਾਲ ਭਾਅ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਅ ਜੀ। ਸਤਿ ਸ਼੍ਰੀ ਅਕਾਲ ਮੈਮ। ਤੁਹਾਡਾ ਪਹਿਲੀ ਵਾਰ ਅਤੇ ਭਾਅ ਜੀ ਤੁਹਾਡਾ 3ਜੀ 4ਵੀਂ ਵਾਰ ਸਵਾਗਤ ਹੈ ਵੀ ਸੋਸ਼ਲ 'ਤੇ। ਥੈਂਕ ਯੂ। ਆਪਣਾ ਤਾਂ ਅਸੀਂ ਇਕੱਠੇ ਹੀ ਹੁੰਦੇ ਹਾਂ ਵੈਸੇ ਸਾਰਾ ਦਿਨ, ਕਈਆਂ ਨੂੰ ਪਤਾ ਹੋਊਗਾ ਕਈਆਂ ਨੂੰ ਨਹੀਂ ਪਤਾ ਹੋਊ, ਗੁਰਦੀਪ ਹੋਣੀ ਇੱਥੇ ਹੁੰਦੇ ਨੇ ਅਤੇ ਅਸੀਂ ਬੈਂਡ ਵਿੱਚ ਨਾਲ ਦੂਜੇ ਪਾਸੇ ਅਸੀਂ ਹੁੰਦੇ ਹਾਂ ਸਾਰੇ ਜਾਣੇ। ਸੋ ਅੱਜ ਇੰਟਰਵਿਊ ਕਰ ਰਹੇ ਸੀ ਗੁਰਦੀਪ ਹੋਣੀ, ਇੱਕ ਹੋਰ ਆਰਟਿਸਟ ਦਾ ਇੰਟਰਵਿਊ ਸੀ ਅਤੇ ਸਾਨੂੰ ਮਾਹੌਲ ਵਧੀਆ ਲੱਗਿਆ ਸੀਗਾ, ਸਾਡਾ ਇੰਟਰਵਿਊ ਵੀ ਕਰ ਲਓ ਪਲੀਜ਼, ਅਸੀਂ ਤਰਲਾ ਕੀਤਾ ਅਤੇ ਤਰਲਾ ਇਹਨਾਂ ਨੇ ਮੰਨ ਲਿਆ। ਮੈਨੂੰ ਵੀ ਥੋੜ੍ਹਾ ਲਾਲਚ ਹੋ ਗਿਆ ਭਾਅ ਜੀ, ਮੈਂ ਅੱਜ ਵਾਲ ਕਟਾਏ ਸੀ, ਮੈਂ ਕਿਹਾ ਚਲੋ 500 ਰੁਪਏ
ਇੱਕ ਸ਼ਰਟ ਮੈਨੂੰ ਮਿਲ ਗਈ ਅੱਜ ਹਰਮਨ ਤੋਂ ਵਧੀਆ ਪਾਉਣ ਨੂੰ ਤੇ ਵਧੀਆ ਲੱਗਿਆ। ਪਰੀ ਨੇ ਵੀ ਇਦਾਂ ਦਾ ਪਾਇਆ ਹੋਇਆ ਕੁਛ। ਹਾਂਜੀ ਤੇ ਸਾਡੀ ਮੈਚਿੰਗ ਵੀ ਸੇਮ ਹੋ ਗਿਆ ਸਾਰਿਆਂ ਦਾ। ਅਸੀਂ ਸੋਚਿਆ ਇੰਟਰਵਿਊ ਕਰ ਲੈਂਦੇ ਹਾਂ, ਗੱਲਾਂ ਬਾਤਾਂ ਕਰ ਲੈਂਦੇ ਹਾਂ। ਨਾਲੇ ਗਾਣੇ ਆਏ ਨੇ ਸਾਡੇ, ਪਰੀ ਦਾ ਗਾਣਾ ਹੋਇਆ ਦਿਲ ਤੇ, ਤੇ ਇੱਕ ਥੋੜ੍ਹੇ ਦਿਨ ਪਹਿਲਾਂ ਗਾਣਾ ਆਇਆ ਗਲੀ ਤੇਰੀ ਸੀ, ਜਿਹਦੇ 'ਚ ਐਕਟਿੰਗ ਕੀਤੀ ਹੈ ਥੋੜ੍ਹੀ ਜਿਹੀ ਪਰੀ ਨੇ। ਕਿਵੇਂ ਲੱਗੀ ਮੈਮ ਤੁਹਾਨੂੰ ਐਕਟਿੰਗ? ਬਹੁਤ ਸੋਹਣੀ ਸੀਗੀ। ਪਰ ਮੁੰਡਾ ਮਾਰਨਾ ਨਹੀਂ ਸੀ ਤੁਸੀਂ? ਮੈਂ ਜੋਸ਼ ਨੂੰ ਮਿਲੇ, ਮੈਂ ਕਿਹਾ ਵਧਾਈਆਂ ਤਾਂ ਹੈਗੀਆਂ ਤੈਨੂੰ ਗਾਣੇ ਦੀਆਂ, ਪਰ ਤੇਰੇ ਤਾਂ ਇਹਨਾਂ ਨੇ ਕੋਈ ਬਾਹਲੀ ਵਧੀਆ ਨਹੀਂ ਕੀਤੀ। ਮੈਂ ਕਿਹਾ ਤੈਨੂੰ ਟੈਲੈਂਟ ਦਿਖਾਉਣ ਦਾ ਮੌਕਾ ਹੀ ਨਹੀਂ ਦਿੱਤਾ। ਉਹਨੂੰ ਗੈਸਟ ਅਪੀਰੀਅੰਸ ਇਸੇ ਕਰਕੇ ਲਿਖਿਆ ਸੀ ਪਹਿਲਾਂ, ਉਹ ਜੋਸ਼ ਵਾਲਾ ਪਾਰਟ ਸ਼ੂਟ ਨਹੀਂ ਕਰਿਆ ਸੀ ਪਹਿਲਾਂ, ਪਰੀ ਵਾਲਾ ਕੀਤਾ ਸੀ। ਅਤੇ ਉਹਦੇ 'ਚ ਆਪਾਂ ਸੋਚਿਆ ਸੀ ਵੀ ਸ਼ਾਇਦ ਮੁੰਡਾ ਸ਼ਾਇਦ ਹੀ ਰੱਖੀਏ, ਜੇ ਰੱਖਿਆ ਵੀ ਤਾਂ ਥੋੜ੍ਹਾ ਜਿਹਾ ਪਿੱਛੋਂ ਪਿੱਠੀ ਵਿਖਾਵਾਂਗੇ, ਅਤੇ ਉਹਦਾ ਕੋਈ ਕੋਨਸੈਪਟ ਹੋਰ ਸੀ। ਫਿਰ ਆ ਕੇ ਜਦੋਂ ਬਾਹਰ ਵਾਲਾ ਜਿਹੜਾ ਪਰੀ ਵਾਲਾ ਪਾਰਟ ਸੀਗਾ ਉਹ ਸ਼ੂਟ ਕਰਨ ਤੋਂ ਬਾਅਦ, ਫਿਰ ਜਦੋਂ ਸਲਾਹ ਕੀਤੀ ਅਤੇ ਸੋਚਿਆ ਜੋਸ਼ ਨੂੰ ਥੋੜ੍ਹਾ ਜਿਹਾ ਦਿਖਾ ਦਿੰਦੇ ਹਾਂ, ਦੋ ਸੀਕੁਐਂਸ ਪਾ ਦਿੰਦੇ ਹਾਂ, ਇੱਕ ਕਲਾਈਮੈਕਸ ਅਤੇ ਇੱਕ ਫਲੈਸ਼ਬੈਕ 'ਚ। ਪਰ ਉਹ ਥੋੜ੍ਹਾ ਜਿਹਾ ਠੀਕ ਵੱਧ ਸ਼ੂਟ ਕਰ ਲਿਆ ਅਤੇ ਵਿੱਚ ਪਾ ਤਾ, ਪਰ ਜੋਸ਼ ਦੀ ਜਿਹੜੀ ਇੰਟਰੋ ਆ ਜਾਂ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਵੀ ਜਦੋਂ ਜੋਸ਼ ਦੀ ਜਿਹੜੀ ਐਂਟਰੀ ਮਰਵਾਉਣੀ ਆ ਉਹ ਉਹਦੇ ਪ੍ਰੋਜੈਕਟ 'ਚ ਹੀ ਦਿਖਾਉਣਾ ਵੀ ਉਹ ਕਿਵੇਂ ਦਾ ਦਿਸਦਾ ਜਾਂ ਕਿਵੇਂ ਦਾ ਐਕਟ ਕਰੂਗਾ ਜਾਂ ਕਿਵੇਂ ਦਾ ਪਰਫੋਰਮ ਕਰੂਗਾ, ਤਾਂ ਮੈਨੂੰ ਸੀਗਾ ਵੀ ਉਹ ਉਹਦੇ ਗਾਣੇ 'ਚ ਹੀ ਲੋਕਾਂ ਨੂੰ ਦਿਸੇ। ਜੋਸ਼ ਬਰਾੜ ਹੋਰਾਂ ਦੀ ਅਸੀਂ ਗੱਲ ਕਰ ਰਹੇ ਹਾਂ, ਰਾਜ ਬਰਾੜ ਸਾਹਿਬ ਹੋਰਾਂ ਦੇ ਬੇਟੇ ਨੇ, ਅਤੇ ਜਿਨ੍ਹਾਂ ਨੇ ਗਾਣਾ ਅਫਸਾਨਾ ਹੋਰਾਂ ਦਾ ਸੁਣਿਆ ਗਲੀ ਤੇਰੀ ਸੀ, ਪਰੀ ਉਹਨਾਂ ਨੇ ਫੀਚਰਿੰਗ ਕੀਤੀ ਉਹਦੇ ਵਿੱਚ, ਅਤੇ ਉਹਦੇ ਵਿੱਚ ਸਪੈਸ਼ਲ ਜਾਂ ਗੈਸਟ ਅਪੀਅਰੈਂਸ ਤੁਸੀਂ ਕਹਿ ਲਓ ਜੋਸ਼ ਬਰਾੜ ਹੋਰਾਂ ਦੀ ਆ, ਉਹ ਗਾਣਾ ਤੁਸੀਂ ਦੇਖ ਸਕਦੇ ਹੋ ਜੇ ਤੁਸੀਂ ਨਹੀਂ ਦੇਖਿਆ। ਪਰੀ ਹੋਰਾਂ ਦੀ ਸ਼ੁਰੂਆਤ ਹੋਈ ਸੀ ਸ਼ੀਸ਼ੇ ਗਾਣੇ ਦੇ ਨਾਲ, ਉਸ ਤੋਂ ਬਾਅਦ ਹਾਨਣੇ ਆਇਆ, ਅਤੇ ਉਸ ਤੋਂ ਬਾਅਦ ਦਿਲ 'ਤੇ ਆਇਆ, ਹੈ ਨਾ, ਅਤੇ ਉਸ ਤੋਂ ਬਾਅਦ ਫਿਰ ਤੁਹਾਡਾ ਅਫਸਾਨਾ ਵਾਲਾ ਗਾਣਾ ਆਇਆ। ਸੋ ਪਰੀ ਕਿਵੇਂ ਲੱਗੇ ਤੁਹਾਨੂੰ ਇਹ ਚਾਰ ਗਾਣੇ, ਅਤੇ ਥੋੜ੍ਹੇ ਜਿਹੇ ਮਹੀਨੇ ਹੋਇਆ ਤੁਹਾਨੂੰ ਹਲੇ ਇੰਡਸਟਰੀ 'ਚ ਆਇਆ ਨੂੰ, ਸੋ ਕਿਵੇਂ ਲੱਗਿਆ ਤੁਹਾਨੂੰ? ਵਧੀਆ ਲੱਗਿਆ ਮੈਮ, ਬਹੁਤ ਵਧੀਆ। ਪਹਿਲਾਂ ਮਤਲਬ ਮੈਨੂੰ ਐਵੇਂ ਸੀਗਾ ਕਿ ਪਹਿਲਾਂ ਜਦੋਂ ਮੈਂ ਨਹੀਂ ਸੀ ਆਈ ਇੰਡਸਟਰੀ ਦੇ ਵਿੱਚ, ਮੈਨੂੰ ਸੀਗਾ, ਮੈਨੂੰ ਬਹੁਤ ਸ਼ੌਂਕ ਹੁੰਦਾ ਸੀਗਾ ਵੀ ਮੈਂ ਵੀ ਜਾਵਾਂ, ਮੈਂ ਦੇਖਦੀ ਸੀਗੀ ਸਾਰਿਆਂ ਨੂੰ, ਜਿੱਦਾਂ ਮੈਨੂੰ ਵੀ ਸੀਗਾ ਕਿ ਮੈਂ ਵੀ ਕਰਾਂ ਇੰਡਸਟਰੀ ਦੇ ਵਿੱਚ ਜਾਵਾਂ ਮੈਂ, ਅਤੇ ਵਧੀਆ ਲੱਗਿਆ ਮੈਨੂੰ, ਬਹੁਤ ਵਧੀਆ। ਨਹੀਂ ਇਹ ਤਾਂ ਚਲੋ ਹੁਣ ਵਧੀਆ ਵਾਲਾ ਪਾਰਟ ਹੋ ਗਿਆ। ਜਿਹੜਾ ਤੁਹਾਡੇ ਨਾਲ ਇੰਡਸਟਰੀ 'ਚ ਨਹੀਂ ਵਧੀਆ ਲੱਗਿਆ, ਜਿਹੜੀਆਂ ਚੀਜ਼ਾਂ ਲਈ ਜਦੋਂ ਆਪਾਂ ਦੂਰੋਂ ਕਿਸੇ ਚੀਜ਼ ਨੂੰ ਦੇਖਦੇ ਨਾ ਆਪਾਂ ਨੂੰ ਸਾਰਾ ਕੁਛ ਵਧੀਆ ਹੀ ਲੱਗਦਾ ਹੁੰਦਾ ਹੈ। ਹਾਂਜੀ ਹਾਂਜੀ। ਜਦੋਂ ਆਪਾਂ ਇੰਡਸਟਰੀ ਦੇ ਵਿੱਚ ਆਉਂਦੇ ਹਾਂ ਜਾਂ ਕਿਸੇ ਵੀ ਮਾਹੌਲ 'ਚ ਕਿਸੇ ਵੀ ਵਰਕ ਕਲਚਰ ਦੀ ਆਪਾਂ ਗੱਲ ਕਰ ਲਈਏ, ਤਾਂ ਉੱਥੋਂ ਦੀਆਂ ਮਤਲਬ ਕੁਛ ਪੋਜ਼ੀਟਿਵ ਨੈਗੇਟਿਵ ਸਾਰੀਆਂ ਚੀਜ਼ਾਂ ਫਿਰ ਸਾਨੂੰ ਪਤਾ ਲੱਗਦੀਆਂ ਨੇ। ਸੋ ਕੁਛ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਤੁਹਾਨੂੰ ਲੱਗਿਆ ਹੋਵੇ ਵੀ ਮੇਰੇ ਤੋਂ ਜੈਲਸ ਕਿਉਂ ਕਰਦੇ ਨੇ, ਜਾਂ ਕੁਛ ਹੋਰ ਚੀਜ਼ਾਂ ਜਿਹੜੀਆਂ ਤੁਹਾਨੂੰ ਲੱਗਿਆ ਵੀ ਇਹਨਾਂ ਬਾਰੇ ਤਾਂ ਮੈਂ ਸੋਚਿਆ ਹੀ ਨਹੀਂ ਸੀਗੀਆਂ ਪਹਿਲਾਂ, ਜਾਂ ਤੁਹਾਨੂੰ ਔਖਾ ਲੱਗਿਆ ਹੋਵੇ? ਔਖਾ ਤਾਂ ਮਿਹਨਤ ਹੀ ਕਰਨੀ ਪੈਂਦੀ ਆ ਹਰ ਇੱਕ ਕਾਸੇ ਦੇ ਵਿੱਚ, ਜੇ ਆਪਾਂ ਮਿਹਨਤ ਕਰਦੇ ਹਾਂ ਫਿਰ ਹੀ ਆਪਾਂ ਅੱਗੇ ਜਾਂਦੇ ਹਾਂ। ਜਿੱਦਾਂ ਹੁਣ ਵੀ ਸ਼ੋਜ਼ ਵਗੈਰਾ ਦੀ ਵੀ ਅਸੀਂ ਪ੍ਰੈਕਟਿਸ ਕਰਦੇ ਹਾਂ ਹਰ ਰੋਜ਼, ਹੁਣ ਜੈਮਿੰਗ ਕਲਾਸਿਸ ਲੱਗਦੀਆਂ ਨੇਗੀਆਂ, ਅਤੇ ਉੱਦਾਂ ਪਹਿਲਾਂ ਮਤਲਬ ਨਰਵਸਨੈਸ ਬਹੁਤ ਹੁੰਦੀ ਹੈਗੀ ਪਹਿਲਾਂ ਮਤਲਬ ਜਦੋਂ ਕਰਦੇ ਹਾਂ, ਅਤੇ ਫਿਰ ਹੁਣ ਜਦੋਂ ਪ੍ਰੈਕਟਿਸ ਕਰਦੇ ਹਾਂ ਅਤੇ ਰੋਜ਼ ਕਰਨ ਨਾਲ ਫਿਰ ਕੌਨਫੀਡੈਂਸ ਲੈਵਲ ਵਧੀਆ ਹੋ ਜਾਂਦਾ। ਪਰ ਅੱਜ ਕੱਲ੍ਹ ਦੇ ਨਿਆਣੇ ਭਾਵੇਂ ਉਹਨਾਂ ਦਾ ਗਾਣਾ ਆਇਆ ਹੋਵੇ ਚਾਹੇ ਨਾ ਆਇਆ ਹੋਵੇ, ਪਰ ਉਹ ਕੌਨਫੀਡੈਂਟ ਬਹੁਤ ਹੁੰਦੇ ਨੇ, ਹੈ ਨਾ। ਪਰੀ ਹਲੇ ਵੀ ਹੌਲੀ ਨਹੀਂ ਬੋਲਦੀ, ਪਰੀ ਮੈਨੂੰ ਲੱਗਦਾ ਹੁਣ ਦੋ ਤਿੰਨ ਗੱਲਾਂ ਕਰ ਲਈਆਂ ਅਤੇ ਉਹ ਤੋਂ ਬਾਅਦ ਫਿਰ ਠੀਕ ਬੋਲਣ ਲੱਗ ਜਾਂਦੀ। ਠੀਕ ਹੈ, ਤੁਸੀਂ ਤੁਹਾਡੀ ਹਮੇਸ਼ਾ ਇਹ ਪਛਾਣ ਰਹੀ ਆ ਕਿ ਤੁਸੀਂ ਬਹੁਤ ਸਾਰੇ ਨਵੇਂ ਆਰਟਿਸਟਾਂ ਨੂੰ ਲਾਂਚ ਕੀਤਾ, ਪਹਿਲਾਂ ਤਾਂ ਇਹ ਮੈਨੂੰ ਦੱਸੋ ਭਾਅ ਜੀ ਕਿ ਇੰਡਸਟਰੀ 'ਚ ਜਦੋਂ ਬੰਦੇ ਦਾ ਕੰਮ ਵਧੀਆ ਚੱਲ ਰਿਹਾ ਹੁੰਦਾ ਤਾਂ ਉਹਨੂੰ ਇਹ ਹੁੰਦਾ ਕਿ ਇੰਡਸਟਰੀ ਦੇ ਵਿੱਚ ਉਹ ਇਹ ਨਜ਼ਰ ਰੱਖਦਾ ਵੀ ਇਸ ਟਾਈਮ ਕਿਹਦੇ ਗਾਣੇ ਚੱਲ ਰਹੇ ਨੇ ਜਾਂ ਕਿਹੜਾ ਐਕਟਰ ਇਸ ਟਾਈਮ ਜਿਹਦੀਆਂ ਫਿਲਮਾਂ ਹਿੱਟ ਨੇਗੀਆਂ, ਫਿਰ ਉਹਨੂੰ ਹੁੰਦਾ ਕਿ ਮੈਂ ਇਹਦੇ ਨਾਲ ਕੰਮ ਕਰਾਂ ਕਿਉਂਕਿ ਇਹਦੇ ਨਾਲ ਮੈਂ ਵੀ ਉੱਪਰ ਜਾਊਂਗਾ, ਜਾਂ ਇਹ ਟਰਾਈਡਡ ਐਂਡ ਟੈਸਟਡ ਆਰਟਿਸਟ ਆ ਵੀ ਇਹਦਾ ਕੰਮ ਹਿੱਟ ਜਾ ਰਿਹਾ ਵਾ ਤਾਂ ਇਹਦੇ ਨਾਲ ਮੇਰਾ ਕੋਈ ਫੇਲ ਹੋਣ ਦੇ ਚਾਂਸਿਸ ਜਾਂ ਮੇਰਾ ਕੰਮ ਫਲੋਪ ਹੋਣ ਦੇ ਚਾਂਸਿਸ ਘੱਟ ਨੇ ਨਾ। ਪਰ ਤੁਸੀਂ ਉਹਦੇ ਬਜਾਏ ਤੁਸੀਂ ਨਵੇਂ ਆਰਟਿਸਟਾਂ ਨੂੰ ਲੈ ਕੇ ਆ ਰਹੇ ਹੋ, ਤਾਂ ਤੁਹਾਨੂੰ ਨਹੀਂ ਕਦੇ ਇਹ ਲੱਗਿਆ ਕਿ ਮੇਰੇ ਲਈ ਵੀ ਰਿਸਕੀ ਹੋ ਸਕਦਾ ਜਾਂ ਮੈਨੂੰ ਇਹਨਾਂ 'ਤੇ ਜ਼ਿਆਦਾ ਹੀ ਇਨਵੈਸਟਮੈਂਟ ਕਰਨੀ ਪਊਗੀ ਮਿਹਨਤ ਦੇ ਪੱਖੋਂ ਵੀ ਅਤੇ ਪੈਸੇ ਪੱਖੋਂ ਵੀ? ਜਿਹੜਾ ਜਿਵੇਂ ਤੁਸੀਂ ਕਹੀ ਆ ਗੱਲ ਵੀ ਠੀਕ ਚੱਲਦੇ ਹੁੰਦੇ ਨੇ ਆਰਟਿਸਟ, ਉਹਨਾਂ ਨਾਲ ਕਈ ਕੰਮ ਆਪਾਂ ਕਈਆਂ ਨਾਲ ਕਰਦੇ ਵੀ ਹਾਂ ਅਤੇ ਕਿਸੇ ਨਾਲ ਵੀ ਕਰ ਸਕਦੇ ਹਾਂ, ਸਾਰਿਆਂ ਨਾਲ ਹੀ ਕਰ ਸਕਦੇ ਹਾਂ, ਅਤੇ
ਫਾਇਦਾ ਤਾਂ ਹੁੰਦਾ ਹੀ ਆ, ਪਹਿਲੇ ਦਿਨ ਜੇ ਕੋਈ ਇਨਵੈਸਟਮੈਂਟ ਹੁੰਦੀ ਆ ਉਹ ਵੀ ਸਿਕਿਓਰ ਹੁੰਦੀ ਆ, ਪਰਸੈਂਟੇਜ 'ਚ ਵੱਧ ਜੇ 10 ਆਰਟਿਸਟ ਕਰਦੇ ਹਾਂ, 10 ਗਾਣੇ ਕਰਦੇ ਹਾਂ ਵੱਡੇ ਆਰਟਿਸਟਾਂ ਦੇ, ਤਾਂ ਉਹਦੇ 'ਚੋਂ ਜੇ ਘੱਟ ਤੋਂ ਘੱਟ 3-4 ਗਾਣੇ ਤਾਂ ਚੱਲਣੇ ਹੁੰਦੇ ਨੇ ਤਾਂ ਸਾਰਿਆਂ ਦੇ ਪੈਸੇ ਪੂਰੇ ਹੋ ਜਾਂਦੇ ਨੇ, ਰਿਕਵਰ ਹੋ ਜਾਂਦੇ ਨੇ। ਪਰ ਮੈਂ ਬੈਲੈਂਸ ਤਾਂ ਰੱਖਦਾ ਚੀਜ਼ਾਂ ਦਾ, ਸਾਰੀਆਂ ਚੀਜ਼ਾਂ ਦਾ ਵੀ ਠੀਕ ਰਹਿਣ, ਪਰ ਮੈਨੂੰ ਇਹ ਨਹੀਂ ਲੱਗਦਾ ਹੁੰਦਾ ਵੀ ਆਪਾਂ ਆ ਜੇ ਆਹ ਚੀਜ਼ਾਂ ਕਰਾਂਗੇ ਤਾਂ ਇਹ ਤੋਂ ਵੱਧ ਪੈਸੇ ਬਣਾ ਲਾਂਗੇ, ਅਤੇ ਮੈਨੂੰ ਹੁੰਦਾ ਵੀ ਵੱਧ ਪੈਸੇ ਬਣਾ ਕੇ ਕਰਨੇ ਕੀ ਨੇ, ਰੋਜ਼ ਲਈ ਚਾਹੀਦੇ ਹੁੰਦੇ ਨੇ, ਉਨੇ ਬਣ ਹੀ ਜਾਂਦੇ ਨੇ। ਅਤੇ ਇੱਦਾਂ ਨਵੇਂ ਆਰਟਿਸਟਾਂ ਦੇ ਨਾਲ ਜਿਵੇਂ ਹੁਣ ਪਰੀ ਦੇ ਵੀ ਗਾਣੇ ਨੇ, ਤਾਂ ਉਹ ਪਹਿਲਾਂ ਵੀ ਮੈਂ ਇੰਟਰਵਿਊ 'ਚ ਦੱਸਿਆ ਵੀ ਉਹਦੇ ਨਾਲ ਆਪਣੇ ਆਪ ਨੂੰ ਡਬਲ ਖੁਸ਼ੀ ਮਿਲਦੀ ਆ। ਇੱਕ ਤਾਂ ਜਦੋਂ ਚੰਗੇ ਆਰਟਿਸਟ ਵੱਡੇ ਆਰਟਿਸਟ ਨਾਲ ਜਿਹੜੇ ਆਲਰੇਡੀ ਚੱਲਦੇ ਨੇ ਉਹਨਾਂ ਨਾਲ ਜਦੋਂ ਗਾਣਾ ਬਣਾਉਂਦੇ ਹਾਂ ਤਾਂ ਉਹ ਮੈਨੂੰ ਕਿਤੇ ਨਾ ਕਿਤੇ ਲੱਗਦਾ ਹੁੰਦਾ ਵੀ ਉਹਨਾਂ ਕਰਕੇ ਗਾਣਾ ਚੱਲਦਾ। ਜਦੋਂ ਨਵੇਂ ਆਰਟਿਸਟ ਨਾਲ ਬਣਾਉਂਦੇ ਹੁੰਦੇ ਹਾਂ ਤਾਂ ਉਦੋਂ ਪਤਾ ਹੁੰਦਾ ਵੀ ਇਹ ਅਸੀਂ ਸਿਰ ਤੋਂ ਪੈਰਾਂ ਤੱਕ ਸਾਰੀਆਂ ਚੀਜ਼ਾਂ ਆਪਣੇ ਹੱਥਾਂ ਨਾਲ ਕੀਤੀਆਂ ਨੇ, ਅਤੇ ਜਦੋਂ ਉਹ ਚੀਜ਼ ਚੱਲਦੀ ਆ ਅਤੇ ਉਹਦੀ ਖੁਸ਼ੀ ਤਾਂ ਮਿਲਦੀ ਹੋਈ ਆ। ਉਹ ਵੱਖਰੀ ਗੱਲ ਆ ਵੀ ਉਹਦਾ ਜਿਹੜਾ ਰੈਵੀਨਿਊ ਆ ਉਹ ਉਨੀ ਛੇਤੀ ਨਹੀਂ ਬਣਦਾ, ਜਾਂ ਰਿਕਵਰੀ ਉਨੀ ਛੇਤੀ ਨਹੀਂ ਹੁੰਦੀ, ਜਾਂ ਇਸਟੈਬਲਿਸ਼ ਹੋਣ ਨੂੰ ਵੀ ਟਾਈਮ ਲੱਗਦਾ। ਹਾਂ, ਉਹ ਟਾਈਮ ਤਾਂ ਉਹ ਹਰ ਇੱਕ ਚੀਜ਼ ਲਈ ਲੱਗਦਾ ਹੀ ਆ। ਉਹਦੇ ਉਹ ਤਾਂ ਤੁਸੀਂ ਜੇ 5 ਸਾਲਾਂ 'ਚ ਕੋਈ 1-2 ਜਾਂ 3 ਆਰਟਿਸਟ ਉੱਦਾਂ ਦੇ ਹੋਣਗੇ, ਜਾਂ ਵੱਧ ਤੋਂ ਵੱਧ 5 ਸਾਲਾਂ 'ਚ 5 ਆਰਟਿਸਟ ਹੀ ਹੋਣਗੇ, ਜੇ 100 ਆਰਟਿਸਟ ਆਉਂਦਾ ਜਾਂ 50 ਆਰਟਿਸਟ ਆਉਂਦੇ ਨੇ, ਜਿਹੜੇ ਰਾਤੋ ਰਾਤ ਜਾਂ 1-2 ਮਹੀਨਿਆਂ 'ਚ ਜਾਂ 2-3 ਮਹੀਨਿਆਂ 'ਚ ਉਹ ਉਸ ਜਗ੍ਹਾ 'ਤੇ ਪਹੁੰਚ ਜਾਂਦੇ ਨੇ। ਪਰ ਜਦੋਂ ਪ੍ਰੋਸੈਸ ਦੇ ਵਿੱਚ ਅਸੀਂ ਕੋਈ ਵੀ ਕੰਮ ਜਦੋਂ ਕਰਦੇ ਹਾਂ ਤਾਂ ਉਹ ਵਧੀਆ ਹੀ ਬਣਦਾ। ਹੁਣ ਜਿਵੇਂ ਅਸੀਂ ਜੇ ਰੋਟੀ ਵੀ ਖਾਣੀ ਹੋਵੇ, ਪਹਿਲਾਂ ਕਣਕ ਬੀਜਦੇ ਹਾਂ, ਬੀਜ ਕੇ ਫਿਰ ਉਹਨੂੰ ਵੱਢਦੇ ਹਾਂ, ਸੁਕਾਉ, ਫਿਰ ਉਹਨੂੰ ਪਿਹਾਉਂਦੇ ਹਾਂ ਆਟਾ, ਫਿਰ ਉਹਦਾ ਗੁੰਨਦੇ ਹਾਂ, ਫਿਰ ਉਹਦੀ ਰੋਟੀ ਬਣਾਉਂਦੇ ਹਾਂ, ਅਤੇ ਤਾਂ ਸਵਾਦ ਜਿਹੜੀ ਚੀਜ਼ ਪ੍ਰੋਸੈਸ 'ਚ ਜਦੋਂ ਅਸੀਂ ਤਰੀਕੇ ਨਾਲ ਕਰਦੇ ਹਾਂ ਤਾਂ ਉਹ ਪਰਫੈਕਟ ਹੁੰਦੀ ਆ। ਉਹ ਲੰਬੇ ਟਾਈਮ ਲਈ ਮੈਨੂੰ ਲੱਗਦਾ ਹੁੰਦਾ ਵੀ ਠੀਕ ਹੁੰਦੀ ਆ ਉਹ ਚੀਜ਼। ਭਾਅ ਜੀ, ਆਪਣੇ ਬਹੁਤ ਸਾਰੇ ਆਰਟਿਸਟ ਨੇ ਜਿਨ੍ਹਾਂ ਨੇ ਮਤਲਬ ਬਹੁਤ ਬਹੁਤ ਸਾਲ ਕੰਮ ਕਰ ਲਿਆ, ਮੰਨ ਲਓ 2 ਦਹਾਕੇ ਤੋਂ ਜਾਂ 1.5 ਦਹਾਕੇ ਬਾਅਦ ਵੀ ਕਈ ਵਾਰ ਲੋਕ ਕਹਿਣ ਲੱਗ ਜਾਂਦੇ ਨੇ ਕਿ ਹੁਣ ਮੈਂ ਰਿਲੈਕਸ ਜ਼ੋਨ 'ਚ ਜਾਣਾ ਚਾਹੁੰਦਾ ਹਾਂ, ਹੈ ਨਾ, ਅਤੇ ਉਹ ਆਪਦਾ ਕੰਮ ਲਿਮਿਟਡ ਕਰਨਾ ਸ਼ੁਰੂ ਕਰ ਦਿੰਦੇ ਨੇ ਅਤੇ ਉਹੀ ਕੰਮ ਕਰਦੇ ਨੇ ਕਿ ਜਿਹੜਾ ਉਹਨਾਂ ਨੂੰ ਪਤਾ ਵੀ ਇਹ ਹਿੱਟ ਹੀ ਜਾਊਗਾ, ਹੈ ਨਾ। ਹਾਂਜੀ, ਤੁਹਾਡਾ ਰਿਲੈਕਸ ਜ਼ੋਨ ਆਊਗਾ ਕਦੇ? ਨਹੀਂ, ਪਰ ਮੈਨੂੰ ਐਂ ਲੱਗਦਾ ਵੀ ਰਿਲੈਕਸ ਜ਼ੋਨ ਉੱਦਾਂ ਹੀ ਆ, ਮੈਨੂੰ ਇੱਦਾਂ ਕੋਈ ਕਾਹਲੀ ਜੀ ਨਹੀਂ ਹੁੰਦੀ ਕਿਸੇ ਚੀਜ਼ ਦੀ। ਪਰ ਇਹ ਵੀ ਨਹੀਂ ਹੁੰਦਾ ਵੀ ਕੁਛ ਕਰੀ ਨਾ, ਚਾਅ ਜਿਹਾ ਚੜਿਆ ਰਹਿੰਦਾ ਨਵੇਂ ਗਾਣੇ ਬਣਾਉਣ ਦਾ, ਭਾਵੇਂ ਉਹਨਾਂ ਨੂੰ ਫਿਰ ਉਹਨਾਂ ਦੇ ਵੀਡੀਓ ਬਣਾਉਣ ਦਾ ਅਤੇ ਫਿਰ ਉਹਨਾਂ ਨੂੰ ਰਿਲੀਜ਼ ਕਰਨ ਦਾ। ਇਸੇ ਕਰਕੇ ਜਿਵੇਂ ਤੁਹਾਨੂੰ ਤਾਂ ਪਤਾ ਹੀ ਆ, ਬਾਕੀ ਸਾਰਿਆਂ ਨੂੰ ਵੀ ਸ਼ਾਇਦ ਆਪਾਂ ਦੱਸ ਦਈਏ ਕਿ ਆਪਾਂ ਸਾਰੀਆਂ ਚੀਜ਼ਾਂ ਸਿਰ ਤੋਂ ਪੈਰਾਂ ਤੱਕ ਆਪੇ ਹੀ ਕਰਦੇ ਹਾਂ, ਭਾਵੇਂ ਗਾਣੇ ਨੂੰ ਲਿਖਣ ਤੋਂ ਲੈ ਕੇ, ਭਾਵੇਂ ਮੈਂ ਲਿਖਾਂ, ਭਾਵੇਂ ਬਾਕੀ ਜਾਣੇ ਲਿਖਣ, ਪ੍ਰਭ ਹੋਣੀ ਲਿਖਣ ਜਾਂ ਰੌਨੀ ਹੋਣੀ ਲਿਖਣ ਜਾਂ ਹੋਰ ਵੀ 1-2 ਹੁਣ ਨਵੇਂ ਨੇ ਮੁੰਡੇ ਲਿਖਣ ਵਾਲੇ, ਭਾਵੇਂ ਕੋਈ ਵੀ ਲਿਖੇ, ਅਤੇ ਮਿਊਜ਼ਿਕ ਜਿਵੇਂ ਚੇਤ ਬਣਾਉਂਦਾ ਹੁਣ ਇੱਥੇ, ਜਾਂ ਪਹਿਲਾਂ ਸਤਪਾਲ ਹੋਣੀ ਵੀ ਬਣਾਉਂਦੇ ਸੀ, ਹੁਣ ਵੀ ਬਣਾਉਂਦੇ ਹਾਂ ਉਹਨਾਂ ਨਾਲ ਆਪਾਂ, ਪਰ ਉਹ ਆਪਣੇ ਹੋਰ ਕੰਮਾਂ 'ਚ ਵੀ ਬਿਜ਼ੀ ਹੁੰਦੇ ਨਾਲ, ਜਿਵੇਂ ਫੁੱਲ ਟਾਈਮ ਚੇਤ ਜਾਂ ਜਸ਼ਨਇੰਦਰ ਹੁਣ ਮਿਊਜ਼ਿਕ ਬਣਾਉਣ ਲੱਗੇ, ਜਿਵੇਂ ਆਪਣੀ ਇਨ ਹਾਊਸ ਟੀਮ ਸਾਰੀ ਬਿਲਡ ਹੋ ਗਈ ਆ ਹੁਣ। ਹਾਂਜੀ, ਜੇ ਆਪਾਂ ਟੋਟਲੀ ਆਪਣਾ ਕੰਮ ਕਰਨਾ ਹੋਵੇ ਤਾਂ ਆਪਾਂ ਕਰ ਲਈਏ, ਵੀਡੀਓ ਵੀ ਆਪਾਂ ਆਪੇ ਹੀ ਕਰਦੇ ਹਾਂ, ਐਡਿਟ ਵੀ ਆਪਾਂ ਆਪੇ ਹੀ ਕਰਦੇ ਹਾਂ, ਅਤੇ ਵੀਡੀਓ ਜਿਵੇਂ ਗਲੀ ਤੇਰੀ ਸੇ 'ਚ ਆਪਣੇ ਆਫਿਸ ਵਾਲੇ ਸੀ ਸਾਰੇ, ਵਿਆਹ ਦਾ ਮਾਹੌਲ ਸੀ ਉਹ 'ਚ, ਜੇ ਰਿਸ਼ਤੇਦਾਰ ਸੀਗੇ ਉਹ ਮੋਨਾ ਹੀ ਸੀ, ਕਮਲ ਭਾਜੀ ਸੀ, ਅਕਾਊਂਟੈਂਟ ਸਰ ਸੀਗੇ ਜਾਂ ਬਾਂਸਲ ਸੀਗਾ ਉਹਦੇ 'ਚ, ਤਨਪ੍ਰੀਤ ਸੀਗਾ, ਅਤੇ ਅਸੀਂ ਸਾਰੇ ਹੀ ਹੁੰਦੇ ਹਾਂ, ਸਾਰੇ ਕੰਮ ਅਸੀਂ ਆਪਣੇ ਹੱਥਾਂ ਨਾਲ ਹੀ ਕਰਦੇ ਹਾਂ, ਉਹਦੇ 'ਚ 2-3 ਚੀਜ਼ਾਂ ਹੀ ਹੋ ਜਾਂਦੀਆਂ ਨੇ। ਖਰਚਾ ਤਾਂ ਹੁੰਦਾ ਹੀ ਆ ਸਾਰੀਆਂ ਚੀਜ਼ਾਂ 'ਤੇ, ਪਰ ਉਹਦੇ 'ਚ ਇਹ ਹੁੰਦਾ ਵੀ ਕਿਸੇ ਬਾਹਰਲੇ ਬੰਦੇ ਨੂੰ, ਬਾਹਰਲੇ ਬੰਦਿਆਂ ਤੋਂ ਵੀ ਕਰਵਾਉਂਦੇ ਹਾਂ, ਪਰ ਬਾਹਰਲੇ ਬੰਦੇ ਹੋਰ ਕੰਮਾਂ 'ਚ ਵੀ ਬਿਜ਼ੀ ਹੁੰਦੇ ਨੇ, ਸੋ ਆਪਣੇ ਕੰਮਾਂ ਨੂੰ ਆਪਣੇ ਤਰੀਕੇ ਨਾਲ ਕਰ ਲੈਂਦੇ ਹਾਂ, ਅਤੇ ਉਹ ਚੰਗੇ ਮਾੜੇ ਦਾ ਵੀ ਦੁੱਖ ਨਹੀਂ ਹੁੰਦਾ ਕਿਉਂਕਿ ਆਪੇ ਬਣਾਇਆ ਹੁੰਦਾ, ਭਾਵੇਂ ਚੰਗਾ ਬਣ ਜਾਵੇ ਭਾਵੇਂ ਮਾੜਾ ਬਣ ਜਾਵੇ। ਹਾਂ, ਨਾਲੇ ਤੁਹਾਡੀ ਆਪਣੀ ਟੀਮ ਐਂ ਨਹੀਂ ਨਾ ਕਹਿੰਦੀ ਹੁਣ ਮੇਰੀ ਸ਼ਿਫਟ ਖਤਮ ਹੋ ਗਈ ਹੁਣ ਮੈਂ ਜਾਣ। ਹਾਂਜੀ ਹਾਂ, ਅਤੇ ਉਹ ਰੋਜ਼ ਹੀ ਲੱਗੇ ਰਹਿੰਦੇ ਆ ਕਰਨ ਹੁਣ ਤਾਂ। ਹਾਂ, ਪਰ ਇਹ ਤੁਸੀਂ ਆਪਣਾ ਸੋਸ਼ਲ ਮੀਡੀਆ ਪੇਜ ਕੀ ਸੋਚ ਕੇ ਸ਼ੁਰੂ ਕੀਤਾ ਸੀਗਾ ਜੀ? ਅਤੇ ਤੁਹਾਡੇ ਕੋਲ ਕਾਫੀ ਫੋਲੋਅਰਸ ਨੇ ਹਾਂਜੀ ਇੱਧਰ ਬ੍ਰਾਂਡ ਵਿੱਚ ਆਉਣ ਤੋਂ ਪਹਿਲਾਂ ਵੀ। ਹਾਂਜੀ, ਕੀ ਸੋਚ ਕੇ ਸ਼ੁਰੂ ਕੀਤਾ ਸੀਗਾ ਤੁਸੀਂ? ਕੀ ਏਮ ਸੀਗਾ ਤੁਹਾਡਾ ਲਾਈਫ ਨੂੰ ਲੈ ਕੇ? ਸੋਸ਼ਲ ਮੀਡੀਆ ਪੇਜ ਕਿਉਂ ਬਣਾਇਆ ਸੀਗਾ ਤੁਸੀਂ? ਮੈਨੂੰ ਸੀ ਕਿ ਮੈਂ ਇੱਧਰ ਇਸੇ ਲਾਈਨ ਦੇ ਵਿੱਚ ਜਾਵਾਂ, ਤਦ ਹੀ ਬਣਾਇਆ ਸੀਗਾ ਮੈਂ।
ਅਤੇ ਮੈਨੂੰ ਮਤਲਬ ਸੀਗਾ ਕਿ ਮੈਂ ਮੋਡਲਿੰਗ ਵਗੈਰਾ ਨਹੀਂ ਸੀ ਮੈਂ ਕਰਨੀ, ਉਹਦੇ ਆਫਰਸ ਵੀ ਆਏ ਸੀਗੇ ਜਿੱਦਾਂ, ਅਤੇ ਬਟ ਮੈਨੂੰ ਉਹ ਪਸੰਦ ਨਹੀਂ ਸੀਗਾ, ਅਤੇ ਜਿੱਦਾਂ ਐਕਟਿੰਗ ਜਾਂ ਸਿੰਗਿੰਗ ਦੇ ਵਿੱਚ ਹੀ ਸੀਗਾ ਮੈਨੂੰ ਕਿ ਮੈਂ ਇੱਧਰ ਹੀ ਜਾਵਾਂ, ਅਤੇ ਫਿਰ ਤੁਹਾਡੀ ਫੈਮਿਲੀ 'ਚ ਕੋਈ ਹੈਗਾ ਪਿੱਛੋਂ ਗਾਉਂਦਾ ਜਾਂ ਇਸ ਲਾਈਨ ਦੇ ਵਿੱਚ ਕੋਈ ਵੀ? ਨਹੀਂ ਨਹੀਂ ਮੈਮ, ਦੂਰ ਦੂਰ ਤੱਕ ਨਹੀਂ ਹੈਗਾ ਕੋਈ। ਹਾਂਜੀ ਠੀਕ ਹੈ। ਪਰ ਜਿਵੇਂ ਸੋਸ਼ਲ ਮੀਡੀਆ 'ਤੇ, ਚਲੋ ਅੱਜ ਕੱਲ੍ਹ ਪੇਰੈਂਟਸ ਓਨਾ ਓਬਜੈਕਸ਼ਨ ਤਾਂ ਨਹੀਂ ਕਰਦੇ ਹੈਗੇ, ਪਰ ਫਿਰ ਵੀ ਜਿਵੇਂ ਸੋਸ਼ਲ ਮੀਡੀਆ ਨੂੰ ਲੈ ਕੇ ਥੋੜ੍ਹਾ ਬਹੁਤਾ ਤਾਂ ਕੰਸਰਨਡ ਹੁੰਦੇ ਹੀ ਨੇਗੇ ਉਹ ਕਿ ਤੁਸੀਂ ਟਾਈਮ ਜ਼ਿਆਦਾ ਵੇਸਟ ਕਰ ਰਹੇ ਹੋ ਜਾਂ ਸੋਸ਼ਲ ਮੀਡੀਆ 'ਤੇ ਤੁਹਾਡੇ ਨਾਲ ਤਰ੍ਹਾਂ ਤਰ੍ਹਾਂ ਦੇ ਲੋਕ ਜੁੜਦੇ ਨੇ, ਕਿ ਕੁਛ ਚੰਗਾ ਕਹਿਣ ਵਾਲੇ ਵੀ ਹੁੰਦੇ ਨੇ, ਕੁਛ ਮਾੜਾ ਕਹਿਣ ਵਾਲੇ ਵੀ ਹੁੰਦੇ ਨੇਗੇ, ਤਾਂ ਉਹਨਾਂ ਜਿਵੇਂ ਤੁਸੀਂ ਤਾਂ ਵੈਸੇ ਵੀ ਪਿੰਡ ਨੂੰ ਬਿਲੋਂਗ ਕਰਦੇ ਹੋ, ਉੱਥੇ ਆਪਣੇ ਜ਼ਿਆਦਾ ਸੋਚਦੇ ਨੇ ਇਹਨਾਂ ਚੀਜ਼ਾਂ ਬਾਰੇ, ਹੈ ਨਾ, ਵੀ ਲੋਕ ਸਾਨੂੰ ਕੀ ਕਹਿਣਗੇ ਜਾਂ ਤੁਹਾਡੀਆਂ ਵੀਡੀਓਜ਼ 'ਤੇ ਕਿੱਦਾਂ ਦੇ ਕਮੈਂਟ ਕਰਨਗੇ ਉਹ, ਉਹ ਫਿਰ ਕਿੱਦਾਂ ਰਿਹਾ? ਪੇਰੈਂਟਸ ਨੇ ਤਾਂ ਕਦੇ ਵੀ ਨਹੀਂ ਰੋਕਿਆ ਹੈਗਾ, ਕਿ ਉਹਨਾਂ ਨੇ ਤਾਂ ਕਿਹਾ ਕਿ ਜੋ ਤੂੰ ਕਰਨਾ ਹੈ ਸਹੀ ਆ, ਅਤੇ ਬਟ ਰੈਲੇਟਿਵਸ ਦੇ ਵਿੱਚ ਵੀ ਸੀਗਾ ਨਾ ਕਿ ਲੈ ਤੁਸੀਂ ਕੁੜੀ ਕਿਹੜੇ ਕੰਮਾਂ 'ਚ ਵਾ ਲਈ, ਅਤੇ ਕਈਆਂ ਨੂੰ ਪਤਾ ਨਹੀਂ ਨਾ ਹੁੰਦਾ, ਅਤੇ ਬਟ ਮੰਮਾ ਉਹਨਾਂ ਨੇ ਪੂਰੀ ਸਪੋਰਟ ਕੀਤੀ ਆ, ਉਹ ਕਹਿੰਦੇ ਨਹੀਂ ਸਹੀ ਆ। ਤੁਸੀਂ ਪੜ੍ਹ ਰਹੇ ਹੋ ਨਾਲ ਦੀ ਨਾਲ ਜਾਂ ਤੁਸੀਂ ਆਪਣੀ ਪੜ੍ਹਾਈ ਛੱਡ ਦਿੱਤੀ? ਨਹੀਂ ਮੈਂ ਗ੍ਰੈਜੂਏਸ਼ਨ। ਅੱਛਾ, ਗ੍ਰੈਜੂਏਸ਼ਨ ਕੀਤੀ, ਮਾਸਟਰਸ ਨਹੀਂ ਕਰ ਰਹੇ ਹੈਗੇ ਤੁਸੀਂ? ਠੀਕ ਹੈ ਭਾਅ ਜੀ, ਤੁਸੀਂ ਪਰੀ ਹੁਣਾਂ ਨੂੰ ਕਿਉਂ ਲਾਂਚ ਕੀਤਾ ਸੀਗਾ ਬੇਸਿਕਲੀ, ਪਹਿਲਾਂ ਮੈਨੂੰ ਇਹ ਵੀ ਦੱਸੋ, ਕਿਉਂਕਿ ਅੱਜ ਕੱਲ੍ਹ ਕਹਿ ਦਿੰਦੇ ਨੇਗੇ ਸਾਰੇ ਵੀ ਸੋਹਣਾ ਬੰਦਾ, ਚਲੋ ਸਮਾਰਟ ਨੇਗੇ ਵੀ, ਸੋਹਣਿਆਂ ਕਰਕੇ ਚੱਲ ਰਹੇ ਨੇਗੇ ਉਹ, ਵੀ ਜਾਂ ਇੰਡਸਟਰੀ ਦੇ ਵਿੱਚ ਪ੍ਰੋਡਿਊਸਰ ਕਿਹੜੀ ਚੀਜ਼ ਦੇ ਉੱਪਰ ਪੈਸਾ ਲਾ ਰਿਹਾ, ਟੈਲੈਂਟ 'ਤੇ ਜਾਂ ਬੰਦਾ ਲੁੱਕ ਵਾਈਜ਼ ਸੋਹਣਾ ਆ, ਦਿਖਣ ਨੂੰ ਸੋਹਣਾ ਆ, ਉਸ ਚੀਜ਼ 'ਤੇ ਪੈਸਾ ਲੱਗ ਰਿਹਾ ਬੇਸਿਕਲੀ? ਪਰੀ ਹੁਣਾਂ ਨੂੰ ਤੁਸੀਂ ਕਿਉਂ ਚੁਣਿਆ ਸੀਗਾ? ਪਰੀ ਦੀ ਪ੍ਰੋਫਾਈਲ ਮੈਨੂੰ ਜਦੋਂ ਪ੍ਰੀਤ ਨੇ ਭੇਜੀ, ਮੈਨੂੰ ਇੰਸਟਾ 'ਤੇ ਭੇਜੀ, ਕਹਿੰਦੀ ਇਹ ਕੁੜੀ ਨੂੰ ਪੁੱਛਿਆ ਮੈਸੇਜ ਕਰਕੇ ਐਕਟਿੰਗ ਕਰਦੀ ਆ ਜਾਂ ਇਹ ਸਿੰਗਿੰਗ ਕਰਦੀ ਆ। ਫਿਰ ਮੈਂ ਪਰੀ ਨੂੰ ਮੈਸੇਜ ਕੀਤਾ ਅਤੇ ਵੀ ਤੁਸੀਂ ਐਕਟਿੰਗ ਕਰਦੇ ਹੋ ਜਾਂ ਕਰਨੀ ਆ ਜਾਂ ਸਿੰਗਿੰਗ ਕਰਦੇ ਹੋ ਜਾਂ ਕਰਨੀ ਆ? ਤਾਂ ਪਰੀ ਨੇ ਕਿਹਾ ਕਿ ਮੈਂ ਸਿੰਗਿੰਗ ਦੀਆਂ ਕਲਾਸਿਸ ਲਈਆਂ ਨੇ ਕੁਛ ਟਾਈਮ, ਪਰ ਮੈਂ ਹੋਰ ਵੀ ਲੈਣੀਆਂ ਨੇ, ਮੈਂ ਸਿੰਗਿੰਗ ਵੀ ਕਰਨੀ ਆ, ਮਾਡਲਿੰਗ ਨਹੀਂ ਮੈਂ ਕਰਨੀ, ਐਕਟਿੰਗ ਕਰਨੀ ਆ। ਅਤੇ ਬਸ ਉਹ ਪ੍ਰੀਤ ਨੇ ਸ਼ਾਇਦ ਕੋਈ ਮਿਊਜ਼ਿਕ ਵੀਡੀਓ ਕਰਨਾ ਸੀਗਾ ਸ਼ਾਇਦ ਉਹਦੇ ਲਈ, ਤਾਂ ਉਹ ਦੋਵੇਂ ਚੀਜ਼ਾਂ ਹੀ ਮੈਨੂੰ ਉਹਨਾਂ ਨੇ ਕਿਹਾ ਵੀ ਪੁੱਛ ਕੇ ਵੇਖੋ, ਵੀ ਮੈਂ ਪ੍ਰੋਫਾਈਲ ਚੈੱਕ ਕੀਤੀ ਆ ਅਤੇ ਮੈਨੂੰ ਉਹਨਾਂ ਨੇ ਮੈਨੂੰ ਕਿਹਾ ਵੀ ਆਪਾਂ ਨੂੰ ਲੱਗਦਾ ਆਪਾਂ ਕੰਟੈਕਟ ਕਰਕੇ ਪੁੱਛੀਏ ਵੀ ਕਿੱਥੋਂ ਨੇ ਕਿਵੇਂ ਨੇ, ਤਾਂ ਫਿਰ ਗੱਲ ਕੀਤੀ। ਅੱਛਾ, ਪ੍ਰੋਡਿਊਸਰ ਜਿਵੇਂ ਤੁਸੀਂ ਕਹਿੰਦੇ ਹੋ, ਫਿਰ ਵੀ ਕੋਈ ਥੋਟ ਤਾਂ ਤੁਹਾਡੇ ਕੋਲ ਹੋਣਾ, ਕਿਉਂਕਿ ਉਦੋਂ ਇਹਨਾਂ ਨੂੰ ਤੁਸੀਂ ਗਾਉਂਦੇ ਨਹੀਂ ਸੁਣਿਆ ਸੀਗਾ ਜਾਂ ਐਕਟ ਕਰਦੇ ਨਹੀਂ ਸੁਣਿਆ ਸੀਗਾ, ਸਿਰਫ ਆਪਾਂ 30 ਸੈਕਿੰਡ ਦੀ ਵੀਡੀਓ 'ਚ ਐਕਟ ਕਰਕੇ, ਕਿਉਂਕਿ ਤੁਹਾਡਾ ਇੰਨਾ ਐਕਸਪੀਰੀਅੰਸ ਆ, ਤੁਹਾਨੂੰ ਪਤਾ ਵੀ 30 ਸੈਕਿੰਡ ਦੀ ਵੀਡੀਓ ਤੋਂ ਮੈਂ ਕੁਛ ਨਹੀਂ ਜੱਜ ਕਰ ਸਕਦਾ, ਹੈ ਨਾ, ਜਾਂ ਇਹ ਡਿਸੀਜਨ ਨਹੀਂ ਲਿਆ ਜਾ ਸਕਦਾ ਕਿ ਇਸ ਬੰਦੇ 'ਤੇ ਮੈਂ ਆਪਣਾ ਟਾਈਮ ਅਤੇ ਪੈਸਾ ਇਨਵੈਸਟ ਕਰਦਾ। ਜਦੋਂ ਪਰੀ ਨੂੰ ਕੰਟੈਕਟ ਕੀਤਾ ਸੀਗਾ ਅਤੇ ਉਹ ਪਰੀ ਤੋਂ ਪਹਿਲਾਂ ਵੀ ਹੋਰ ਵੀ ਕਿੰਨੇ ਲੋਕ ਜਿਵੇਂ ਮੈਨੂੰ ਮੈਸੇਜ ਕਰਦੇ ਸੀ ਵਟਸਐਪ 'ਤੇ ਜਾਂ ਸੋਸ਼ਲ ਮੀਡੀਆ 'ਤੇ, ਵਿੱਚ 2-3 ਸਾਲ ਮੈਂ ਮਨ ਬਣਾ ਲਿਆ ਸੀ ਵੀ ਆਰਟਿਸਟ ਲਾਂਚ ਆਪਾਂ ਕਰਨਾ ਨਹੀਂ ਕੋਈ, ਮੈਨੂੰ ਲੱਗਦਾ ਸੀ ਮਿਊਜ਼ਿਕ ਲੇਬਲ ਵਾਲਾ ਸਿਸਟਮ ਚਲਾਉਂਦੇ ਹਾਂ ਆਪਾਂ, ਮਿਊਜ਼ਿਕ ਲੇਬਲ ਰਨ ਕਰਦੇ ਹਾਂ। ਜੋਰਡਨ ਤੋਂ ਬਾਅਦ ਕੋਈ ਆਰਟਿਸਟ ਕੀਤਾ ਨਹੀਂ, ਅਤੇ ਪਤਾ ਨਹੀਂ ਉੱਦਾਂ ਹੀ ਮਨ ਕੀਤਾ ਵੀ ਆਪਾਂ ਰਹਿਣ ਦੀ, ਅਤੇ ਫਿਰ ਹੋਰ ਆਰਟਿਸਟਾਂ ਦੇ ਗਾਣੇ ਬਣਾਏ ਜਿਹੜੇ ਰਿਲੀਜ਼ ਕੀਤੇ ਉਹ ਵੀ ਵਧੀਆ ਚੱਲੇ, ਭਾਵੇਂ ਉਹ ਰਣਜੀਤ ਬਾਵੇ ਹੋਣਾ ਦਾ ਸੀ ਜਾਂ ਨਿਮਰਤ ਖਹਿਰਾ ਹੋਣਾ ਦੇ ਸੀ, ਅੱਜ ਕੱਲ੍ਹ ਬੱਦਲਾਂ ਦੇ ਕਾਲਜੇ, ਪਲਿੰਕ ਵਾਲਾ ਅਤੇ ਕੁਲਵਿੰਦਰ ਬਿੱਲੇ ਵਾਲਾ ਗਾਣਾ ਸੀ, ਅਤੇ ਉਹ ਬ੍ਰਾਂਡ ਵੀ ਜਦੋਂ ਮਿਊਜ਼ਿਕ ਲੇਬਲ ਆਪਾਂ ਸ਼ੁਰੂ ਕਰ ਲਿਆ ਅਤੇ ਹੋਰ ਨਾਲ ਚੀਜ਼ਾਂ ਸ਼ੁਰੂ ਕਰ ਲਈਆਂ, ਅਤੇ ਫਿਰ ਵਿੱਚ ਕੋਈ ਕਿਸੇ ਹੋਰ ਆਰਟਿਸਟ ਦੀ ਕੋਈ ਉੱਦਾਂ ਦੀ ਗੱਲ ਹੋਈ ਅਤੇ ਮੈਨੂੰ ਲੱਗਿਆ ਵੀ ਨਹੀਂ ਆਪਾਂ ਨੂੰ ਆਪਣੇ ਆਰਟਿਸਟ ਜਿਹੜੇ ਨੇ ਉਹ ਲਾਂਚ ਕਰਨੇ ਚਾਹੀਦੇ ਨੇ, ਅਤੇ ਮੈਨੂੰ ਇਹ ਵੀ ਲੱਗਿਆ ਵੀ ਆਰਟਿਸਟਾਂ ਨੂੰ ਵੀ ਇੱਕ ਪਲੇਟਫਾਰਮ ਦੀ ਲੋੜ ਹੁੰਦੀ ਆ ਜਿੱਥੇ ਉਹ ਕਰ ਸਕਣ ਆਪਣੀਆਂ ਚੀਜ਼ਾਂ, ਅਤੇ ਫਿਰ ਬਸ ਉਦੋਂ ਸੋਚਿਆ ਅਤੇ ਪਤਾ ਨਹੀਂ ਕਿਵੇਂ ਥੋੜ੍ਹੇ ਜਿਹੇ ਦਿਨਾਂ 'ਚ ਹੀ ਫਿਰ ਹੁਣ 17-18 ਜਾਣੇ ਨੇ। ਹਾਂਜੀ, ਅਤੇ ਪ੍ਰਭ ਜਿਵੇਂ ਸੀਗਾ, ਪ੍ਰਭ ਉਹ ਆਪੇ ਲਿਖਦਾ ਸੀਗਾ ਅਤੇ ਆਪੇ ਗਾਉਂਦਾ ਸੀਗਾ, ਉਹਨੂੰ ਵੀ ਫਿਰ ਬੁਲਾ ਲਿਆ ਇੱਥੇ, ਮੈਂ ਉਹਨੂੰ ਪੁੱਛਿਆ ਵੀ ਤੂੰ ਕਿੱਥੇ ਹੈ, ਮੈਸੇਜ ਕਰਕੇ ਨਹੀਂ ਸੋਰੀ ਉਹ ਸੈਸ਼ਨ 'ਚ ਪਹਿਲੇ ਹਾਂ ਗਾਣਾ ਕੀਤਾ ਸੀਗਾ, ਪਰ ਉਹ ਆਪਣੇ ਕੰਮ ਕਰਦਾ ਰਹਿੰਦਾ ਸੀ, ਅਤੇ ਉਹ ਤੋਂ ਬਾਅਦ ਫਿਰ ਇੱਕ ਹੋਰ ਗਾਣਾ ਕੀਤਾ ਸੀ, ਸੁਪਨੇ ਨਹੀਂ ਸੌਣ ਦਿੰਦੇ, ਗਾਣਾ ਬਹੁਤ ਵਧੀਆ ਚੱਲ ਗਿਆ ਸੀ, ਪਹਿਲੇ ਦਿਨ ਉਹ ਗਾਣੇ ਸੁਣਾਉਣ ਆਇਆ ਸੀ, ਮੈਂ ਤੂੰ ਵਧੀਆ ਗਾਉਣਾ ਤੇਰਾ ਹੀ ਰਿਕਾਰਡ ਕਰ ਲੈਂਦੇ ਹਾਂ, ਉਹ ਗਾਣਾ ਬਹੁਤ ਵਧੀਆ ਚੱਲ ਗਿਆ,
ਅਤੇ ਇੱਕ ਦਿਨ ਉਹਨੇ ਸਟੋਰੀ ਪਾਈ ਹੋਈ ਸੀ ਆਪਣੇ ਇੰਸਟਾ 'ਤੇ, ਮੈਂ ਫੋਲੋ ਕਰਦਾ ਸੀ ਉਹਨੂੰ, KFC ਦੀ ਡਰੈਸ ਪਾਈ ਹੋਈ ਸੀ। ਮੈਂ ਉਹਨੂੰ ਮੈਸੇਜ ਕੀਤਾ, ਮੈਂ ਤੂੰ ਇਹ ਕੀ ਕਰਦਾ ਉੱਥੇ, ਕਿ ਮੈਨੂੰ ਪਤਾ ਨਹੀਂ ਸੀ ਪਹਿਲਾਂ, ਮੈਂ ਉਹਨਾਂ ਖੁੱਲ੍ਹ ਕੇ ਪੁੱਛਿਆ ਨਹੀਂ ਕਿੱਦਾਂ। ਕਹਿੰਦਾ ਮੈਂ KFC ਲੱਗਿਆ ਹਾਂ ਲੁਧਿਆਣੇ ਵੀਰੇ। ਮੈਂ ਅੱਛਾ, ਅਤੇ ਕਿੰਨੀ ਸੈਲਰੀ ਆ? ਕਹਿੰਦਾ ਇੰਨੀ ਸੈਲਰੀ ਆ। ਮੈਂ ਅੱਛਾ ਤੂੰ ਚੱਲ ਕੋਈ ਨਹੀਂ, ਕੱਲ੍ਹ ਨੂੰ ਮੈਂ ਇੱਥੇ ਆ ਜਾ ਫਿਰ। ਕਹਿੰਦਾ ਮੈਂ ਉੱਥੇ ਰਿਜ਼ਾਈਨ ਦੇ ਦਾ, ਮੈਂ ਹਾਂ ਦੇ ਦੇ। ਫਿਰ ਉਹਨੂੰ ਬੁਲਾ ਲਿਆ ਇੱਥੇ, ਅਤੇ ਉਹਨੇ ਵੀ ਆਪਣੇ ਕੰਮ ਸ਼ੁਰੂ ਕਰਤਾ, ਅਤੇ ਨਾ ਹੁਣ ਫਿਲਮ ਕਰ ਰਿਹਾ ਮੋਹ। ਅਤੇ ਉਹ ਬਹੁਤ ਵਧੀਆ ਉਹਦੇ ਲਈ ਮੌਕਾ ਉਹ। ਜਗਦੀਪ ਨੇ ਜਿਵੇਂ ਪਿਛਲਾ ਗਾਣਾ ਕੀਤਾ ਸੀ ਭੂ ਭਾਬੀ, ਉਹਦੇ 'ਚ ਦੇਖਿਆ, ਉਹਦੀ ਮੇਕਿੰਗ 'ਚ ਦੇਖਿਆ ਸਾਰਿਆਂ ਨੂੰ। ਅਤੇ ਜਗਦੀਪ ਉਹਨਾਂ ਦਾ ਮੈਨੂੰ ਫੋਨ ਆਇਆ ਵੀ ਮੈਨੂੰ ਦੋ ਤਿੰਨ ਮੁੰਡੇ ਉਹਦੇ 'ਚ ਬਹੁਤ ਵਧੀਆ ਲੱਗਦੇ ਨੇ, ਵੀ ਉਹ ਵੀ ਉਹ ਵੀ ਉਹ ਵੀ। ਅਤੇ ਕਹਿੰਦਾ ਮੈਂ ਪ੍ਰਭ ਦਾ ਆਡੀਸ਼ਨ ਲੈਣਾ ਚਾਹੁੰਦਾ। ਮੈਂ ਠੀਕ ਆ ਵੀ ਲੈ ਕੇ ਵੇਖ ਲਾ ਤੂੰ। ਤਾਂ ਪ੍ਰਭ ਨੇ ਆਡੀਸ਼ਨ ਦਿੱਤਾ, ਅਤੇ ਹੁਣ ਉਹ ਗੀਤਾਜ਼ ਅਤੇ ਸਰਗੁਣ ਦੇ ਨਾਲ ਬਹੁਤ ਵਧੀਆ ਕਰੈਕਟਰ ਆ ਉਹਦਾ ਪੂਰੀ ਫਿਲਮ 'ਚ। ਅਤੇ ਗਾਣੇ ਵੀ ਉਹਦੇ ਵਧੀਆ ਨੇ, ਉਹਦੇ ਲਿਖੇ ਹੋਏ ਵੀ। ਹੁਣੇ ਅਰਮਾਨ ਦਾ ਗਾਣਾ ਸੀ, ਆਡੀਓ ਇੱਕ ਦਿਨ 'ਚ ਹੀ ਬਣਾ ਕੇ ਕੱਢਦਾ ਸੀ ਰਿਲੀਜ਼। ਅਤੇ ਇੱਦਾਂ ਹੀ ਬਾਕੀ ਵੀ ਸਾਰੇ ਤੀਜੇ ਪੰਜਾਬ ਫਿਲਮ 'ਚ ਵੀ ਇਹਨਾਂ ਦੇ ਗਾਣੇ ਆਏ ਨੇ। ਤੀਜੇ ਪੰਜਾਬ 'ਚ ਜਸਵਿੰਦਰ ਬਰਾੜ ਜੀ ਦਾ ਗਾਣਾ ਨੇ ਲਿਖਿਆ ਸੀ। ਹਾਂ, ਪ੍ਰਭ ਦਾ ਲਿਖਿਆ ਸੀ, ਉਹਨੇ ਕੰਪੋਜ਼ ਕੀਤਾ ਸੀ, ਉਹਨੇ ਲਿਖਿਆ ਸੀ। ਅਤੇ ਇੱਦਾਂ ਹੀ ਸਾਰੇ ਹੁਣ ਰਲ ਮਿਲ ਕੇ ਲੱਗੇ ਹੋਏ ਨੇ, ਸਾਰੇ ਵਧੀਆ ਕਰੀ ਜਾਂਦੇ ਨੇ, ਸਿੱਖੀ ਵੀ ਜਾਂਦੇ ਨੇ ਨਾਲ ਨਾਲ। ਅਤੇ ਜਦੋਂ ਪਰੀ ਉਹਨਾਂ ਨੂੰ ਓਫਿਸ਼ਲੀ ਲਾਂਚ ਕੀਤਾ ਗਿਆ, ਟੌਪ ਪ੍ਰੋਡਿਊਸਰ, ਤੁਹਾਨੂੰ ਕਿੱਦਾਂ ਦਾ ਰਿਸਪੋਂਸ ਮਿਲਿਆ ਇੰਡਸਟਰੀ 'ਚ? ਕਿਉਂਕਿ ਸਾਰਿਆਂ ਦੀ ਨਜ਼ਰ ਹੁੰਦੀ ਆ ਵੀ ਕਿਹੜੀ ਨਵੀਂ ਆਵਾਜ਼ ਜਾਂ ਕਿਹੜਾ ਨਵਾਂ ਚਿਹਰਾ ਇੰਡਸਟਰੀ ਦੇ ਵਿੱਚ ਆ ਰਿਹਾ। ਪਰੀ ਨੂੰ ਜਦੋਂ ਪਹਿਲੇ ਦਿਨ ਮਿਲੇ ਅਸੀਂ, ਪਰੀ ਆਈ ਤਾਂ ਪਰੀ ਨੂੰ ਚਾਹ ਪੀਣ ਤੋਂ ਬਾਅਦ ਸਭ ਤੋਂ ਪਹਿਲਾਂ ਤਾਂ ਜ਼ਰੂਰੀ ਉਹੀ ਸੀ ਵੀ ਆਪਾਂ ਗਾ ਕੇ ਦੇਖਦੇ ਹਾਂ ਵੀ ਕਿਵੇਂ ਦਾ ਲੱਗਦਾ, ਹੈ ਨਾ। ਪਰੀ ਨੇ ਕਿਹਾ ਵੀ ਮੈਨੂੰ ਨਾ ਕੌਨਫੀਡੈਂਸ ਨਹੀਂ ਹੈ ਇੰਨਾ, ਮੈਂ ਗਾ ਲੂੰਗੀ ਪਰ ਮੈਨੂੰ ਪਹਿਲੀ ਵਾਰੀ ਮੇਰੇ ਤੋਂ ਗਾਇਆ ਨਹੀਂ ਜਾਣਾ। ਮੈਨੂੰ ਆਉਣ ਤੋਂ ਪਹਿਲਾਂ ਹੀ ਮੈਸੇਜ ਕਰਤਾ ਸੀ, ਮੈਂ ਕੋਈ ਗੱਲ ਨਹੀਂ, ਠੀਕ ਹੈ। ਅਤੇ ਸਟੂਡੀਓ 'ਚ ਗਏ ਹੇਠਾਂ, ਪਰੀ ਨੇ ਗਾਇਆ, ਬਹੁਤ ਡਰ ਕੇ ਗਾਇਆ, ਪਰ ਇਹ ਜਦੋਂ ਗਾਉਂਦੀ ਸੀ ਇਹਦੀ ਵੋਕਲ ਦੀ ਟੋਨ ਸੀ ਜਿਹੜੀ, ਉਹ ਮੈਨੂੰ ਪਤਾ ਸੀ ਵੀ ਇਹਨੇ ਵਧੀਆ ਗਾ ਲੈਣਾ, ਵੀ ਉੱਦਾਂ ਹੀ ਹੁਣ ਕੌਨਫੀਡੈਂਸ ਨਹੀਂ ਹੈ ਜਾਂ ਇੱਕ ਨਵੇਂ ਨੇ ਸਾਰੇ ਜਾਣੇ, ਤਾਂ ਉਹਦੇ ਕਰਕੇ ਵੀ ਥੋੜ੍ਹਾ ਜਿਹਾ ਇੱਕ ਵਾਰੀ ਪਹਿਲੀ ਵਾਰੀ ਆ ਕੇ ਸਟੂਡੀਓ 'ਚ ਗਾ ਰਹੀ ਆ। ਅਤੇ ਮੈਂ ਚੇਤ ਵੱਲ ਦੇਖਿਆ, ਮੈਂ ਉਹਨੂੰ ਪੁੱਛਿਆ ਵੀ, ਕਿਉਂਕਿ ਉਹ ਜਦੋਂ ਰਿਕਾਰਡ ਕਰਦੇ ਹਾਂ ਬਾਕੀ ਸਾਰਿਆਂ ਦੀਆਂ, ਤਾਂ ਉਹ ਸਾਰੇ ਵਧੀਆ ਠੀਕ ਗਾਉਣ ਵਾਲੇ ਹੁੰਦੇ ਨੇ, ਪਹਿਲੀ ਵਾਰੀ ਕਿਸੇ ਨੇ ਗਾਉਣਾ ਨਹੀਂ ਹੁੰਦਾ। ਮੈਂ ਚੇਤ ਵੱਲ ਮੈਂ ਮੂੰਹ ਕੀਤਾ ਵੀ ਆਵਾਜ਼ ਕਿਵੇਂ ਦੀ ਲੱਗਦੀ ਹੈ ਮੈਨੂੰ, ਕਹਿੰਦਾ ਨਹੀਂ। ਫਿਰ ਹੋਰ ਸੀਗੇ ਦੋ ਤਿੰਨ ਜਾਣੇ, ਰੋਨੀ ਬੈਠਾ ਸੀ, ਮੈਂ ਰੋਨੀ ਨੂੰ ਪੁੱਛਿਆ, ਇੱਦਾਂ ਹੀ ਦੇਖਿਆ ਮੈਂ ਵੀ ਆਵਾਜ਼ ਕਿਵੇਂ ਦੀ ਆ, ਕਹਿੰਦਾ। ਪ੍ਰੀਤ ਨੇ ਫਿਰ ਮੈਨੂੰ ਪੁੱਛਿਆ, ਮੇਰੇ ਵੱਲ ਵੇਖਿਆ ਵੀ ਕਿੱਦਾਂ ਦਾ, ਮੈਂ ਹਾਂ ਵਧੀਆ ਠੀਕ ਹੈ, ਇਹਨੇ ਬਹੁਤ ਵਧੀਆ ਗਾਉਣਾ। ਅੱਛਾ। ਅਤੇ ਪਹਿਲੇ ਦਿਨ ਬਹੁਤ ਘਬਰਾ ਕੇ ਗਾਇਆ ਇਹਨੇ, ਦੂਜੀ ਵਾਰੀ ਆਈ, ਦੂਜੀ ਵਾਰੀ ਵੀ ਬਹੁਤ ਘਬਰਾ ਕੇ ਗਾਇਆ। ਇਹਨੂੰ ਕੁਛ ਨਹੀਂ ਕਿਹਾ ਵੀ ਤੂੰ ਆਪਣੀ ਪ੍ਰੈਕਟਿਸ ਕਰ ਜਾਂ ਕੁਛ, ਮੈਨੂੰ ਪਤਾ ਸੀ ਵੀ ਇਹ ਵਧੀਆ ਗਾ ਲੈਂਦੀ ਆ, ਬਸ ਉਹ ਇੱਕ ਝਿਜਕ ਸੀਗੀ। ਝਿਜਕ ਸੀਗੀ। ਅਤੇ ਤੀਜੀ ਕੁ ਵਾਰੀ ਇਹਨੇ ਮਿੰਟ ਮਾਰਿਆ। ਅੱਛਾ। ਅਤੇ ਫਿਰ ਜਦੋਂ ਦੂਜਾ ਗਾਣਾ ਕਰਿਆ, ਉਹ ਰਾਤ ਨੂੰ ਡੇਢ ਵਜੇ ਮੈਂ, ਹਾਂ ਹਾਂ ਰਾਤ ਨੂੰ ਡੇਢ ਵਜੇ ਮੈਂ ਉਠਾਇਆ ਚੇਤ ਨੂੰ, ਸੋਰੀ ਜਾਗਦੇ ਸੀਗੇ ਘਰ, ਮੈਂ ਬਾਹਰ ਤੁਰਿਆ ਫਿਰਦਾ ਸੀ। ਮੈਂ ਪਰੀ ਨੂੰ ਕਿਹਾ ਅਤੇ ਪ੍ਰੀਤ ਨੂੰ ਕਿਹਾ, ਚੇਤ ਨੂੰ ਕਿਹਾ, ਮੈਂ ਸਟੂਡੀਓ ਚਲੋ ਆਪਾਂ ਗਾਣਾ ਬਣਾਉਣਾ, ਮੈਂ ਅੱਜ ਹੀ ਬਣਾ ਕੇ ਅੱਜ ਹੀ ਲਿਖ ਕੇ, ਅਤੇ ਕੱਲ੍ਹ ਨੂੰ ਵੀਡੀਓ ਸ਼ੂਟ ਕਰਕੇ ਆਪਾਂ ਪਰਸੋਂ ਨੂੰ ਕੱਢਣਾ। ਅਤੇ ਉਹ ਵੀ ਮੈਂ ਨਾਲ ਨਾਲ ਹੀ ਲਿਖ ਕੇ ਦਿੱਤਾ, ਅਤੇ ਪਰੀ ਨੇ ਮਿੰਟ 'ਚ ਹੀ ਗਾਤਾ ਨਾਲ ਨਾਲ ਹੀ। ਅੱਛਾ। ਹਾਂਜੀ। ਅਤੇ ਉਹ ਤੱਕ ਫਿਰ ਘੁਲ ਮਿਲ ਗਏ ਸੀਗੇ, ਇਹ ਕਾਫੀ ਬਹੁਤ ਪਸੰਦ ਕੀਤਾ ਲੋਕਾਂ ਨੇ, ਪਹਿਲਾ ਗਾਣਾ ਵੀ, ਦੂਜਾ ਗਾਣਾ ਵੀ, ਫਿਰ ਤੀਜਾ ਗਾਣਾ ਵੀ। ਇਹ ਵੀ ਇਹ ਘਰੇ ਬੈਠੇ ਬੈਠੇ ਬਣਾਇਆ ਸੀ, ਜਸ਼ਨ ਨੇ ਘਰੇ ਸਿਸਟਮ ਲਾਇਆ ਹੋਇਆ, ਚੇਤ ਛੁੱਟੀ ਗਿਆ ਹੋਇਆ ਸੀ, ਪਿੰਡ ਗਿਆ ਹੋਇਆ ਸੀ, ਅਤੇ ਘਰੇ ਉੱਦਾਂ ਹੀ ਬਸ ਗੱਲਾਂ ਬਾਤਾਂ ਕਰਦੇ ਸੀਗੇ। ਅਤੇ ਉਹਨੂੰ ਮੈਂ ਕਿਹਾ ਕੋਈ ਬੀਟ ਬਣਾ ਲਾ, ਜਸ਼ਨ ਨੇ ਬੀਟ ਬਣਾਈ, ਉਦੋਂ ਹੀ ਅਸੀਂ ਬਣਾ ਕੇ ਰਿਕਾਰਡ ਕਰ ਲਿਆ, ਅਤੇ ਇਹ ਵੀ ਗਾਣਾ ਵਧੀਆ ਬਣ ਗਿਆ। ਫਿਰ ਨਾਲ ਸ਼ੋਜ਼ ਦੀਆਂ ਇਨਕੁਆਇਰੀਜ਼ ਆਉਣ ਲੱਗ ਗਈਆਂ, ਦੋ ਗਾਣਿਆਂ ਤੋਂ, ਇੱਕ ਗਾਣੇ ਤੋਂ ਬਾਅਦ ਹੀ ਲੱਗ ਗਏ ਸੀ ਸ਼ੋਜ਼ ਦੇ ਫੋਨ ਆਉਣ ਤਾਂ। ਹਾਂਜੀ। ਦੂਜੇ ਗਾਣੇ ਤੋਂ ਬਾਅਦ ਵੀ ਫਿਰ ਮੈਂ ਪਰੀ ਨੂੰ ਕਿਹਾ ਵੀ ਹੁਣ ਤੈਨੂੰ ਤਿਆਰੀ ਕਰਨੀ ਪੈਣੀ ਆ ਦੋ ਤਿੰਨ ਘੰਟੇ ਗਾਉਣ ਦੀ, ਤਾਂ ਫਿਰ ਸਾਰੇ ਜਾਣੇ ਲੱਗੇ ਰਹਿੰਦੇ ਨੇ, ਅਤੇ ਹੁਣ ਪੂਰੀ ਪ੍ਰੋਪਰ ਵਧੀਆ ਤਿਆਰੀ ਆ ਪਰੀ ਦੀ। ਸੋ ਤਿੰਨ ਗਾਣਿਆਂ ਤੋਂ ਬਾਅਦ ਤੁਹਾਨੂੰ ਕਿੱਦਾਂ ਲੱਗਦਾ, ਤੁਹਾਡੇ ਆਪਣੇ ਤਿੰਨ ਗਾਏ ਹੋਏ ਗਾਣਿਆਂ ਤੋਂ ਬਾਅਦ ਤੁਸੀਂ ਕੀ ਗਰੋਥ ਦੇਖਦੇ ਹੋ ਆਪਣੀ, ਕੀ ਚੇਂਜਿਸ ਆਏ ਨੇ? ਚੇਂਜਿਸ ਜਿੱਦਾਂ ਪਹਿਲਾਂ, ਮਤਲਬ ਪਹਿਲਾਂ ਸੌਂਗ ਕੀਤਾ ਸੀਗਾ ਉਦੋਂ, ਮਤਲਬ ਮੈਨੂੰ ਪਹਿਲਾਂ ਨਾ ਇੱਦਾਂ ਲੱਗਦਾ ਸੀਗਾ ਕਿ ਮੈਂ ਗਾ ਵੀ ਲਊਂਗੀ, ਬੜਾ ਮਤਲਬ ਕੌਨਫੀਡੈਂਸ ਲੈਵਲ ਘੱਟ ਸੀਗਾ ਗਾਉਣ ਦਾ।
ਅਤੇ ਫਿਰ ਜਦੋਂ ਹੌਲੀ ਹੌਲੀ ਕਰਦੇ ਗਏ ਹਾਨਣੇ ਆ ਗਿਆ, ਫਿਰ ਆ ਦਿਲ 'ਤੇ ਆ ਗਿਆ, ਅਤੇ ਫਿਰ ਹੁਣ ਵਧੀਆ ਪਰਫੋਰਮੈਂਸ ਦਿੰਦੇ ਹੋਏ ਤਾਂ ਸਾਨੂੰ ਲੱਗਦਾ ਨਹੀਂ ਗਾ ਕੋਈ ਕੋਈ ਚੀਜ਼ ਤੁਹਾਡੇ 'ਚ ਹੁੰਦੀ ਹੋਊਗੀ, ਹੈ ਨਾ? ਹਾਂਜੀ, ਪਰਫੋਰਮੈਂਸ ਦਾ ਤਾਂ ਕੋਈ ਨਹੀਂ ਹੁੰਦਾ ਕਿਉਂਕਿ ਮੈਂ ਕਾਲਜ ਟਾਈਮ ਵੀ ਅਤੇ ਸਕੂਲ ਟਾਈਮ ਵੀ ਕੀਤੀਆਂ ਪਰਫੋਰਮੈਂਸਿਸ ਤਾਂ ਪਹਿਲਾਂ ਗਿੱਧਾ ਵਗੈਰਾ ਕੀਤਾ ਸੀਗਾ। ਹਾਂਜੀ, ਇਹਨਾਂ ਨੂੰ ਬਹੁਤ ਸਾਰੀਆਂ ਔਫਰਸ ਆ ਰਹੀਆਂ ਨੇ ਫਿਲਮਾਂ ਲਈ ਵੀ ਜਾਂ ਬਹੁਤ ਸਾਰੇ ਸ਼ੋਅਜ਼ ਜਾਂ ਟੂਰ ਔਫਰ ਹੋਏ ਨੇ, ਪਰ ਜੀ ਬਹੁਤ ਸਾਰੀਆਂ ਚੀਜ਼ਾਂ ਤੁਸੀਂ ਮਨਾ ਵੀ ਕਰ ਰਹੇ ਹੋ, ਇਹ ਕਿਉਂ? ਕਿਉਂਕਿ ਕਈ ਵਾਰੀ ਆਰਟਿਸਟ ਬਾਅਦ 'ਚੋਂ ਇਹ ਵੀ ਕਹਿ ਦਿੰਦਾ ਕਿ ਮੈਨੂੰ ਬਹੁਤ ਔਫਰ ਆਉਂਦੇ ਸੀਗੇ, ਮੇਰੇ ਪ੍ਰੋਡਿਊਸਰ ਨੇ ਮੇਰਾ ਫਿਊਚਰ ਨਹੀਂ ਬਣਨ ਦਿੱਤਾ। ਹਾਂਜੀ, ਅਤੇ ਜਿਵੇਂ ਪਰੀ ਦਾ ਜੇ ਪਹਿਲਾਂ ਗਾਣਾ ਵੀ ਕੀਤਾ ਸੀ ਤਾਂ ਜਿਵੇਂ ਆਹ ਵੀ ਪੋਸਟਰ ਆ, ਪਰੀ ਦੇ ਜਿੰਨੇ ਵੀ ਪੋਸਟਰ ਆਪਾਂ ਵੇਖਾਂਗੇ ਤਾਂ ਉਹ ਸਾਰੇ ਫਰੰਟ ਫੇਸ ਨੇ। ਪਰੀ ਨੂੰ ਲਾਂਚ ਜਦੋਂ ਕੀਤਾ ਸੀ ਤਾਂ ਮੈਂ ਤਾਂ ਸੋਚਿਆ ਹੋਇਆ ਸੀ ਵੀ ਇਹਨੂੰ ਕਿਵੇਂ ਲਾਂਚ ਕਰਨਾ, ਕਿਹੜੇ ਵੇਲੇ ਕੀ ਕਰਨਾ, ਕਦੋਂ ਫਿਲਮ ਕਰਨੀ ਹੈ, ਕਿੱਦਾਂ ਦੀ ਫਿਲਮ ਕਰਨੀ ਹੈ, ਤਾਂ ਉਹ ਪਹਿਲੇ ਦਿਨ ਤੋਂ ਹੀ ਸੋਚ ਸਮਝ ਕੇ ਕੀਤਾ ਸੀ। ਪਰ ਥੈਂਕ ਯੂ ਸਾਰਿਆਂ ਦਾ ਜਿਨ੍ਹਾਂ ਨੇ ਫਿਲਮਾਂ ਲਈ ਪੁੱਛਿਆ। ਹੁਣ ਤਾਂ ਸਾਊਥ ਵਾਲਿਆਂ ਨੇ ਬੜਿਆਂ ਨੇ ਅਪਰੋਚ ਕੀਤਾ, 3-4 ਜਣਿਆਂ ਨੇ। ਅੱਛਾ, ਅਤੇ ਹੁਣ ਜਿਵੇਂ ਉੱਥੇ ਪਤਾ ਨਹੀਂ ਵੀ ਕੌਣ ਕਿੱਦਾਂ ਦਾ ਪ੍ਰੋਡਿਊਸਰ, ਕਿੱਦਾਂ ਦਾ ਡਾਇਰੈਕਟਰ ਆ, ਤਾਂ ਫਿਰ ਜਿਹੜੇ ਕੋਈ ਬੰਬੇ ਦੋਸਤ ਨੇ ਜਾਂ ਇੱਧਰ ਉੱਧਰ, ਮੈਂ ਉਹਨਾਂ ਨੂੰ ਪੁੱਛਦਾ ਜਿਸ ਵੇਲੇ ਵੀ ਮੈਂ ਮੈਸੇਜ ਕਰਕੇ ਪੁੱਛਿਆ ਕਿ ਆਹ ਫਲਾਣੇ ਬੰਦੇ ਨੇ ਅਪਰੋਚ ਕੀਤਾ ਅਤੇ ਕਿੱਦਾਂ ਦੀਆਂ ਇੱਥੇ ਫਿਲਮਾਂ ਬਣਾਉਂਦੇ ਨੇ ਅਤੇ ਕਿੱਦਾਂ ਦਾ ਕੰਮ ਕਰਦੇ ਨੇ, ਅਤੇ ਹੁਣ ਤਾਂ ਉੱਥੋਂ ਦੀਆਂ ਫਿਲਮਾਂ ਵਾਲੇ ਵੀ ਕਾਫੀ ਪੁੱਛ ਰਹੇ ਨੇ। ਪਰ ਉਹ ਜਿਹੜੀ ਚੀਜ਼ ਤਰੀਕੇ ਨਾਲ ਅਸੀਂ ਸੋਚ ਸਮਝ ਕੇ ਕਰੀਏ ਤਾਂ ਉਹ ਵਧੀਆ ਹੁੰਦਾ। ਮੈਂ ਕਹਿਣਾ ਸੀਗਾ ਵੀ ਥੈਂਕ ਯੂ ਜਿਨ੍ਹਾਂ ਨੇ ਸਾਰਿਆਂ ਨੇ ਅਪਰੋਚ ਕੀਤਾ, ਕਿਉਂਕਿ ਉਹਨਾਂ ਨੂੰ ਜੇ ਲੱਗਿਆ ਤਾਂ ਹੀ ਉਹਨਾਂ ਨੇ ਪੁੱਛਿਆ ਕਿ ਪਰੀ ਫਿਲਮ ਕਰ ਸਕਦੀ ਹੈ। ਉਹਨਾਂ ਨੂੰ ਤਾਂ ਲੱਗਿਆ ਕਿ ਪ੍ਰੈਜੈਂਟ ਹੀ ਪਰੀ ਨੂੰ ਉਸ ਤਰੀਕੇ ਨਾਲ ਕੀਤਾ, ਜੇ ਪਹਿਲਾ ਗਾਣਾ ਵੀ ਸੀ ਸ਼ੀਸ਼ਾ, ਉਹਦੇ ਵੀ ਜੇ ਫਿਲਮਾਂ ਵਾਂਗੂ ਹੀ ਉਹਦਾ ਪੋਸਟਰ ਬਣਾ ਕੇ ਉਹਦੇ ਬਿਲਬੋਰਡ ਅਸੀਂ ਮਾਰਕੀਟਿੰਗ ਉਹਦੀ ਉਸ ਗਾਣੇ ਦੀ ਉੱਦਾਂ ਕੀਤੀ, ਉਹਦਾ ਜਿਹੜਾ ਪਹਿਲੇ ਗਾਣੇ ਦਾ DOP ਸੀਗਾ, ਤਾਂ ਮੈਨੂੰ ਲੱਗਦਾ ਹੁੰਦਾ ਸੀ ਵੀ ਜਿਹੜੇ ਫਿਲਮਾਂ ਵਾਲੇ ਟੈਕਨੀਸ਼ੀਅਨ ਹੁੰਦੇ ਨੇ ਉਹ ਕਲੋਜ਼ ਬੜੇ ਵਧੀਆ ਉਹਨਾਂ ਦੇ ਹੁੰਦੇ ਨੇ ਬਾਲੀਵੁੱਡ ਦੀਆਂ ਫਿਲਮਾਂ 'ਚ ਕਿਤੇ ਵੀ, ਤਾਂ ਉਹਨਾਂ ਨੂੰ ਉੱਥੋਂ ਹਾਇਰ ਕੀਤਾ ਅਤੇ ਉੱਦਾਂ ਦੀਆਂ ਲੁੱਕਸ ਰੱਖੀਆਂ। ਦੂਜਾ ਗਾਣਾ ਵੀ ਜਿਹੜਾ ਕੀਤਾ ਉਹਦੇ 'ਚ ਵੀ ਪਰੀ ਦੀਆਂ ਲੁੱਕਸ ਵਿਖਾਈਆਂ, ਅਤੇ ਜਿਹੜਾ ਹੁਣ ਆ ਚੌਥਾ ਗਾਣਾ 'ਚ ਜਿਹਦੇ 'ਚ ਐਕਟਿੰਗ ਕੀਤੀ ਆ ਪਰੀ ਨੇ, ਉਹ ਪਰੀ ਦੀ ਜਦੋਂ ਇਹ ਸੀਗਾ ਪਰੀ ਨੂੰ ਮੈਂ ਕਿਹਾ ਮੈਂ ਪਰੀ ਵੀ ਹੁਣ ਫਿਲਮਾਂ ਦੀਆਂ ਔਫਰ ਆ ਤਾਂ ਰਹੀਆਂ ਨੇ ਵੀ ਆਪਾਂ ਇੱਕ ਵੀਡੀਓ ਕਰਕੇ ਵੇਖਦੇ ਹਾਂ ਵੀ ਤੂੰ ਕਿੱਦਾਂ ਕਦੀ ਐਕਟਿੰਗ ਕਿਹੜੀ ਕਿਹੜੀ ਕਰ ਲੈਂਦੀ ਆ, ਤਾਂ ਫਿਰ ਉਹਦੇ 'ਚ ਫਿਰ ਰੋਣ ਧੋਣ ਵਾਲਾ ਵੀ ਸੀਗਾ ਕੰਮ, ਜਿਹੜਾ ਕਿ ਮੈਂ ਕਦੇ ਕੀਤਾ ਨਹੀਂ ਲਾਈਫ 'ਚ, ਅਤੇ ਇਹਨੇ ਉੱਥੇ ਸੈੱਟ 'ਤੇ ਕਹਿੰਦੇ ਤੁਸੀਂ ਉੱਧਰ ਚਲੇ ਜਾਓ, ਫਿਰ ਮੈਂ ਹੁਣ ਇਕੱਲੀ ਨੇ ਕਰਕੇ ਵੇਖਣਾ ਰੋਣ ਵਾਲਾ ਜਿਹੜਾ ਐਕਟ ਸੀਗਾ, ਪਰ ਇਹਨੇ ਬਹੁਤ ਵਧੀਆ ਤਰੀਕੇ ਨਾਲ ਕੀਤਾ। ਉਹ ਪੋਸਟਰ ਵੀ ਜਿਹੜਾ ਉਹਦਾ ਆਇਆ ਤਾਂ ਉਹ ਪੋਸਟਰ ਤੋਂ ਬਾਅਦ ਮੈਨੂੰ ਬਹੁਤ ਮੈਸੇਜ ਆਏ ਵੀ ਇਹਦੇ 'ਤੇ ਜਿਹੜੀ ਇਹ ਇੱਦਾਂ ਦੀ ਲੁੱਕ ਆ, ਇਹ ਬੜੀ ਵਧੀਆ ਇਨੋਸੈਂਟ ਜਿਹਾ ਫੇਸ ਆ ਅਤੇ ਬਹੁਤ ਸਪੈਸ਼ਲ ਲੱਗਦਾ, ਤਾਂ ਉਹ ਮਨਾ ਕਰਨ ਵਾਲੀ ਗੱਲ ਹੈ, ਇੱਦਾਂ ਦਾ ਕੁਛ ਨਹੀਂ ਹੈ ਕਿ ਉਹਨਾਂ ਨੇ ਚੀਜ਼ਾਂ ਕੋਈ ਖਰਾਬ ਚੀਜ਼ਾਂ ਤਾਂ ਕੋਈ ਵੀ ਨਹੀਂ ਬਣਾਉਂਦਾ, ਸਾਰੇ ਵਧੀਆ ਹੀ ਬਣਾਉਂਦੇ ਨੇ। ਅਜੇ ਲੱਗਦਾ ਸੀ ਵੀ ਸਹੀ ਟਾਈਮ ਨਹੀਂ ਹੈ, ਮੈਨੂੰ ਇੱਦਾਂ ਲੱਗਦਾ ਸੀਗਾ। ਹੁਣ ਜਿਵੇਂ ਅਜੇ ਤਿਆਰੀ ਕਰ ਰਹੀ ਹੈ ਪਰੀ ਸਾਰੀਆਂ ਚੀਜ਼ਾਂ ਦੀ, ਤਾਂ ਮੈਨੂੰ ਸੀਗਾ ਵੀ ਉਹ ਤਿਆਰੀ ਹੋਵੇ ਇਹਦੀ ਸਾਰੀਆਂ ਚੀਜ਼ਾਂ ਲਈ, ਜੇ ਸ਼ੋਜ਼ ਵੀ ਕਰਨ ਜਾਣੇ ਨੇ ਜੇ ਜਿਹੜੇ ਦਿਨ ਇਹਨੇ ਸਟੇਜ 'ਤੇ ਜਾਣਾ ਤਾਂ ਇਹਦੀ ਪ੍ਰੋਪਰ ਤਿਆਰੀ ਹੋਵੇ। ਇਹਦਾ ਪਹਿਲਾ ਗਾਣਾ ਵੀ ਜੇ ਆਇਆ ਸੀਗਾ ਤਾਂ ਉਹਦੇ 'ਚ ਕੋਈ ਇਹ ਨਹੀਂ ਕਹਿ ਸਕਦਾ ਕਿ ਮਾੜਾ ਗਾ ਰਹੀ ਆ ਜਾਂ ਬੁਰਾ ਪਰਫੋਰਮ ਕਰ ਰਹੀ ਆ, ਤਾਂ ਮੈਨੂੰ ਹੁੰਦਾ ਵੀ ਉਹ ਮੇਰੀ ਜ਼ਿੰਮੇਵਾਰੀ ਜਾਂ ਆਪਣੀ ਟੀਮ ਦੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੁੰਦੀ ਆ ਜੇ ਸਾਡਾ ਆਰਟਿਸਟ ਹੈ ਕਿ ਉਹ ਪਰਫੈਕਟ ਲੱਗੇ ਸਾਰਿਆਂ ਨੂੰ। ਇਸੇ ਕਰਕੇ ਅਜੇ 2-3 ਗਾਣੇ ਆਏ ਨੇ ਤਾਂ ਹੀ ਤਾਂ ਸ਼ੋਜ਼ ਲਈ ਪੁੱਛਦੇ ਨੇ ਲੋਕ, ਨਹੀਂ ਤਾਂ ਜੇ ਤੁਸੀਂ ਉੱਦਾਂ ਹੀ ਕਿਸੇ ਵੀ ਤਰ੍ਹਾਂ ਦੇ ਕੋਈ ਵੀ ਗਾਣੇ ਜੇ ਉੱਦਾਂ ਕਿਸੇ ਵੀ ਪੱਖੋਂ ਘੱਟ ਰਿਹਾ ਜਿਵੇਂ ਪਰਫਾਰਮੈਂਸ ਵਾਈਜ਼ ਜਾਂ ਵੋਕਲ ਵਾਈਜ਼ ਜਾਂ ਲਿਰਿਕਸ ਵਾਈਜ਼, ਤਾਂ ਉਹ ਉਹਨਾਂ ਨਹੀਂ ਉਤਰਦਾ ਲੋਕਾਂ 'ਚ। ਬਿਲਕੁਲ ਬਿਲਕੁਲ। ਪਰ ਇਹ ਤਾਂ ਤੁਹਾਡੇ ਪ੍ਰੋਡਿਊਸਰ ਦੇ ਡਿਸੀਜਨ ਨੇ ਤੁਹਾਨੂੰ ਲੈ ਕੇ, ਤੁਸੀਂ ਐਗਰੀ ਕਰਦੇ ਹੁੰਦੇ ਹੋ? ਹਾਂਜੀ, ਜਿਹੜੀਆਂ ਚੀਜ਼ਾਂ 'ਚ ਮਤਲਬ ਕਰਨ ਵਾਲਾ ਹੁੰਦਾ ਆ ਉਹ ਐਗਰੀ ਕਰੀਦਾ ਆ। ਪਰ ਤੁਹਾਡੀ ਇਨਵੋਲਵਮੈਂਟ ਕਿੰਨੀ ਕੁ ਰਹਿੰਦੀ ਆ ਵੀ ਜੇ ਭਾਅ ਜੀ ਕਹਿ ਦਿੰਦੇ ਨੇਗੇ ਕਿ ਪਰੀ ਆ ਇਸ ਚੀਜ਼ ਲਈ ਤੁਹਾਨੂੰ ਔਫਰ ਆਇਆ ਅਤੇ ਮੈਂ ਮਨਾ ਕਰਨ ਲੱਗਿਆ, ਹੈ ਨਾ, ਤੁਸੀਂ ਉਹਨਾਂ ਨੂੰ ਕਦੇ ਸਵਾਲ ਕਰਦੇ ਹੋ ਵੀ ਕਿਉਂ ਮਨਾ ਕਰ ਰਹੇ ਹੋ ਤੁਸੀਂ? ਕੋਈ ਕਨਵਰਸੇਸ਼ਨ, ਕੋਈ ਡਿਸਕਸ਼ਨ ਤੁਹਾਡੀ ਰਹਿੰਦੀ ਉਹਨਾਂ ਦੇ ਨਾਲ? ਨਹੀਂ, ਇੱਦਾਂ ਦੀ ਤਾਂ ਕੋਈ ਨਹੀਂ। ਬਟ ਫਿਰ ਵੀ ਤੁਸੀਂ, ਕਿਉਂਕਿ ਉਹਨਾਂ ਦਾ ਐਕਸਪੀਰੀਅੰਸ ਹੈਗਾ ਆ ਇੰਨਾ ਕਿ ਉਹਨਾਂ ਨੂੰ ਪਤਾ ਆ ਕਿ ਮੈਨੂੰ ਕਿੱਥੇ ਮਤਲਬ ਕਿਹੜੀ ਚੀਜ਼ ਲਈ ਮੈਨੂੰ ਕਿੱਦਾਂ ਪ੍ਰੈਜੈਂਟ ਕਰਨਾ ਆ, ਉਹਨਾਂ ਨੂੰ ਇੰਨਾ ਪਤਾ ਆ ਮੈਨੂੰ, ਉੱਦਾਂ ਯਕੀਨ ਹੈਗਾ ਆ।
ਜਿਵੇਂ ਤੁਸੀਂ ਸੋਸ਼ਲ ਮੀਡੀਆ ਇਨਫਲੂਐਂਸਰ ਰਹੇ ਹੋ ਹੈ ਨਾ, ਤਾਂ ਉਸ ਤੋਂ ਬਾਅਦ ਉਹ ਲੋਕ ਜਦੋਂ ਕੋਈ ਗਾਣਾ ਕਰਦੇ ਨੇ ਜਾਂ ਕੋਈ ਫਿਲਮ ਕਰਦੇ ਨੇਗੇ ਹੈ ਨਾ, ਤਾਂ ਲੋਕ ਉਹਨਾਂ 'ਤੇ ਇੱਕ ਇਹ ਵੀ ਰੱਖਦੇ ਨੇ ਵੀ ਇਹਨਾਂ ਕੋਲ ਸੋਸ਼ਲ ਮੀਡੀਆ ਪੇਜ ਸੀ, ਇਹਨਾਂ ਕੋਲ ਫੋਲੋਅਰ ਸੀਗੇ, ਤਾਂ ਉਹਦੇ ਸਿਰ 'ਤੇ ਅੱਗੇ ਆ ਗਏ ਨੇ ਨਾ, ਤਾਂ ਉਸ ਚੀਜ਼ ਲਈ ਤੁਸੀਂ ਕੁਛ ਕਹਿਣਾ ਚਾਹੁੰਦੇ ਹੋ ਕਿ ਸਿਰਫ ਸੋਸ਼ਲ ਮੀਡੀਆ ਫੋਲੋਅਰਸ ਹੀ ਕਾਫੀ ਹੁੰਦੇ ਨੇ ਤੁਹਾਨੂੰ ਅੱਗੇ ਲੈ ਕੇ ਜਾਣ 'ਚ, ਜਾਂ ਹੋਰ ਕਿਹੜੀਆਂ ਚੀਜ਼ਾਂ ਦੀ ਐਫਰਟ ਹੁੰਦੀ ਆ ਉਹਦੇ ਪਿੱਛੇ? ਮੈਨੂੰ ਲੱਗਦਾ ਜਿਹੜੇ ਫੋਲੋਅਰਸ ਹੁੰਦੇ ਨੇ ਉਹ ਤਾਂ ਅੱਗੇ ਲੈ ਕੇ ਜਾਣ 'ਚ ਤਾਂ ਨਹੀਂ, ਉਹ ਹੈਲਪ ਕਰਦੇ, ਇੱਕ ਮਾਰਕੀਟਿੰਗ ਦਾ ਜ਼ਰੀਆ ਬਣਦੇ ਨੇ। ਮਾਰਕੀਟਿੰਗ ਕਿਸ ਚੀਜ਼ ਦੀ? ਆਰਟਿਸਟ ਦੀ, ਉਹਦੀ ਪਰਫੋਰਮੈਂਸ ਦੀ, ਜਾਂ ਉਹਦੇ ਕੰਟੈਂਟ ਜਿਹੜਾ ਉਹਦਾ ਸਮਾਨ ਹੁੰਦਾ, ਜਿਹੜੇ ਉਹਦੇ ਗਾਣੇ ਹੁੰਦੇ ਨੇ, ਮਿਊਜ਼ਿਕ ਨੂੰ। ਜੇ ਹੁਣ ਪਰੀ ਦਾ ਕੋਈ ਗਾਣਾ ਜੇ ਕਰਦੇ ਹਾਂ ਤਾਂ ਉਹ ਸਾਰੇ ਅੱਡ ਅੱਡ ਟੂਲ ਹੀ ਨੇ, ਭਾਵੇਂ ਉਹ ਯੂਟਿਊਬ ਆ, ਭਾਵੇਂ ਸਪੋਟੀਫਾਈ ਆ, ਭਾਵੇਂ ਐਪਲ ਮਿਊਜ਼ਿਕ ਆ, ਤਾਂ ਉੱਥੇ ਗਾਣਾ ਪਾ ਦਿੰਦੇ ਹਾਂ ਤਾਂ ਹੀ ਲੋਕਾਂ ਤੱਕ ਪਹੁੰਚੂਗਾ। ਜੇ ਪਰੀ ਦੇ ਫੋਲੋਅਰ ਹੈਗੇ ਨੇ ਤਾਂ ਉਹਨਾਂ ਨੂੰ ਉਹਦੇ ਤੋਂ ਪਤਾ ਲੱਗ ਜੂ ਕਿ ਅੱਛਾ ਇਹ ਗਾਣਾ ਆਇਆ ਤਾਂ ਇਹਨੂੰ ਸੁਣ ਕੇ ਦੇਖ ਲਈ, ਜੇ ਚੰਗਾ ਹੋਊ ਸੁਣ ਲੈਣਗੇ, ਜੇ ਨਹੀਂ ਚੰਗਾ ਹੋਊ ਤਾਂ ਉਹ ਫੋਲੋਅਰਸ ਨਹੀਂ ਕੰਮ ਆਉਂਦੇ ਸਾਡੇ। ਤੁਸੀਂ ਇਹਨਾਂ ਨੂੰ ਮਿਲਣ ਤੋਂ ਪਹਿਲਾਂ ਇਹਨਾਂ ਨੂੰ ਜਾਣਦੇ ਸੀ? ਹਾਂਜੀ ਹਾਂਜੀ, ਬਿਲਕੁਲ ਸਵਾਲ ਆ, ਪਰ ਫਿਰ ਵੀ ਪੁੱਛਣਾ ਚਾਹੁੰਦੀ ਹਾਂ। ਹਾਂਜੀ ਜਾਣਦੇ ਸੀ। ਅੱਛਾ ਭਾਅ ਜੀ, ਅਕਸਰ ਤੁਹਾਡੀ ਵਾਰੀ ਇੰਡਸਟਰੀ ਪਹਿਲਾਂ ਸੌਂਗਸ ਵੀ ਕਾਫੀ ਸੁਣੇ ਆ ਨਾ? ਅੱਛਾ ਹਾਂਜੀ, ਕਾਫੀ ਸੌਂਗਸ ਸੀਗੇ, ਜਿੱਦਾਂ ਜੌਰਡਨ ਸੰਧੂ ਦੇ ਕਾਫੀ ਸੌਂਗਸ ਸੀਗੇ, ਉਹ ਵੀ ਸਾਰੇ ਸੁਣੇ ਨੇ। ਅੱਛਾ, ਤੁਹਾਡੇ ਵਾਰੀ ਇੰਡਸਟਰੀ 'ਚ ਇਹ ਵੀ ਮਿੱਥ ਆ ਕਿ ਮੰਨ ਲਓ ਕਿਸੇ ਆਰਟਿਸਟ ਦੇ ਪਿਛਲੇ 3-4 ਗਾਣੇ ਵਧੀਆ ਨਹੀਂ ਗਏ, ਜਾਂ ਉਹਨਾਂ ਦਾ ਥੋੜ੍ਹਾ ਜਿਹਾ ਕੰਮ ਇਸ ਟਾਈਮ ਠੰਡਾ ਨਹੀਂ ਆਪਾਂ ਕਹਿ ਸਕਦੇ, ਵੀ ਠੀਕ ਠਾਕ ਚੱਲ ਰਿਹਾ ਵਾ, ਅਤੇ ਉਹ ਕਹਿ ਦਿੰਦੇ ਨੇ ਵੀ ਹੁਣ ਇੱਕ ਗਾਣਾ ਬੰਟੀ ਬੈਂਸੁਰਾ ਨਾਲ ਕੀਤਾ ਜਾਵੇ? ਮੈਨੂੰ ਲੱਗਦਾ ਉੱਦਾਂ ਹੀ ਗੱਲਾਂ ਬਣਾ ਲੈਂਦੇ ਨੇ ਲੋਕ, ਪਰ ਇੱਦਾਂ ਦਾ ਕੁਛ ਨਹੀਂ, ਸਾਰਿਆਂ ਦੇ ਠੀਕ ਹੀ ਚੱਲਦੇ ਹੁੰਦੇ ਨੇ। ਅਤੇ ਪਰ ਤੁਸੀਂ ਮੰਨਦੇ ਹੋ ਇਸ ਚੀਜ਼ ਨੂੰ? ਨਹੀਂ, ਪਰ ਜਿੰਨੇ ਮੈਨੂੰ ਲੱਗਦਾ ਠੀਕ ਹੁੰਦੇ ਨੇ ਗਾਣੇ, ਮੈਂ ਇਹ ਨਹੀਂ ਕਹਿੰਦਾ ਕਿ ਕੋਈ ਬਹੁਤ, ਜਦੋਂ ਅਸੀਂ ਗਾਣੇ ਕਰਦੇ ਹਾਂ ਤਾਂ ਉਹ ਦੁਨੀਆ ਹਿਲਾ ਦਿੰਦੇ ਨੇ, ਪਰ ਬੈਲੈਂਸ ਹੁੰਦੇ ਨੇ। ਲੋਕ ਕਹਿੰਦੇ ਨੇ ਯਾਰ ਵੀ ਉਹ ਫਲਾਣਾ ਗਾਣਾ ਆਇਆ ਤੁਹਾਡਾ, ਉਹ ਵੀ ਠੀਕ ਆ, ਵੀ ਉਹ ਵੀ ਆਇਆ ਠੀਕ ਆ। ਹਿੱਟ ਫਲੋਪ ਤਾਂ ਬਾਅਦ ਦੀਆਂ ਚੀਜ਼ਾਂ ਹੁੰਦੀਆਂ ਨੇ, ਪਰ ਲੋਕਾਂ ਨੂੰ ਠੀਕ ਲੱਗੇ ਉਹ ਚੀਜ਼, ਜਿਹੜਾ ਕੋਈ ਪ੍ਰੋਜੈਕਟ ਆਇਆ, ਕੋਈ ਵੀ ਗਾਣਾ, ਚਾਹੇ ਕਿਸੇ ਹੋਰ ਆਰਟਿਸਟ ਦਾ, ਭਾਵੇਂ ਸਾਡੇ ਆਰਟਿਸਟ ਦਾ, ਤਾਂ ਲੋਕ ਸਾਡੀਆਂ 10 ਚੀਜ਼ਾਂ 'ਚੋਂ 8 ਚੀਜ਼ਾਂ ਨੂੰ ਇਹ ਨਾ ਕਹਿਣ ਵੀ ਯਾਰ ਤੁਸੀਂ ਕੀ ਕਰ ਰਹੇ ਹੋ, ਕੂੜਾ ਕਬਾੜ। 2 ਤਾਂ ਚਲੋ ਮਾੜੀਆਂ ਹੋ ਹੀ ਜਾਂਦੀਆਂ ਨੇ ਸਾਰਿਆਂ ਤੋਂ ਹੀ, ਪਰ ਸਾਡੀਆਂ 10 ਚੋਂ 6, 7 ਜਾਂ 8 ਚੀਜ਼ਾਂ ਤਾਂ ਠੀਕ ਹੋਣੀਆਂ ਚਾਹੀਦੀਆਂ ਨੇ, ਜੇ ਅਸੀਂ ਰੂਟੀਨ 'ਚ ਠੀਕ ਕੰਮ ਕਰਦੇ ਹਾਂ, ਜੇ ਸਾਨੂੰ ਪਤਾ ਵੀ ਕੰਮ ਕਿਵੇਂ ਕਰਨਾ। ਜਿਵੇਂ ਅਸੀਂ ਘਰ ਸਾਡੀਆਂ ਬੁੜੀਆਂ ਤੋਂ ਦਾਲ ਸਬਜ਼ੀ ਜ਼ਰੂਰੀ ਨਹੀਂ ਵੀ ਰੋਜ਼ ਹੀ ਵਧੀਆ ਬਣਦੀ ਹੈ, ਕਿਸੇ ਦਿਨ ਅਸੀਂ ਕਹਿ ਵੀ ਦਿੰਦੇ ਹਾਂ ਵੀ ਅੱਜ ਸਬਜ਼ੀ 'ਚ ਆਹ ਚੀਜ਼ ਘੱਟ ਸੀ ਜਾਂ ਵੱਧ ਸੀ, ਅੱਜ ਸਵਾਦ ਨਹੀਂ ਬਣੀ। ਸੋ ਇਹ ਸਾਰੇ ਕੰਮਾਂ 'ਚ ਹੀ ਹੁੰਦਾ, ਭਾਵੇਂ ਉਹ ਮਿਊਜ਼ਿਕ ਪ੍ਰੋਡਿਊਸਰ ਆ, ਭਾਵੇਂ ਉਹ ਲਿਖਣ ਵਾਲਾ, ਭਾਵੇਂ ਉਹ ਸਿੰਗਰ ਆ, ਭਾਵੇਂ ਮਿਊਜ਼ਿਕ ਲੇਬਲ ਵਾਲਾ ਕੋਈ, ਭਾਵੇਂ ਇੱਥੇ ਆਪਣੇ ਐਡੀਟਰ ਨੇ ਹੋ ਸਕਦਾ, ਕਿਸ ਦਿਨ ਬਹੁਤ ਵਧੀਆ ਐਡਿਟ ਹੋ ਜੂਗੀ ਚੀਜ਼, ਕਿਸ ਦਿਨ ਹੋ ਸਕਦਾ ਚੀਜ਼ਾਂ ਖਰਾਬ ਹੋ ਜਾਣ। ਜਿਵੇਂ ਸ਼ੂਟ ਆਪਾਂ ਹੁਣ ਕਰ ਰਹੇ ਹਾਂ, ਕਿਸ ਦਿਨ ਇੰਟਰਵਿਊ ਵਧੀਆ ਸ਼ੂਟ ਹੋ ਕੇ ਜਾਂਦਾ ਹੋਊ, ਉਹਦੀ ਕੁਆਲਿਟੀ ਵਧੀਆ ਹੋਊ, ਸਾਰਾ ਕੁਛ ਵਧੀਆ ਹੋਊ, ਕਿਸ ਦਿਨ ਹੋ ਸਕਦਾ ਮਾੜਾ ਚਲਾ ਜਾਵੇ। ਮੈਨੂੰ ਇਹ ਦੱਸੋ ਵੀ ਜਿਵੇਂ ਇੰਡਸਟਰੀ 'ਚ ਜਦੋਂ ਆਪਾਂ ਆਉਂਦੇ ਹਾਂ ਜਾਂ ਆਪਾਂ ਕਿਸੇ ਵੀ ਕੰਮ 'ਚ ਜਾਂਦੇ ਹਾਂ, ਆਪਣੇ ਵੈਲਵਿਸ਼ਰਸ ਵੀ ਹੁੰਦੇ ਨੇ ਅਤੇ ਆਪਣੇ ਰਾਈਵਲਸ ਵੀ ਹੁੰਦੇ ਨੇ, ਹੈ ਨਾ, ਤਾਂ ਪਰ ਇਹਦੇ ਲਈ ਕੋਈ ਇਨਸਕਿਉਰਿਟੀਜ਼ ਤੁਹਾਨੂੰ ਫੀਲ ਹੋਈਆਂ ਵੀ ਇੰਡਸਟਰੀ ਨੂੰ ਕੋਈ ਇਨਸਕਿਉਰਿਟੀ ਹੋਈ, ਜਾਂ ਖਾਸ ਤੌਰ 'ਤੇ ਤੁਹਾਡੇ ਲਈ ਵੀ ਇੱਕ ਇਹ ਸਵਾਲ ਆ ਕਿ ਬਹੁਤ ਸਾਰੇ ਹੋਰ ਨਵੇਂ ਗੀਤਕਾਰ ਆ ਰਹੇ ਨੇ ਇੰਡਸਟਰੀ 'ਚ ਲਿਖ ਰਹੇ ਨੇ, ਤੁਹਾਨੂੰ ਬੜਾ ਚਿਰ ਹੋ ਗਿਆ ਲਿਖਦਿਆਂ ਨੂੰ, ਤਾਂ ਤੁਹਾਨੂੰ ਕਦੇ ਇਨਸਕਿਉਰਿਟੀ ਫੀਲ ਹੋਈ ਕਿ ਮੈਨੂੰ ਕੋਈ ਰਿਪਲੇਸ ਨਾ ਕਰ ਦੇਵੇ, ਜਾਂ ਜਦੋਂ ਪਰੀ ਹੁਣੀ ਆਏ ਇੰਡਸਟਰੀ ਦੇ ਵਿੱਚ ਤੁਹਾਨੂੰ ਕਿਸੇ ਤੋਂ ਮਹਿਸੂਸ ਹੋਇਆ ਹੋਵੇ ਵੀ ਕਿਸੇ ਨੂੰ ਲੱਗਿਆ ਕਿ ਸ਼ਾਇਦ ਪਰੀ ਸਾਨੂੰ ਰਿਪਲੇਸ ਨਾ ਕਰ ਦੇਵੇ? ਮੈਨੂੰ ਲੱਗਦਾ ਹੋਣਾ ਨਹੀਂ ਚਾਹੀਦਾ ਇੱਦਾਂ ਇਨਸਕਿਉਰਿਟੀ ਕਿਸੇ ਨੂੰ ਵੀ ਕਿਸੇ ਕੰਮ ਹੁੰਦੀ ਆ। ਹਾਂ ਹੁੰਦੀ ਆ, ਮੈਨੂੰ ਲੱਗਦਾ ਹੁੰਦੀ ਹੈ, ਇੱਦਾਂ ਹੁੰਦਾ ਹੈ, ਪਰ ਮੈਨੂੰ ਤਾਂ ਜਿਵੇਂ ਹੋਇਆ ਨਹੀਂ ਕਦੇ। ਇਨਸਕਿਉਰਿਟੀ ਜਿਹੜੀ ਹੁੰਦੀ ਆ, ਮੈਨੂੰ ਐਂ ਲੱਗਦਾ ਹੁੰਦਾ ਵੀ ਜਿਹੜੇ ਕਿਸੇ ਵੀ ਕੰਮ 'ਚ, ਚਾਹੇ ਉਹ ਸਾਡਾ ਕੰਮ ਆ, ਚਾਹੇ ਕੋਈ ਹੋਰ ਕੰਮ ਆ, ਭਾਵੇਂ ਉਹ ਆ ਕਾਰਵਾਂ ਦੇ ਰੇਡੀਓ ਨੇ ਜੇ, ਭਾਵੇਂ ਇਹ ਕੰਮ ਹੈ, ਭਾਵੇਂ ਕੋਈ ਫਰਨੀਚਰ ਦਾ ਕੰਮ ਹੈ, ਕਿਸੇ ਵੀ ਚੀਜ਼ 'ਚ, ਹਾਂਜੀ, ਉਹ ਪ੍ਰੋਬਲਮ ਸ਼ਾਇਦ ਉੱਥੇ ਹੁੰਦੀ ਹੈ ਜਿਹੜੇ 1-2-3 ਨੰਬਰ 'ਤੇ ਹੁੰਦੇ ਨੇ ਲੋਕ, ਉਹਨਾਂ ਨੂੰ ਹੁੰਦਾ ਵੀ ਸਾਨੂੰ ਕੋਈ ਰਿਪਲੇਸ ਨਾ ਕਰ ਦੇਵੇ, ਅਸੀਂ ਦੂਜੇ 'ਤੇ ਨਾ ਚਲੇ ਜਾਈਏ, ਅਸੀਂ ਤੀਜੇ 'ਤੇ ਨਾ ਚਲੇ ਜਾਈਏ, ਜਾਂ ਪਿੱਛੇ ਨਾ ਰਹਿ ਜਾਈਏ। ਸੋ ਮੈਨੂੰ ਲੱਗਦਾ ਮੈਂ ਕਦੇ 1 ਨੰਬਰ 'ਤੇ ਤਾਂ ਗਿਆ ਹੀ ਨਹੀਂ, ਨਾ 2 ਨੰਬਰ 'ਤੇ ਗਿਆ, ਨਾ 3 ਨੰਬਰ 'ਤੇ ਗਿਆ, ਮੈਂ ਬੈਲੈਂਸ ਹੀ ਰਿਹਾ। ਅਤੇ ਮੈਨੂੰ ਆਪਣੇ ਆਰਟਿਸਟਾਂ ਤੋਂ ਵੀ ਇਹੀ ਹੁੰਦਾ ਵੀ ਉਹ ਜਿੰਨਾ ਲੰਬਾ ਚੱਲਦੇ ਨੇ ਤਾਂ ਉਹਨਾਂ
ਠੀਕ ਹੁੰਦਾ। ਸੋ ਜੇ ਇੱਕ ਨੰਬਰ 'ਤੇ ਤੁਸੀਂ ਜਾਂਦੇ ਵੀ ਹੋ, ਟੋਪ 'ਤੇ ਜਾਂਦੇ ਵੀ ਹੋ, ਤਾਂ ਉਹ ਚੰਗਾ ਹੀ ਹੁੰਦਾ, ਉਹ ਤੁਹਾਡੇ ਹੱਥ 'ਚ ਹੀ ਹੁੰਦਾ ਤੁਸੀਂ ਕਿੰਨਾ ਟਾਈਮ ਇੱਕ ਨੰਬਰ 'ਤੇ ਰਹਿਣਾ। ਤੁਸੀਂ 20 ਸਾਲ ਵੀ ਰਹਿ ਸਕਦੇ ਹੋ, 10 ਸਾਲ ਵੀ ਰਹਿ ਸਕਦੇ ਹੋ, 2 ਸਾਲ ਵੀ ਰਹਿ ਸਕਦੇ ਹੋ, 2 ਮਹੀਨੇ ਵੀ ਰਹਿ ਸਕਦੇ ਹੋ, ਉਹ ਤਾਂ ਤੁਹਾਡੇ 'ਤੇ ਹੀ ਆ ਵੀ ਤੁਸੀਂ ਕਿੰਨੀ ਕੁ ਮਿਹਨਤ ਕਰਦੇ ਹੋ, ਕਿਵੇਂ ਦਾ, ਕਿੰਨੀ ਕੁ ਤੁਹਾਨੂੰ ਸਮਝ ਆਉਂਦੀ ਆ ਲੋਕਾਂ ਦੀ, ਵੀ ਅਸੀਂ ਕੀ ਇੱਦਾਂ ਦਾ ਡਿਲੀਵਰ ਕਰੀਏ ਅਤੇ ਉਹਦਾ ਜਿਹੜਾ ਸਾਨੂੰ ਸੁਣਨ ਲੋਕ ਉਹ। ਹੁਣ ਜੇ ਮੈਂ ਕਹੀ ਜਾਵਾਂ ਜਾਂ ਕੋਈ ਆਰਟਿਸਟ ਕਹੀ ਜਾਵੇ, ਐਵੇਂ ਜਾਣ ਬੁੱਝ ਕੇ ਕਹੀ ਜਾਈਏ ਅਸੀਂ, ਮੈਂ ਕਹੀ ਜਾਵਾਂ ਯਾਰ ਉਹਨੂੰ ਤਾਂ ਲਿਖਣਾ ਤਾਂ ਆਉਂਦਾ ਨਹੀਂ ਜਾਂ ਉਹਨੂੰ ਬਣਾਉਣਾ ਤਾਂ ਆਉਂਦਾ ਨਹੀਂ, ਉਹ ਤਾਂ ਐਵੇਂ ਹੀ ਆ ਇੱਕ ਨੰਬਰ 'ਤੇ, ਐਵੇਂ ਕੋਈ ਵੀ ਨਹੀਂ ਹੁੰਦਾ। ਜਾਂ ਜੇ ਕੋਈ ਹੁਣ ਪਰੀ ਲਈ ਵੀ ਜੇ ਕੋਈ ਹੁਣ ਸੋਚੇ ਵੀ ਯਾਰ ਨਹੀਂ ਨਹੀਂ ਉਹ ਤਾਂ ਉੱਦਾਂ ਹੀ ਆ ਬਸ ਉੱਦਾਂ ਹੀ, ਉਹਦੇ ਤਾਂ ਲੋਕਾਂ ਨੂੰ ਪਤਾ ਲੱਗ ਗਿਆ, ਭਾਵੇਂ ਗਾਣਿਆਂ ਦੇ ਨੰਬਰ ਹੁਣ ਅਜੇ ਘੱਟ ਨੇ, ਪਰ ਉਹ ਮੈਟਰ ਨਹੀਂ ਕਰਦਾ। ਤੁਹਾਡੀ ਪ੍ਰੈਜੈਂਟੇਸ਼ਨ ਠੀਕ ਆ, ਪਰੀ ਦੀ ਪ੍ਰੈਜੈਂਟੇਸ਼ਨ ਮੈਨੂੰ ਪਤਾ ਜਾਂ ਸਾਰਿਆਂ ਨੂੰ ਪਤਾ ਵੀ ਠੀਕ ਆ ਉਹ। ਜੇ ਲੋਕ ਫਿਲਮਾਂ ਲਈ ਅਪਰੋਚ ਕਰ ਰਹੇ ਨੇ ਜਾਂ ਸ਼ੋਜ਼ ਲਈ ਅਪਰੋਚ ਕਰ ਰਹੇ ਨੇ ਜਾਂ ਲੋਕਾਂ ਨੂੰ ਪਤਾ ਹੈ ਕਿ ਕੋਈ ਆਰਟਿਸਟ ਲਾਂਚ ਹੋਇਆ ਤਾਂ ਉਹਦੇ ਗਾਣੇ ਆਏ ਨੇ ਜਾਂ ਆਉਣਗੇ, ਸੋ ਗਾਣੇ ਹਿੱਟ ਫਲੋਪ ਮੈਟਰ ਨਹੀਂ ਕਰਦੇ। ਪਤਾ ਹੋਣਾ ਚਾਹੀਦਾ ਵੀ ਤੁਸੀਂ ਕੰਮ ਕਰ ਰਹੇ ਹੋ, ਤੁਹਾਡਾ ਕੁਛ ਆ ਰਿਹਾ, ਅਤੇ ਮੈਨੂੰ ਲੱਗਦਾ ਉਹ ਠੀਕ ਹੁੰਦਾ ਵੀ ਸਿਸਟਮ। ਇਨਸਕਿਉਰਿਟੀ ਹੋਣੀ ਨਹੀਂ ਚਾਹੀਦੀ। ਹੁਣ ਜੇ ਕੋਈ ਕਹੇ ਵੀ ਉਹ ਤਾਂ ਭਰੀ ਦੇ ਤਾਂ ਉਹਨੂੰ ਤਾਂ ਜਾਂ ਤਾਂ ਗਾਉਣਾ ਨਹੀਂ ਆਉਂਦਾ ਜਾਂ ਉਹ ਤਾਂ ਐਵੇਂ ਹੀ ਬੰਟੀ ਉਹਦੇ ਤਾਂ ਗਾਣੇ ਉਹਨੇ ਤਾਂ ਐਵੇਂ ਹੀ ਬਿੱਲ ਬੋਰਡ ਲਾ ਤੇ ਅਤੇ ਉੱਦਾਂ ਹੀ ਲੋਕ ਜਾਣਨ ਲੱਗ ਗਏ, ਇੱਦਾਂ ਨਹੀਂ ਹੁੰਦਾ। ਟੈਲੈਂਟ ਹੁੰਦਾ, ਟੈਲੈਂਟ ਕਿਸੇ ਚੀਜ਼ ਦਾ ਨਾਮ ਹੈ। ਵੀ ਪੁੱਛਣ ਲੱਗੀ ਸੀ, ਇਕੱਲੀ ਪਰੀ ਦੀ ਗੱਲ ਹੀ ਨਹੀਂ ਆ, ਬਹੁਤ ਸਾਰੇ ਹੋਰ ਇਸ ਟਾਈਮ ਸ਼ਾਇਦ ਜਿਹੜੇ ਦਰਸ਼ਕ ਸਾਨੂੰ ਦੇਖ ਰਹੇ ਹੋਣਗੇ, ਉਹਨਾਂ ਦਾ ਵੀ ਕਿਸੇ ਦਾ ਸੁਪਨਾ ਹੋਊਗਾ ਕਿ ਇੰਡਸਟਰੀ 'ਚ ਆਉਣ, ਇੰਡਸਟਰੀ ਦਾ ਹਿੱਸਾ ਬਣਨ, ਹੈ ਨਾ। ਪਰ ਕੋਈ ਵੀ ਇਹ ਸੋਚ ਕੇ ਨਹੀਂ ਆਉਂਦਾ ਵੀ ਮੈਂ ਇੱਕ ਮੁਕਾਬਲੇ ਦਾ ਹਿੱਸਾ ਬਣਨ ਜਾ ਰਿਹਾ, ਕਿਸੇ ਦੇ ਵੀ ਦਿਮਾਗ 'ਚ ਨਹੀਂ ਹੁੰਦਾ ਨਾ। ਅਤੇ ਇੰਡਸਟਰੀ ਐਕਸੈਪਟ ਕਰਦੀ ਹੈ ਨਵੇਂ ਬੰਦੇ ਨੂੰ ਛੇਤੀ ਛੇਤੀ ਕਿ ਨਹੀਂ, ਕਿਉਂਕਿ ਤੁਸੀਂ ਵੀ ਇੰਡਸਟਰੀ ਦਾ ਪਾਰਟ ਹੋ। ਜਦੋਂ ਕੋਈ ਇੰਡਸਟਰੀ 'ਚ ਆਉਂਦਾ ਤੁਹਾਡਾ ਆਰਟਿਸਟ ਨਾ ਸਹੀ, ਕੋਈ ਹੋਰ ਆਰਟਿਸਟ ਲਾਂਚ ਹੁੰਦਾ ਜਾਂ ਕੋਈ ਨਵਾਂ ਬੰਦਾ ਇੰਡਸਟਰੀ 'ਚ ਆਉਂਦਾ ਵਾ, ਭਾਵੇਂ ਉਹਦੇ 'ਚ ਟੈਲੈਂਟ ਵੀ ਹੁੰਦਾ, ਸਾਰਾ ਕੁਛ ਹੁੰਦਾ, ਕੀ ਇੰਡਸਟਰੀ ਛੇਤੀ ਛੇਤੀ ਐਕਸੈਪਟ ਕਰਦੀ ਹੈ ਨਵੇਂ ਬੰਦੇ ਨੂੰ? ਜਦੋਂ ਕੋਈ ਚੰਗੀ ਚੀਜ਼ ਹੁੰਦੀ ਹੈ ਕਿਸੇ ਦੀ, ਮੈਨੂੰ ਲੱਗਦਾ ਜਿਹੜੇ ਇੰਡਸਟਰੀ ਦੇ ਪਰਸੈਂਟੇਜ 'ਚ ਵੱਧ ਲੋਕ ਨੇ ਉਹ ਤਾਂ ਐਕਸੈਪਟ ਕਰਦੇ ਹੀ ਨਹੀਂ ਵੀ ਯਾਰ ਇਹ ਚੰਗੀ ਆ ਚੀਜ਼, ਇਹਦਾ ਇਹ ਗਾਣਾ ਵਧੀਆ ਜਾਂ ਇਹ ਆਰਟਿਸਟ ਵਧੀਆ। ਉਹਦੇ ਗਾਣੇ ਵੀ ਆਪਣੇ ਸੋਸ਼ਲ ਮੀਡੀਆ 'ਤੇ ਜਾਂ ਸਭ ਕਿਤੇ ਉਹ ਪਾਉਂਦੇ ਹੀ ਨੇ, ਪੋਸਟ ਕਰਦੇ ਨੇ, ਭਾਵੇਂ ਰੀਲਾਂ ਪਾਉਂਦੇ ਨੇ, ਭਾਵੇਂ ਸਟੋਰੀ 'ਤੇ ਪਾਉਂਦੇ ਨੇ ਵੀ ਯਾਰ ਇਹ ਗਾਣਾ ਵਧੀਆ ਲੱਗ ਰਿਹਾ। ਜਿਹੜੇ ਬੰਦੇ ਨੇ ਸੋਚਣਾ ਵੀ ਯਾਰ ਇਹ ਤਾਂ ਐਵੇਂ ਹੀ ਆ, ਉਹਨੂੰ ਫਿਰ ਆਪਦੀ ਚੀਜ਼ ਹੀ ਵਧੀਆ ਲੱਗਦੀ ਹੁੰਦੀ ਹੈ ਵੀ ਜੋ ਮੈਂ ਕਰਦਾ ਉਹੀ ਵਧੀਆ, ਬਾਕੀ ਜਿਹੜਾ ਦੂਜਾ ਕਰ ਰਿਹਾ ਉਹ ਤਾਂ ਐਵੇਂ ਹੀ ਆ। ਉਹ ਪੂਰਾ ਦਿਨ ਸਵੇਰ ਤੋਂ ਸ਼ਾਮ ਤੱਕ ਉੱਦਾਂ ਦੇ ਬੰਦੇ ਨੇ ਫਿਰ ਉੱਦਾਂ ਦੀਆਂ ਗੱਲਾਂ ਕਰਨੀਆਂ ਨੇ, ਉੱਦਾਂ ਦਾ ਹੀ ਸੋਚਣਾ। ਇਹ ਜ਼ਰੂਰੀ ਨਹੀਂ ਵੀ ਉਹਦਾ ਸਮਾਨ ਠੀਕ ਨਾ ਹੋਵੇ ਜਾਂ ਉਹਦੇ ਗਾਣੇ ਵਧੀਆ ਨਾ ਹੋਣ, ਉਹਦੇ ਵੀ ਠੀਕ ਹੁੰਦੇ ਨੇ, ਵਧੀਆ ਹੁੰਦੇ ਨੇ। ਸੋ ਇਹ ਆਪਣੇ ਆਪਣੇ 'ਤੇ ਡਿਪੈਂਡ ਕਰਦਾ। ਮੈਨੂੰ ਤਾਂ ਸਾਰੇ ਵਧੀਆ ਲੱਗਦੇ ਨੇ, ਜੇ ਕਿਸੇ ਦਾ ਵਧੀਆ ਹੁੰਦਾ ਤਾਂ ਵਧੀਆ ਹੀ ਹੁੰਦਾ, ਜੇ ਕਿਸੇ ਦਾ ਨਹੀਂ ਵਧੀਆ ਹੁੰਦਾ ਤਾਂ ਉਹ ਨਹੀਂ ਵਧੀਆ ਹੁੰਦਾ। ਪਰ ਜੇ ਕੋਈ ਚੱਲ ਰਿਹਾ ਤਾਂ ਠੀਕ ਹੁੰਦਾ ਹੀ ਆ, ਉਹ ਕਿਸੇ ਵੀ ਤਰੀਕੇ ਨਾਲ ਚੱਲ। ਹੁਣ ਜੇ ਕੱਚਾ ਬਦਾਮ ਚੱਲ ਰਿਹਾ ਤਾਂ ਉਹ ਕੋਈ ਗਾਣੇ 'ਚ ਕੋਈ ਤਾਂ ਗੱਲ ਹੈਗੀ ਹੋਈ ਆ ਨਾ, ਉਹਨੂੰ ਪੂਰੀ ਦੁਨੀਆ ਸੁਣ ਰਹੀ ਆ, ਭਾਵੇਂ ਕੋਈ ਸੁਣ ਕੇ ਹੱਸ ਲਵੇ ਵੀ ਹਾਂ ਆਹ ਕੀ ਆ, ਪਰ ਉਹਨੂੰ ਸੁਣਦੇ ਰਹੇ ਅਤੇ ਉਹਦੇ ਨੰਬਰਸ 'ਤੇ ਹੈਗੇ ਹੀ ਨੇ ਉਹ ਤੋਂ ਹੁਣ। ਅਤੇ ਮੁੰਡਿਆਂ 'ਚ ਮੈਨੂੰ ਲੱਗਦਾ ਇਹ ਘੱਟ ਹੁੰਦੀ ਹੈ ਇਨਸਕਿਉਰਿਟੀ, ਕੁੜੀਆਂ ਸ਼ਾਇਦ ਜਾਂ ਤਾਂ ਘੱਟ ਨੇ, ਤਾਂ ਕਰਕੇ ਥੋੜ੍ਹਾ ਥੋੜ੍ਹਾ ਤਾਂ ਹੁੰਦਾ ਹੀ ਆ। ਮੈਂ ਪਿਛਲੇ ਟਾਈਮ 'ਚ ਵੀ ਵੇਖਿਆ ਜਦੋਂ ਕੌਰਬੀ ਨੂੰ ਲਾਂਚ ਕੀਤਾ ਸੀਗਾ ਜਾਂ ਉਹ ਤੋਂ ਬਾਅਦ ਜੈਨੀ ਨੂੰ ਕੀਤਾ ਸੀ ਜਾਂ ਉਹ ਤਾਂ ਹੁਣ ਵੀ ਪਰੀ ਵੀ ਆ, ਬਾਕੀ ਵੀ ਨੇ ਸੋਫੀਆ, ਬਸੰਤ ਆ ਜਾਂ ਆਪਣੀ ਅਸਮੀਤਾ ਦਾ ਜੇ ਗਾਣਾ ਆਉਣਾ ਜਾਂ ਕਿਰਨਾ ਰੋਨੀ ਹੁਣਾਂ ਨੇ ਉਹਨੂੰ ਲਾਂਚ ਕੀਤਾ ਕਿਰਨ ਨੂੰ, ਤਾਂ ਇੱਦਾਂ ਦਾ ਕੁਛ ਹੋਣਾ ਚਾਹੀਦਾ ਨਹੀਂ। ਮਤਲਬ ਜਿਹੜੇ ਕੋਈ ਪਹਿਲਾਂ ਤੋਂ ਕੋਈ ਕੁੜੀਆਂ ਠੀਕ ਕੰਮ ਕਰਦੀਆਂ ਨੇ, ਕਿਉਂਕਿ ਉਹ ਵਧੀਆ ਹੀ ਕਰਦੀਆਂ ਨੇ। ਜੇ ਇਹ ਨਵੀਆਂ ਕੁੜੀਆਂ ਨੇ ਤਾਂ ਉਹਨਾਂ ਦੇ ਗਾਣੇ ਸੁਣਦੀਆਂ ਹੀ ਨੇ ਸਾਰੀਆਂ ਦੇ, ਅਤੇ ਮੈਨੂੰ ਲੱਗਦਾ ਸਾਰਿਆਂ ਨੂੰ ਖੁਸ਼ ਹੋਣਾ ਚਾਹੀਦਾ ਜੇ ਕਿਸੇ ਦਾ ਚੰਗਾ ਮਿਊਜ਼ਿਕ ਆਉਂਦਾ। ਪਰ ਇਹ ਤੁਹਾਡਾ ਸ਼ੀਸ਼ਾ ਗਾਣਾ ਆਉਣ ਤੋਂ ਪਹਿਲਾਂ ਵੀ ਲੋਕ ਆਡੀਅੰਸ ਤੁਹਾਡੇ ਨਾਲ ਸੋਸ਼ਲ ਮੀਡੀਆ 'ਤੇ ਇੰਟਰੈਕਟ ਕਰਦੇ ਹੋਣਗੇ, ਭਾਵੇਂ ਉਹ ਤੁਹਾਨੂੰ ਕੋਈ ਕੋਮੈਂਟ ਲਿਖਣ, ਭਾਵੇਂ ਉਹ ਤੁਹਾਨੂੰ ਕੋਈ ਮੈਸੇਜ ਲਿਖਣ, ਹੈ ਨਾ, ਉਹ ਵਾਲੀ ਕਨਵਰਸੇਸ਼ਨ 'ਚ ਉਹ ਵਾਲਾ ਫੀਡਬੈਕ ਅਤੇ ਸ਼ੀਸ਼ਾ ਗਾਣਾ ਆਉਣ ਤੋਂ ਬਾਅਦ ਦੀ ਜਿਹੜੀ ਕਨਵਰਸੇਸ਼ਨ ਜਾਂ ਫੀਡਬੈਕ ਸੀਗਾ, ਉਹਨਾਂ 'ਚ ਤੁਸੀਂ ਕੋਈ ਡਿਫਰੈਂਸ ਦੇਖਿਆ? ਹਾਂਜੀ, ਪਹਿਲਾਂ ਮਤਲਬ ਪਹਿਲਾਂ ਲੋਕ ਕਹਿੰਦੇ ਸੀਗੇ ਕਿ ਤੁਸੀਂ ਐਕਟਿੰਗ ਵੱਲ ਜਾਓ, ਪਹਿਲਾਂ ਕਮੈਂਟਸ ਦੇ ਵਿੱਚ ਲੋਕ ਕਹਿ ਰਹੇ ਸੀ ਕਿ ਐਕਟਿੰਗ ਵੱਲ ਵੱਧ ਜਾਓ, ਅਤੇ ਹੁਣ ਵਧੀਆ ਕਰ ਰਹੇ ਨੇ ਲੋਕ ਕਮੈਂਟਸ ਕਿ ਵਧੀਆ। ਹੁਣ ਕੀ ਕਹਿ ਰਹੇ ਨੇਗੇ, ਉਹਨਾਂ ਦੀ ਗੱਲਬਾਤ 'ਚ ਹੋਰ ਕੀ ਨਵਾਂ ਐਡ ਹੋਇਆ ਜਾਂ ਕੀ ਬਦਲਿਆ?
ਵਧੀਆ ਕਰ ਰਹੇ ਹੋ ਤੁਸੀਂ ਭਾਜੀ। ਬਹੁਤ ਵਾਰੀ ਆਪਾਂ ਦੇਖਦੇ ਹਾਂ ਬਹੁਤ ਸਾਰੇ ਆਰਟਿਸਟਾਂ ਦਾ ਇਹ ਸ਼ਿਕਵਾ ਵੀ ਰਹਿੰਦਾ ਹਮੇਸ਼ਾ ਆਪਣੇ ਪ੍ਰੋਡਿਊਸਰ ਦੇ ਨਾਲ ਵੀ ਮੇਰਾ ਪ੍ਰੋਡਿਊਸਰ ਮੇਰੇ ਸਿਰ 'ਤੇ ਆਪ ਤਾਂ ਬਣ ਗਿਆ, ਫਾਈਨੈਂਸ਼ਲੀ ਸਟੇਬਲ ਹੋ ਗਿਆ, ਪਰ ਮੈਨੂੰ ਸਟੇਬਲ ਨਹੀਂ ਉਹਨੇ ਕੀਤਾ। ਅਤੇ ਇਹ ਆਪਾਂ ਦੇਖਦੇ ਵੀ ਹਾਂ ਬਹੁਤ ਸਾਰੇ ਆਰਟਿਸਟ ਜਿਨ੍ਹਾਂ ਦੀਆਂ ਸੁਪਰ ਡੁਪਰ ਹਿੱਟ ਐਲਬਮਸ ਰਹੀਆਂ, ਜਾਂ ਕਹਿ ਲਓ ਕਿ ਉਸ ਸਾਲ ਦੇ ਵਿੱਚ ਸਭ ਤੋਂ ਵੱਧ ਵਿਕਣ ਵਾਲੀ ਐਲਬਮ ਫਲਾਣੇ ਆਰਟਿਸਟ ਦੀ ਸੀਗੀ, ਅਤੇ ਅੱਜ ਜਦੋਂ ਆਪਾਂ ਉਹਨਾਂ ਦੇ ਹਾਲਾਤ ਦੇਖਦੇ ਹਾਂ ਤਾਂ ਉਹ ਫਾਈਨੈਂਸ਼ਲੀ ਆਰਥਿਕ ਤੌਰ 'ਤੇ ਉਨੇ ਵਧੀਆ ਨਹੀਂ ਹੁੰਦੇ, ਹੈ ਨਾ। ਤਾਂ ਆਰਟਿਸਟ ਦੇ ਲਈ ਇੱਕ ਪ੍ਰੋਡਿਊਸਰ ਦੀ ਰਿਸਪੋਂਸੀਬਿਲਿਟੀ ਕੀ ਹੁੰਦੀ ਹੈ? ਉਹ ਬਿਲਕੁਲ ਬਣਦੀ ਹੈ, ਉਹ 'ਤੇ ਫਾਈਨੈਂਸ਼ਲੀ ਸਟੇਬਲ ਕਰਨਾ ਆਪਣੇ ਆਰਟਿਸਟ ਨੂੰ ਜਾਂ ਸਿਕਿਓਰ ਕਰਨਾ ਬਹੁਤ ਜ਼ਰੂਰੀ ਹੈ। ਜੇ ਪ੍ਰੋਡਿਊਸਰ ਖੁਦ ਸਿਕਿਓਰ ਹੋ ਰਿਹਾ ਜਾਂ ਪ੍ਰੋਡਿਊਸਰ ਦਾ ਰੈਵੀਨਿਊ ਆਰਟਿਸਟ ਦੇ ਸ਼ੋਜ਼ ਤੋਂ ਜਾਂ ਕਿਤੋਂ ਵੀ ਜੇ ਬਣ ਰਿਹਾ ਤਾਂ ਉਹ ਆਰਟਿਸਟ ਨੂੰ ਉਹਦਾ ਬਣਦਾ ਹਿੱਸਾ ਦੇਣਾ ਉਹ ਪ੍ਰੋਡਿਊਸਰ ਦੀ ਜ਼ਿੰਮੇਵਾਰੀ ਹੁੰਦੀ ਹੈ। ਹੁਣ ਜਿਵੇਂ ਮੈਂ ਪਰੀ ਨੂੰ ਕਹੀ ਜਾਵਾਂ ਵੀ ਪਰੀ ਤੇਰੇ ਸ਼ੋਜ਼ ਲੱਗਣ ਲੱਗ ਗਏ, ਜਾਂ ਜਿਵੇਂ ਪਹਿਲਾਂ ਜੋਰਡਨ ਸੀ ਵੀ ਤੇਰੇ ਲੱਗਣ ਲੱਗ ਗਏ, ਅੱਛਾ ਬਾਕੀਆਂ ਦੇ ਲੱਗਦੇ ਨਹੀਂ, ਉਹਨਾਂ ਦੇ ਖਰਚੇ ਵੀ ਤੈਨੂੰ ਨਹੀਂ ਦੇਣੇ, ਅਸੀਂ ਤੇਰੇ ਪੈਸੇ ਰੱਖ ਕੇ ਉਹਨਾਂ ਦੇ ਖਰਚੇ ਵੀ ਕਰਾਂਗੇ। ਸੋ ਇੱਦਾਂ ਹੋਣਾ ਨਹੀਂ ਚਾਹੀਦਾ। ਜਿਹੜੇ ਆਰਟਿਸਟ ਜਿਵੇਂ ਆਪਣੇ ਕੁਛ ਆਰਟਿਸਟ ਜੇ ਵਿੱਚੋਂ ਗਏ ਨੇ ਮੇਰੇ ਨਾਲੋਂ ਕੋਈ ਟੁੱਟ ਕੇ, ਤਾਂ ਉਹਨਾਂ ਨੂੰ ਇਹ ਵਹਿਮ ਹੋ ਸਕਦਾ ਕਿਉਂਕਿ ਹੁਣ ਜੇ ਉਹ ਗਾਣੇ ਠੀਕ ਨਹੀਂ ਕੋਈ ਕਿਸੇ ਦੇ ਆਉਣਗੇ ਤਾਂ ਉਹ ਮੇਰੇ ਤੱਕ ਕੁਛ ਕਈ ਵਾਰੀ ਗੱਲਾਂ ਪਹੁੰਚਦੀਆਂ ਨੇ, ਕੋਈ ਸਕਰੀਨਸ਼ੋਟ ਭੇਜਦਾ, ਕੋਈ ਸਟੇਟਸ ਪਾ ਦਿੰਦਾ ਜਾਂ ਕੁਛ ਵੀ, ਮੈਂ ਉਹ ਗੱਲ 'ਤੇ ਧਿਆਨ ਨਹੀਂ ਦਿੰਦਾ ਉਹਨਾਂ, ਕਿਉਂਕਿ ਟਾਈਮ ਹੀ ਨਹੀਂ ਹੁੰਦਾ, ਸਵੇਰ ਤੋਂ ਸ਼ਾਮ ਤੱਕ ਤੁਹਾਡੇ ਸਾਹਮਣੇ ਕੰਮ 'ਤੇ ਹੀ ਲੱਗੇ ਰਹਿੰਦੇ ਆ, ਹੋਰ ਕਿਸੇ ਕੰਮ ਲਈ ਧਿਆਨ ਹੀ ਨਹੀਂ ਹੁੰਦਾ। ਤਾਂ ਉਹਨਾਂ ਦੇ ਗਾਣੇ ਜਦੋਂ ਉਹ ਆਪੇ ਹੀ ਕਰਕੇ ਜੇ ਉਹ ਮਾੜੇ ਗਾਣੇ ਕਰਦੇ ਨੇ ਤਾਂ ਚੱਲਦੇ ਨਹੀਂ, ਤਾਂ ਉਹਨਾਂ ਨੂੰ ਵਹਿਮ ਹੋ ਜਾਂਦਾ ਵੀ ਸ਼ਾਇਦ ਅਸੀਂ ਅਲੱਗ ਹੋ ਕੇ ਆਏ ਹਾਂ ਕਿ ਬੰਟੀ ਭਾਅ ਜੀ ਸਾਡੇ ਗਾਣੇ ਚੱਲਣ ਨਹੀਂ ਦੇ ਰਹੇ ਜਾਂ ਸਾਡੀਆਂ ਰੀਲਸ ਨਹੀਂ ਬਣ ਰਹੀਆਂ। ਉਹ ਤਾਂ ਸਾਡੇ ਵੀ ਗਾਣੇ ਕਈ ਵਾਰੀ ਇੱਦਾਂ ਹੁੰਦੇ ਨੇ, ਫਿਰ ਜੇ ਮੈਂ ਕਿਸੇ ਦਾ ਰੋਕ ਸਕਦਾ ਤਾਂ ਫਿਰ ਤਾਂ ਮੈਂ ਆਪਣੇ ਗਾਣੇ ਵੀ ਚਲਾ ਲਾਂ। ਸਾਡੇ ਆਪਣੇ ਕਿੰਨੇ ਹੀ ਗਾਣੇ ਹੁੰਦੇ ਨੇ ਜਿਹੜੇ ਨਹੀਂ ਚੱਲਦੇ, ਜਿਨ੍ਹਾਂ 'ਤੇ ਇਨਵੈਸਟਮੈਂਟ ਵੀ ਚੰਗੇ ਵਧੀਆ ਕਰੀ ਦੀ ਆ, ਜਿਹਦੇ 'ਚ ਕਾਸਟਿੰਗ ਵੀ ਠੀਕ ਹੁੰਦੀ ਆ, ਜਿਹਦੀ ਮਾਰਕੀਟਿੰਗ ਵੀ। ਇੱਕ ਜਿਵੇਂ ਪਿੱਛੇ ਗਾਣਾ ਕੀਤਾ ਸੀ ਸਰੰਡਰ ਅਫਸਾਨਾ ਖਾਨ ਦਾ, ਦੇਵ ਖਰੌੜ ਹੋਣਾ ਨੂੰ ਉਹ 'ਚ ਲਿਆ ਸੀ, ਜਪਜੀ ਹੋਣਾ ਨੂੰ ਉਹ 'ਚ ਲਿਆ ਸੀ, ਉਹ ਤਾਂ ਮੈਨੂੰ ਲੱਗਦਾ 30-32 ਲੱਖ ਰੁਪਈਏ ਦਾ ਵੀਡੀਓ ਬਣਿਆ ਸੀਗਾ ਸਾਡਾ ਸਾਰਾ ਪ੍ਰੋਡਕਸ਼ਨ 3-4 ਦਿਨਾਂ ਦਾ, ਅਤੇ 15-20 ਲੱਖ ਦੀ ਉਹਦੀ ਮਾਰਕੀਟਿੰਗ ਸੀਗੀ, ਅਤੇ ਵੀ 50-60 ਲੱਖ ਰੁਪਈਆ ਲਾ ਕੇ ਮੈਂ ਆਪਣਾ ਗਾਣਾ ਥੋੜ੍ਹੀ ਫਲੋਪ ਕਰੂੰਗਾ, ਜੇ ਮੈਨੂੰ ਕਿਸੇ ਦਾ ਰੋਕਣਾ ਆਉਂਦਾ ਹੋਵੇ ਫਿਰ ਤਾਂ ਮੈਂ ਚਲਾ ਵੀ ਲਊਂਗਾ। ਉਹ ਸਾਡਾ ਗਾਣਾ ਚੱਲਿਆ ਨਹੀਂ, ਉਹਦਾ ਰੈਵੀਨਿਊ ਬਣਿਆ 50-60 ਲੱਖ ਰੁਪਈਆ ਲਾ ਕੇ, ਸਾਡੇ 2-2.5 ਲੱਖ ਰੁਪਈਆ। ਅਤੇ ਹਾਂਜੀ, ਅਤੇ ਉਹ ਵਹਿਮ ਹੁੰਦਾ। ਪਰ ਮੈਨੂੰ ਜੇ ਕੋਈ ਛੱਡ ਕੇ ਗਿਆ ਆਰਟਿਸਟ, ਉਹ ਇਹ ਨਹੀਂ ਕਹਿ ਸਕਦਾ ਕਿ ਜੇ ਕਿਸੇ ਚੀਜ਼ ਤੋਂ ਸ਼ੋਜ਼ ਤੋਂ ਜਾਂ ਕਿਤੋਂ ਵੀ ਪੈਸੇ ਆਏ ਨੇ ਉਹ ਬੰਟੀ ਭਾਅ ਜੀ ਨੇ ਰੱਖੇ ਨੇ। ਉਹਨਾਂ ਜਦੋਂ ਕਿਤੇ ਬੈਠ ਕੇ ਸ਼ੀਟ 'ਤੇ ਹਿਸਾਬ ਕਰਨਾ ਹੋਊਗਾ ਤਾਂ ਮੇਰੇ ਆਰਟਿਸਟਾਂ ਨੇ ਕਦੇ ਵੀ ਕਿਸੇ ਵੀ ਆਰਟਿਸਟ ਨੂੰ ਕਦੇ ਇਹ ਨਹੀਂ ਕਿਹਾ ਵੀ ਤੁਸੀਂ ਇਸ ਚੀਜ਼ ਲਈ ਕੋਈ ਪੈਸਾ ਖਰਚ ਕਰੋ ਘਰੋਂ ਲਿਆ ਕੇ। ਤਾਂ ਜੇ ਕਿਤੇ ਮੈਂ ਸ਼ੀਟ 'ਤੇ ਬੈਠ ਕੇ ਉਹਨਾਂ ਨਾਲ ਹਿਸਾਬ ਕਿਤਾਬ ਦੇਖੂੰਗਾ ਪੁਰਾਣੇ ਆਰਟਿਸਟਾਂ ਨਾਲ ਵੀ, ਤਾਂ ਜਿਹੜੇ ਉਹਨਾਂ ਤੋਂ ਪੈਸੇ ਬਣੇ ਨੇ ਉਹ ਉਹਨਾਂ 'ਤੇ ਲੱਗੇ ਨੇ ਮੇਰੇ ਵੱਲੋਂ ਉਨੇ ਹੀ, ਜਿਹੜੇ ਉਹਨਾਂ ਵੱਲ ਗਏ ਨੇ ਉਹਦੇ 'ਚੋਂ ਮੈਂ ਕਦੇ ਉਹਨਾਂ ਦਾ ਕੋਈ ਖਰਚ ਨਹੀਂ ਕਰਵਾਇਆ। ਪਰ ਇਹ ਗਾਣੇ ਚੱਲਣ ਦੀ ਤੁਸੀਂ ਗੱਲ ਕਰ ਰਹੇ ਹੋ, ਅਸੀਂ ਬਾਹਰ ਅਕਸਰ ਜਾਂ ਆਪਸ 'ਚ ਗੱਲ ਕਰਦੇ ਰਹਿੰਦੇ ਹਾਂ, ਜਿਵੇਂ ਇੰਡਸਟਰੀ ਦੇ ਕੁਛ ਫਰੈਂਡਸ ਨੇ ਜਾਂ ਜਾਣਕਾਰ ਨੇ, ਉਹ ਕਹਿ ਦਿੰਦੇ ਨੇ ਵੀ ਗਾਣੇ ਚੱਲ ਨਹੀਂ ਰਹੇ, ਚਲਾ ਰਹੇ ਨੇ ਸਾਰੇ। ਪਰ ਮੈਂ ਹੈਰਾਨ ਹੁੰਦੀ ਹਾਂ ਵੀ ਆਪਾਂ ਕਦੇ ਇਸ ਚੀਜ਼ ਬਾਰੇ ਗੱਲ ਨਹੀਂ ਕੀਤੀ, ਪਰ ਮੈਂ ਤੁਹਾਨੂੰ ਪੁੱਛਣਾ ਚਾਹੁੰਦੀ ਹਾਂ ਅੱਜ ਵੀ ਸੱਚੀ ਗਾਣੇ ਚੱਲ ਰਹੇ ਨੇ ਜਾਂ ਚਲਾਏ ਜਾ ਰਹੇ ਨੇ? ਇਹਨਾਂ ਕਈ ਵਾਰੀ ਮਾਹੌਲ ਜਿਹਾ ਹੁੰਦਾ ਕਿਸੇ ਚੀਜ਼ ਦਾ, ਜਿਵੇਂ ਹੁਣ ਪਿੱਛੇ ਸੀਗਾ ਜਿਹੜਾ ਜ਼ਿਆਦਾ ਧਿਆਨ ਹੁਣ ਇਲੈਕਸ਼ਨ ਵੱਲ ਸੀਗਾ ਲੋਕਾਂ ਦਾ, ਉਹ ਚੀਜ਼ਾਂ ਨੂੰ ਜ਼ਿਆਦਾ ਲੋਕ ਕੰਜ਼ਿਊਮ ਕਰ ਰਹੇ ਸੀ, ਉਹ ਚੀਜ਼ਾਂ ਨੂੰ ਜ਼ਿਆਦਾ ਦੇਖ ਰਹੇ ਸੀ, ਮਿਊਜ਼ਿਕ ਘੱਟ ਸੁਣ ਰਹੇ ਸੀਗੇ ਲੋਕ। ਅੱਛਾ, ਜਦੋਂ ਇੱਦਾਂ ਹੁੰਦਾ ਵੀ ਧਿਆਨ ਹੋਰ ਪਾਸੇ ਹੁੰਦਾ, ਉਦੋਂ ਇਹ ਨਹੀਂ ਕਿ ਗਾਣੇ ਸਾਰੇ ਹੀ ਨਹੀਂ ਚੱਲਦੇ, ਕੁਛ ਕੁ ਗਾਣੇ ਤਾਂ ਹੁੰਦੇ ਨੇ ਜਿਹੜੇ ਚੱਲਦੇ ਹੁੰਦੇ ਨੇ, ਪਰ ਜਿਵੇਂ ਜਦੋਂ ਮਿਊਜ਼ਿਕ 'ਤੇ ਧਿਆਨ ਹੁੰਦਾ ਲੋਕਾਂ ਦਾ ਤਾਂ ਉਦੋਂ ਜਦੋਂ ਕੋਈ ਗਾਣੇ 2-4 ਕਿਸੇ ਦੇ ਵੀ ਗਾਣੇ ਜਦੋਂ ਬਹੁਤ ਚੱਲ ਜਾਂਦੇ ਨੇ ਤਾਂ ਪਿੱਛੇ ਬਾਕੀ ਦੇ ਗਾਣੇ ਵੀ ਤੁਰ ਪੈਂਦੇ ਨੇ, ਬਾਕੀ ਦੇ ਗਾਣਿਆਂ ਵੱਲ ਵੀ ਲੋਕਾਂ ਨੂੰ ਧਿਆਨ ਹੋ ਜਾਂਦਾ ਅਤੇ ਉੱਧਰ ਸੁਣਨ ਲੱਗ ਜਾਂਦੇ। ਹੁਣ ਜਿਵੇਂ ਕੋਈ ਵੀ ਕੁਛ ਵੀ ਹੋ ਜਾਵੇ ਕਿਤੇ ਦੁਨੀਆ 'ਤੇ, ਭਾਵੇਂ ਸੋਸ਼ਲ ਮੀਡੀਆ 'ਤੇ ਤਾਂ ਸਾਰਾ ਸੋਸ਼ਲ ਮੀਡੀਆ ਜਾਂ ਜਿੰਨੇ ਚੈਨਲਸ ਨਿਊਜ਼ ਚੈਨਲਸ ਹੁੰਦੇ ਨੇ, ਭਾਵੇਂ ਅਸੀਂ ਉਸੇ ਚੀਜ਼ ਨੂੰ ਹੀ ਵੇਖਦੇ ਹਾਂ। ਜਿਵੇਂ ਹੁਣ ਯੂਕਰੇਨ ਵਾਲਾ ਮਸਲਾ ਹੈ ਤਾਂ ਆਪਾਂ ਉਹਦੀਆਂ ਅਪਡੇਟਸ ਹੀ ਵੇਖਦੇ ਹਾਂ ਸਾਰੇ ਲੋਕ, ਆਪਣਾ ਧਿਆਨ ਮਿਊਜ਼ਿਕ ਵੱਲ ਘੱਟ ਹੁੰਦਾ। ਹੁਣ ਇਲੈਕਸ਼ਨ ਸੀਗਾ, ਹੁਣ ਜਿਵੇਂ ਰਿਜ਼ਲਟ ਆਉਣਾ ਤਾਂ ਉਹ ਚੀਜ਼ 'ਤੇ ਫਿਰ ਜ਼ਿਆਦਾ ਧਿਆਨ ਹੋ ਜਾਂਦਾ ਆਪਣਾ। ਮਿਊਜ਼ਿਕ ਜਦੋਂ ਚੱਲਦਾ ਕੋਈ ਤਾਂ ਉਹਦਾ ਫਾਇਦਾ ਹੀ ਹੁੰਦਾ, ਭਾਵੇਂ ਉਹ
किसी का भी गाना कोई चल जाए एक दो तीन चार पाँच तो वो पिछे अस तो पहला कैसटा वे भी वेखते रहे हैं जो एल्बम कैसट किसी एक दी जा दो दी बहुत बड़िया हिट हो जाएं सी जिहड़ियां बाकी दे लोगों दी कैसटा होंदियां सी वह भी चल पैंदियां सी वह भी सेल होने लग जांदियां सेम ही फिल्मों का जे कोई एक दो वड्डियां फिल्मां हिट होंदियां ने तो बाकी दियां फिल्मां भी लोग फायदा होंदा हाँ फायदा होंदा लोगों का ध्यान हो जाता सिनेमे वाल भाजी तुसी की सोच के गाना लिखदे हो भी हिट गाना लिखना है ना ना कदे भी नहीं सोच के लिखा भी हिट गाना लिखना जा ना ही कदे गाना बनाउण तो बाद लिखण तो बाद वीडियो बनन तो बाद भी कदे ये सोचा भी ये गाना तो हिट होगा ही होगा ऐदा कदे नहीं सोचा गाना लिखण वेले बनाउण वेले सुन के देखी दा सारयां नूं पुछी दा स्टूडियो जो बैठे होने भी ठीक लगता है सुनन नूं ये होंदा भी सुनन नूं ठीक लगे असी आप भी उहनूं सुन सकीए किन्ने वारी अज नहीं तो जे कोई पाँच साल बाद दस साल बाद सुने तो उहदी जिहड़ी है तो साउंड दी गेम ही आ उहदे च जे भावें कप खड़क रहा भावें आ चीज़ की आवाज़ आ रही है तो वह अलग अलग चीज़ों की आवाज़ों कट्ठिया करके साउंड बनाने तो फिर जो इंस्ट्रूमेंट होंगे ने उन्होंने स्वरते उदा उदिया ट्यून्स बना के तो फिर सिंगर की वोकल वो भी साउंड होंगी उस शब्द पा के जो आप फिट करके जो सारिया चीज़ों कट्ठिया सुनते हैं तो उही चीज़ होंगी भी चीज़ सुनने चंगी लगती है ਉਹ ਸੋਚ ਕੇ ਬਣਾਈ ਦੇ ਨੇ ਗਾਣੇ ਬਾਕੀ ਇਹ ਸੋਚ ਕੇ ਨਹੀਂ ਵੀ ਹਿੱਟ ਹੋਵੇ ਤੁਹਾਡੇ ਲਿਖਣ ਦੇ ਮਾਮਲੇ 'ਚ ਤੁਹਾਡਾ ਕੋਈ ਕੰਫਰਟ ਜ਼ੋਨ ਹੈਗਾ ਕਿ ਆਹ ਜੋਨਰ ਮੈਂ ਮਤਲਬ ਛੇਤੀ ਲਿਖ ਲੈਂਦਾ ਜਾਂ ਮੈਂ ਸੌਖਾ ਲਿਖ ਲੈਂਦਾ ਹਾਂ ਸੌਖੇ ਗਾਣੇ ਮੈਨੂੰ ਵਧੀਆ ਲੱਗਦੇ ਨੇ ਜਿਹੜੀਆਂ ਆਮ ਨੋਰਮਲ ਜਿਹੀਆਂ ਗੱਲਾਂ ਪਰ ਰਾਨੀ ਹੁਣੀ ਇੱਕ ਦਿਨ ਕਹਿੰਦੇ ਸੀ ਕਹਿੰਦੇ ਵੀ ਸੌਖਾ ਲਿਖਣਾ ਸਭ ਤੋਂ ਔਖਾ ਹੁੰਦਾ ਜਿਵੇਂ ਕਹਿੰਦੇ ਬੰਟੀ ਬਾਈ ਦੇ ਗਾਣੇ ਹੁੰਦੇ ਨੇ ਇਹ ਸੁਣਨ ਨੂੰ ਸੌਖੇ ਲੱਗਦੇ ਨੇ ਪਰ ਇਹ ਔਖੇ ਨੇ ਲਿਖਣੇ ਵੀ ਪਰ ਉਹ ਲਿਖ ਲੈਂਦੇ ਹੋ ਮੈਂ ਨਾ ਪਿੱਛੇ ਜੇ ਮਤਲਬ ਪਹਿਲਾਂ ਤੋਂ ਹੀ ਜਦੋਂ ਅਸੀਂ ਕਿਸੇ ਚੀਜ਼ ਬਾਰੇ ਮਤਲਬ ਸੋਚਦੇ ਹਾਂ ਵੀ ਅੱਛਾ ਇਹ ਗਾਣੇ ਜੇਕਰ ਕੋਈ ਕਿਸੇ ਦੇ ਲੰਬਾ ਟਾਈਮ ਚੱਲਦੇ ਨੇ ਤਾਂ ਉਹ ਕਿਉਂ ਚੱਲਦੇ ਨੇ ਭਾਵੇਂ ਹਿੰਦੀ ਵਾਲੇ ਸੀਗੇ ਪੁਰਾਣੇ ਗਾਣੇ ਜਾਂ ਪੰਜਾਬੀ ਵਾਲੇ ਸੀ ਬਾਬੂ ਸਿੰਘ ਮਾਨ ਹੋਣਾ ਦੇ ਗਾਣੇ ਜਾਂ ਦੀਦਾਰ ਸੰਧੂ ਹੋਣਾ ਦੇ ਗਾਣੇ ਜਾਂ ਚਮਕੀਲੇ ਹੋਣਾ ਦੇ ਲਿਖੇ ਹੋਏ ਗਾਣੇ ਜਦੋਂ ਦੇਵ ਸਾਹਿਬ ਦੇ ਗਾਣੇ ਤਾਂ ਇਹਨਾਂ ਦੇ ਮੈਂ ਜਦੋਂ ਗਾਣੇ ਸੁਣਦਾ ਸੀ ਬਾਕੀਆਂ ਇਹਨਾਂ ਦੇ ਨਾਲ ਨਾਲ ਹੋਰ ਵੀ ਕਿੰਨੇ ਹੀ ਰਾਈਟਰ ਸੀਗੇ ਉਦੋਂ ਤਾਂ ਮੈਂ ਇਹਨਾਂ ਦਾ ਵੇਖਿਆ ਵੀ ਬੜੀ ਸੌਖੀ ਸ਼ਬਦਾਵਲੀ ਹੁੰਦੀ ਸੀ ਕਈ ਵਾਰੀ ਉਸੇ ਸਬਜੈਕਟ ਨੂੰ ਇਹਨਾਂ ਨੇ 10 ਗਾਣਿਆਂ 'ਚ ਉਸੇ ਸਬਜੈਕਟ 'ਤੇ ਗੱਲ ਕੀਤੀ ਹੁੰਦੀ ਸੀ ਪਰ ਉਹਨਾਂ ਹੀ ਗੱਲਾਂ ਨੂੰ ਅੱਗੇ ਪਿੱਛੇ ਕਰਕੇ ਨਵੇਂ ਤਰੀਕੇ ਨਾਲ ਕੀਤਾ ਹੁੰਦਾ ਸੀ ਤਾਂ ਉਹ ਮੈਨੂੰ ਗੱਲ ਬੜੀ ਵਧੀਆ ਲੱਗੀ ਤਾਂ ਮੈਂ ਉਹ ਚੀਜ਼ 'ਤੇ ਫਿਰ ਧਿਆਨ ਦਿੱਤਾ ਵੀ ਬਜਾਏ ਕਿ ਆਪਾਂ ਬਜਾਏ ਘੋਟ ਘੋਟ ਕੇ ਲਿਖੀਏ ਕੋਈ ਗਾਣਾ ਕਿ ਇਹਦੇ 'ਚ ਹਰ ਇੱਕ ਲਾਈਨ ਦੇ ਵਿੱਚ ਇੰਨੀ ਭਾਰੀਆਂ ਗੱਲਾਂ ਹੋਣੀਆਂ ਚਾਹੀਦੀਆਂ ਨੇ ਜਾਂ ਉਹਦੇ 'ਚ ਇੰਨੀ ਤੁੰਨ ਤੁੰਨ ਕੇ ਸ਼ਾਇਰੀ ਪਾਈ ਹੋਵੇ ਜਾਂ ਉਹ ਉਹਦੇ ਨਾਲੋਂ ਮੈਨੂੰ ਜਿਹੜਾ ਸੌਖਾ ਲਿਖਣ ਵਾਲਾ ਲੱਗਿਆ ਉਹ ਮੈਨੂੰ ਲੱਗਿਆ ਵੀ ਉਹ ਸ਼ਾਇਦ ਉਹ ਮਗਰੋਂ ਵੀ ਲੋਕਾਂ ਨੂੰ ਸੁਣਨ ਨੂੰ ਚੰਗਾ ਲੱਗਦਾ ਰਹਿੰਦਾ ਉਹ ਛੇਤੀ ਯਾਦ ਵੀ ਹੋ ਜਾਂਦੇ ਨੇ ਛੇਤੀ ਯਾਦ ਵੀ ਹੋ ਜਾਂਦੇ ਅਤੇ ਇੱਕ ਮੈਨੂੰ ਹੁੰਦਾ ਵੀ ਜਦੋਂ ਜਿਹੜੀ ਉਹਦੀ ਤਰਜ ਆ ਤਾਂ ਉਹ ਉੱਦਾਂ ਕਦੀ ਹੋਵੇ ਵੀ ਲੋਕ ਨਾਲ ਉਹਨੂੰ ਗਾ ਵੀ ਸਕਣ ਅਤੇ ਉਹਨਾਂ ਦੇ ਕੰਨਾਂ 'ਚ ਜਦੋਂ ਪਵੇ ਅਤੇ ਉਹ ਸੁਣਨ ਨੂੰ ਚੰਗਾ ਲੱਗੇ ਤਾਂ ਹੁਣ ਜਿੰਨੇ ਪਿਛਲੇ ਗਾਣੇ ਜਿੰਨੇ ਵੀ ਨੇ ਤਾਂ ਉਹ ਸਾਰੇ ਸੌਖੇ ਸੌਖੇ ਹੀ ਨੇ ਇਹ ਨਹੀਂ ਵੀ ਉਹ ਜਿਹੜੇ ਘੋਟ ਘੋਟ ਕੇ ਲਿਖਣ ਵਾਲੇ ਮੈਂ ਲਿਖ ਨਹੀਂ ਸਕਦਾ ਉਹ ਮੈਨੂੰ ਲੱਗਦਾ ਮੈਂ ਉਹ ਵੀ ਲਿਖ ਲੂੰਗਾ ਜੇ ਮੈਂ ਲਿਖਣੇ ਹੋਣਗੇ ਤਾਂ ਪਰ ਮੈਨੂੰ ਸੌਖੇ ਗਾਣੇ ਲਿਖਣੇ ਵਧੀਆ ਲੱਗਦੇ ਨੇ ਉਹਨਾਂ 'ਚ ਆਪਣੇ ਆਪ ਨੂੰ ਸੁਣ ਕੇ ਵਧੀਆ ਲੱਗਦਾ ਚਾਹੇ ਪਰੀ ਦੇ ਗਾਣੇ ਸੀਗੇ ਜਮ੍ਹਾਂ ਹੀ ਸੌਖੀਆਂ ਗੱਲਾਂ ਨੇ ਹੋਰ ਪਹਿਲਾਂ ਵੀ ਹਜ਼ਾਰ ਵਾਰੀ ਆਈਆਂ ਹੋਈਆਂ ਗੱਲਾਂ ਨੇ ਉਹ ਮੈਨੂੰ ਦੱਸਿਆ ਸ਼ੀਸ਼ੇ ਨੇ ਮੈਂ ਸਭ ਕੁੜੀਆਂ ਤੋਂ ਸੋਹਣੀ ਮੈਂ ਹੀ ਤੈਨੂੰ ਆਊਂਗਾ ਵਿਆਹੁਣ ਕਹਿੰਦਾ ਹਾਨਣੇ ਇਹ ਗੱਲ ਹਜ਼ਾਰ ਵਾਰੀ ਆਈ ਆ ਪਰ ਇਹਨੂੰ ਮੈਂ ਆਪਣੇ ਤਰੀਕੇ ਨਾਲ ਕੀਤਾ ਰਣਜੀਤ ਬਾਵੇ ਦਾ ਗਾਣਾ ਸੀ ਮੁੰਡਾ ਦਿਲ ਜਿਹਾ ਵਾਰਦਾ ਫਿਰਦਾ ਨਹੀਂ ਮੇਰੇ ਨੱਕ ਦੇ ਕੋਕੇ ਤੋਂ ਤਾਂ ਉਹ ਦਿਲ ਜਿਹਾ ਵਾਰਦਾ ਦਿਲ ਜਿਹਾ ਕਹਿ ਕੇ ਮੈਂ ਉਹਨੂੰ ਆਪਣੇ ਤਰੀਕੇ ਨਾਲ ਗੱਲ ਕਰਤੀ ਪਰ ਨੱਕ ਦੇ ਕੋਕੇ ਅਤੇ ਮੁੰਡਾ ਦਿਲ ਮੇਰੇ 'ਤੇ ਵਾਰਦਾ ਫਿਰਦਾ 5000 ਵਾਰੀ ਆਈਆਂ ਨੇ ਗੱਲਾਂ ਜਾਂ ਹੁਣ ਆ ਗਾਣਾ ਆਪਾਂ ਦਿਲ 'ਤੇ ਬਿਠਾਈ ਦਾ ਸਿਰ 'ਤੇ ਨਹੀਂ ਅਤੇ ਇਹ ਹੈ ਤਾਂ ਉੱਦਾਂ ਹੀ ਮਤਲਬ ਆਪਦੀ ਵੀ ਗੱਲ ਆ ਅਸੀਂ ਜਿਵੇਂ ਅਸੀਂ ਦਿਮਾਗ ਨਾਲ ਦਿਲ 'ਤੇ ਲੱਗਿਆ ਬੰਦਾ ਬੜਾ ਮਾੜਾ ਹਾਂ ਉਹ ਤਾਂ ਹੈ ਪਰ ਇਹ ਉੱਦਾਂ ਸੀਗਾ ਵੀ ਜਿਵੇਂ ਇਹਦੀ ਲਾਈਨ ਹੀ ਆ ਜਿਵੇਂ ਵੀ ਮੁੱਖੜਾ ਫਲਾਵਰ ਗੁਲਾਬ ਨਾਲ ਮਿਲਦਾ ਉਹ ਜਿਵੇਂ ਪਰੀ ਵੱਲੋਂ ਕਹੀ ਸੀ ਆਪਣਾ ਤਾਂ ਨੇਚਰ ਪੰਜਾਬ ਨਾਲ ਮਿਲਦਾ ਵੀ ਪੰਜਾਬ ਦਾ ਜਿਹੜਾ ਸੁਭਾਅ ਸਾਡਾ ਸੁਭਾਅ ਉਹਦੇ ਨਾਲ ਹੀ ਮਿਲਦਾ ਤਾਂ ਕਿਤੋਂ ਨਾ ਕਿਤੋਂ ਕੋਈ ਆਈਡੀਆ ਸਾਨੂੰ ਮਿਲ ਜਾਂਦਾ
ਹੁਣ ਫਾਈਨਲੀ ਆਪਾਂ ਇੱਕ ਗਾਣਾ ਸੁਣ ਹੀ ਲਈਏ ਪਰੀ ਤੋਂ। ਯੈਸ, ਇਹ ਸੁਣ ਲੈਣੇ ਆਪਾਂ ਦਿਲ ਤੇ ਜਾਂ ਜੋ ਤੁਹਾਡਾ ਮਨ ਕਰੇ। ਮੁਖੜਾ ਫਲਾਵਰ ਗੁਲਾਬ ਨਾਲ ਮਿਲਦਾ ਹੈ, ਆਪਣਾ ਤਾਂ ਨੇਚਰ ਪੰਜਾਬ ਨਾਲ ਮਿਲਦਾ ਹੈ। ਮੁਖੜਾ ਫਲਾਵਰ ਗੁਲਾਬ ਨਾਲ ਮਿਲਦਾ ਹੈ, ਆਪਣਾ ਤਾਂ ਨੇਚਰ ਪੰਜਾਬ ਨਾਲ ਮਿਲਦਾ ਹੈ। ਇੰਨੇ ਵੀ ਨਹੀਂ ਬੋਲੇ ਸਾਨੂੰ ਸਮਝ ਨਾ ਆਵੇ, ਬੰਦਾ ਮਿਲਦਾ ਹੈ ਜਿਹੜਾ ਕਿਹੜੇ ਹਿਸਾਬ ਨਾਲ ਮਿਲਦਾ ਹੈ। ਅੱਗੇ ਹੋ ਕੇ ਤੁਰੀਏ ਸਪੂਨਾ ਵਾਂਗੂ, ਪਿੱਛੇ ਪਿੱਛੇ ਫਿਰਦੇ ਨਹੀਂ ਫਿਰਦੇ ਨਹੀਂ। ਆਪਾਂ ਦਿਲ 'ਤੇ ਬਿਠਾਈ ਦਾ ਆ ਸਿਰ 'ਤੇ ਨਹੀਂ ਸਿਰ 'ਤੇ ਨਹੀਂ। ਆਪਾਂ ਦਿਲ 'ਤੇ ਬਿਠਾਈ ਦਾ ਆ ਸਿਰ 'ਤੇ ਨਹੀਂ ਸਿਰ 'ਤੇ ਨਹੀਂ। ਸ਼ੁਕਰੀਆ। ਬੋਲੇ ਸੰਗਰੂਰ ਵਾਲਾ ਆਪਣੇ ਉੱਧਰ ਦਾ ਸ਼ਬਦ ਆ ਵੀ ਮੈਂ ਬੋਲਾ ਥੋੜ੍ਹੀ ਹਾਂ। ਬੋਲਾ ਮਤਲਬ ਕੰਨਾਂ ਤੋਂ ਬੋਲਾ ਨਹੀਂ, ਕਮਲਾ ਵੀ ਅਸੀਂ ਇੰਨੇ ਕਮਲੇ ਨਹੀਂ ਹੈਗੇ ਵੀ ਜਿਹੜਾ ਸਾਨੂੰ ਬੰਦਾ ਮਿਲਦਾ ਅਤੇ ਸਾਨੂੰ ਪਤਾ ਨਾ ਲੱਗੇ ਵੀ ਕਿਉਂ ਮਿਲ ਰਿਹਾ ਅਤੇ ਕਿਹੜੇ ਹਿਸਾਬ ਨਾਲ ਮਿਲ ਰਿਹਾ। ਸੋ ਇਹ ਗਾਣੇ 'ਚ ਉਹੀ ਗੱਲਾਂ ਨੇ, ਇਹ ਆਪਣੀਆਂ ਮਤਲਬ ਸਾਰਿਆਂ ਦੀਆਂ ਗੱਲਾਂ ਨੇ, ਜਿਵੇਂ ਪਿੱਛੇ ਪਿੱਛੇ ਮੂਹਰੇ ਹੋ ਕੇ ਤੁਰੀਏ ਸਕੂਨਾਂ ਵਾਂਗੂ ਪਿੱਛੇ ਪਿੱਛੇ। ਸੋ ਪਿੱਛੇ ਤੁਰਨ ਵਾਲੇ ਬੰਦੇ ਸਾਰੇ ਬੰਦੇ ਚਮਚੇ ਨਹੀਂ ਹੁੰਦੇ, ਚਮਚਾਗਿਰੀ ਕਰਨ ਵਾਲੇ ਨਹੀਂ ਹੁੰਦੇ ਜਿਹੜੇ ਤੁਹਾਡੇ ਪਿੱਛੇ ਤੁਰਦੇ ਨੇ ਬੰਦੇ। ਸੋ ਚਮਚਾਗਿਰੀ ਮੈਨੂੰ ਲੱਗਦਾ ਆਪਣਾ ਆਪਣਾ ਸੁਭਾਅ ਹੁੰਦਾ। ਸੋ ਜੋ ਮੈਨੂੰ ਆਪਣਾ ਜੋ ਸਾਨੂੰ ਚੰਗਾ ਲੱਗਦਾ ਸੋ ਉਹੀ ਗਾਣਿਆਂ 'ਚ ਹੁੰਦਾ। ਮੈਂ ਟਰਾਈ ਕਰਦਾ ਹੁੰਦਾ ਵੀ ਕਦੇ ਵੀ ਮੈਨੂੰ ਲੱਗਦਾ ਗਾਣਿਆਂ 'ਚ ਕੁਛ ਇੱਦਾਂ ਦਾ ਹੈ ਨਹੀਂ ਜੋ ਉੱਦਾਂ ਹੀ ਗੱਲ ਕਰੀ ਹੋਵੇ। ਸੋ ਜਿਹੜੀਆਂ ਆਪ ਵਿਚਰਦੇ ਹਾਂ ਜਿਹੜੀਆਂ ਗੱਲਾਂ 'ਚ ਜਿਹੜੀਆਂ ਚੀਜ਼ਾਂ ਜਾਂ ਜਿਹੜਾ ਕੋਈ ਸਮਾਨ ਆਪਦੇ ਕੋਲ ਹੁੰਦਾ ਕਰਦਿਆਂ ਉਹੀ ਗਾਣਿਆਂ 'ਚ ਹੁੰਦਾ ਹੈਗਾ। ਆਪਾਂ ਹਮੇਸ਼ਾ ਗਾਣਿਆਂ ਬਾਰੇ ਗੱਲ ਕਰਦੇ ਹਾਂ ਜਾਂ ਇੰਡਸਟਰੀ ਬਾਰੇ ਗੱਲ ਕਰਦੇ ਹਾਂ। ਆਪਾਂ ਰੀਸੈਂਟ ਐਪੀਸੋਡ ਅਸੀਂ ਕੀਤਾ ਸੀ ਗੱਲ 'ਤੇ ਗੱਲ ਦਾ, ਜਿਹਦੇ ਵਿੱਚ ਇਹ ਸੀ ਕਿ ਜਿਵੇਂ ਹੁਣ ਮਾਰਚ ਮਹੀਨੇ ਦੇ ਵਿੱਚ ਰਿਜ਼ਲਟ ਨਿਕਲਦੇ ਨੇ ਸਕੂਲਾਂ ਦੇ ਤਾਂ ਬਹੁਤ ਜ਼ਿਆਦਾ ਨਿਆਣੇ ਪ੍ਰੈਸ਼ਰ ਫੀਲ ਕਰਦੇ ਨੇ ਵੀ ਅਸੀਂ ਵਧੀਆ ਨੰਬਰ ਲੈ ਕੇ ਆਉਣੇ ਨੇਗੇ ਜਾਂ 99% ਨੰਬਰ ਆਉਣੇ ਚਾਹੀਦੇ ਨੇ ਜਾਂ ਫਸਟ ਆਉਣੇ ਚਾਹੀਦੇ ਨੇ। ਉਹਦੇ 'ਚ ਆਪਾਂ ਗੱਲ ਕਰਦੇ ਸੀ ਕਿ ਵੀ ਜ਼ਰੂਰੀ ਨਹੀਂ ਕਿ ਤੁਹਾਡਾ ਬੱਚਾ ਪੜ੍ਹਨ ਨੂੰ ਜੇ ਚੰਗਾ ਨਹੀਂ ਹੈਗਾ ਤਾਂ ਇਹਦਾ ਮਤਲਬ ਉਹਦੇ ਅੰਦਰ ਹੋਰ ਕੋਈ ਗੁਣ ਹੀ ਨਹੀਂ ਹੈਗਾ, ਉਹਨੂੰ ਲੈ ਕੇ ਆ ਉਹਨੂੰ ਤਾਂ ਕਰਨਾ ਹੀ ਕੁਛ ਨਹੀਂ। ਹਾਂ, ਮੈਂ ਤੁਹਾਡੇ ਨਾਲ ਇਸ ਬਾਰੇ ਜ਼ਰੂਰ ਗੱਲ ਕਰਨਾ ਚਾਹੁੰਦੀ ਹਾਂ ਕਿਉਂਕਿ ਆਪਾਂ ਵੀ ਸੁੱਖਣਾ ਪੜ੍ਹਾਈ 'ਚ ਬਹੁਤ ਜ਼ਿਆਦਾ ਵਧੀਆ ਮਤਲਬ ਵਧੀਆ ਸੀਗੇ। ਮੈਂ ਇੰਟੈਲੀਜੈਂਟ ਸੀਗਾ ਪਰ ਜੇ ਮੈਂ ਉਹ ਚੀਜ਼ 'ਤੇ ਧਿਆਨ ਦੇਣਾ ਛੱਡਤਾ ਸੀ, ਜਿਵੇਂ ਮੈਂ 10ਵੀਂ 'ਚ ਗਾਣੇ 'ਚ ਵੀ ਲਿਖਿਆ ਸੀ 10ਵੀਂ ਵਿੱਚ ਫੇਲ ਮੈਥ 'ਚੋਂ ਬਿਜ਼ਨਸ ਪਰ ਜਾਣੇ ਮੁੰਡਾ। ਸੋ ਇਹ ਜ਼ਰੂਰੀ ਨਹੀਂ, 10th 'ਚੋਂ ਮੈਂ ਮੇਰੇ 20-22 ਨੰਬਰ ਸੀਗੇ ਮੈਥ 'ਚੋਂ, ਮੈਂ ਫੇਲ ਸੀ, ਬਾਕੀ ਸਬਜੈਕਟ 'ਚ ਪਾਸ ਹੋ ਗਿਆ ਸੀਗਾ, ਚਲੋ 10ਵੀਂ ਮੇਰੀ ਨਿਕਲ ਗਈ ਸੀ। ਕਈ ਵਾਰੀ ਜਿਵੇਂ ਪੇਰੈਂਟਸ ਵੱਲੋਂ ਪ੍ਰੈਸ਼ਰ ਹੁੰਦਾ ਵੀ ਇੰਨੇ ਨੰਬਰ ਹੀ ਲੈ ਕੇ ਆਉਂਗੇ ਤਾਂ ਹੀ ਤੁਸੀਂ ਜ਼ਿੰਦਗੀ 'ਚ ਕੁਛ ਕਰ ਸਕਦੇ ਹੋ ਜਾਂ 99% ਲੈਣ ਵਾਲਾ ਬੱਚਾ ਹੀ ਕਾਬਿਲ ਹੁੰਦਾ ਆ, ਹੈ ਨਾ, ਜਾਂ ਜੇ ਤੁਹਾਡੇ ਕੋਲ ਗ੍ਰੈਜੂਏਸ਼ਨ ਅਤੇ ਮਾਸਟਰਸ ਦੀ ਡਿਗਰੀ ਆ ਤਾਂ ਹੀ ਤੁਸੀਂ ਜ਼ਿੰਦਗੀ 'ਚ ਕੁਛ ਕਰ ਸਕਦੇ ਹੋ, ਅਚੀਵ ਕਰ ਸਕਦੇ ਹੋ, ਹੈ ਨਾ। ਸੋ ਚਲੋ ਇੱਕ ਪੁਆਇੰਟ ਤੱਕ ਆਪਾਂ ਕਹਿ ਵੀ ਸਕਦੇ ਹਾਂ ਵੀ ਕਈ ਵਾਰ ਕਿਸੇ ਫੀਲਡ 'ਚ ਤੁਹਾਡਾ ਜਿਹੜਾ ਅਕੈਡੈਮਿਕ ਕਾਰਡ ਹੁੰਦਾ ਇੱਕ ਐਂਟਰੀ ਕਾਰਡ ਹੁੰਦਾ, ਹੈ ਨਾ, ਐਂਟਰ ਕਰਨ ਦੇ ਲਈ। ਪਰ ਇਸ ਚੀਜ਼ 'ਤੇ ਵਿੱਚ ਆਉਂਗੀ ਕਿ ਤੁਸੀਂ ਸਪੈਸ਼ਲ ਗੱਲ ਕਰੋ ਵੀ ਜ਼ਰੂਰੀ ਨਹੀਂ ਕਿ ਅਗਰ ਤੁਸੀਂ ਬਹੁਤ ਜ਼ਿਆਦਾ ਨਹੀਂ ਪੜ੍ਹੇ ਹੈਗੇ ਜਾਂ ਤੁਸੀਂ ਠੀਕ ਆ ਪੜ੍ਹਾਈ 'ਚ ਵਧੀਆ ਸੀਗੇ ਪਰ ਤੁਹਾਡਾ ਇੰਟਰਸਟ ਕਿਸੇ ਹੋਰ ਚੀਜ਼ ਵੱਲ ਸੀਗਾ, ਕਿਉਂਕਿ ਸਾਡੇ ਪਰਿਵਾਰਾਂ ਦੇ ਵਿੱਚ ਜਾਂ ਸਾਡੇ ਪੰਜਾਬੀ ਕਲਚਰ ਦੇ ਵਿੱਚ ਹਲੇ ਤੱਕ ਵੀ ਨਿਆਣਿਆਂ ਦੀ ਚੋਇਸ ਅਤੇ ਇੰਟਰਸਟ ਦੀ ਹਲੇ ਕੋਈ ਥਾਂ ਨਹੀਂ ਹੈਗੀ। ਬਿਲਕੁਲ। ਸੋ ਉਸ ਚੀਜ਼ 'ਤੇ ਮੈਂ ਚਾਹੁੰਦੀ ਹਾਂ ਕਿ ਤੁਸੀਂ ਗੱਲ ਕਰੋ। ਹਾਂ, ਉਹ ਅਵੇਅਰਨੈਸ ਪਤਾ ਹੀ ਨਹੀਂ ਹੁੰਦਾ, ਮਤਲਬ ਸਾਨੂੰ ਲੋਕਾਂ ਨੂੰ ਪਤਾ ਨਹੀਂ ਹੁੰਦਾ, ਚਾਹੇ ਉਹ ਸਾਡੇ ਪਰਿਵਾਰਾਂ ਦੀ ਗੱਲ ਕਰ ਲਈਏ ਤਾਂ ਇਹੀ ਹੁੰਦਾ ਸੀਗਾ ਵੀ ਉਹ ਆਪਾਂ ਨੂੰ ਉਹ ਫਲਾਣਾ ਬੰਦਾ, ਮੈਨੂੰ ਯਾਦ ਆ ਮੈਨੂੰ ਛੋਟੇ ਹੁੰਦੇ ਨੂੰ ਕਹਿੰਦੇ ਹੁੰਦੇ ਸੀ ਵੀ ਫਲਾਣਾ ਉਹ ਆਪਣਾ ਰਿਸ਼ਤੇਦਾਰ ਉਹ ਫਲਾਣੇ ਮਹਿਕਮੇ 'ਚ ਹੈ ਅਤੇ ਉਹਦੇ ਨਾਲ ਆਪਾਂ ਗੱਲ ਕੀਤੀ ਹੈ ਵੀ ਤੂੰ ਵਧੀਆ ਨੰਬਰ ਲੈ ਕੇ ਪਾਸ ਹੋ ਜਾ 10ਵੀਂ 'ਚੋਂ ਪਲੱਸ 2 'ਚੋਂ ਅਤੇ ਤੂੰ ਗ੍ਰੈਜੂਏਸ਼ਨ ਕਰ ਲਾ, ਅਤੇ ਉਹ ਕਹਿੰਦਾ ਮੈਂ ਨੌਕਰੀ 'ਤੇ ਲਵਾ ਦੂੰਗਾ। ਸੋ ਇਹੀ ਹੁੰਦਾ ਦਿਮਾਗ 'ਚ ਵੀ ਨੌਕਰੀ ਲੈਣੀ। ਹਾਂ, ਅਤੇ ਇਹ ਹੁੰਦਾ ਨਹੀਂ ਵੀ ਅੱਛਾ ਆਪਾਂ ਤੈਨੂੰ ਵੀ ਪੁੱਛ ਲਈਏ ਵੀ ਤੂੰ ਅੱਗੇ ਜਾ ਕੇ ਇੱਦਾਂ ਇਹ ਕਰਨਾ। ਹੁਣ ਜੇ ਮੈਂ ਉਸ ਵੇਲੇ ਜੇ ਮੈਂ ਕਹਿ ਵੀ ਦਿੰਦਾ ਵੀ ਮੈਂ ਜੀ ਪੜ੍ਹਨਾ ਨਹੀਂ, ਮੈਂ ਇੱਕ ਵਾਰੀ ਕਿਹਾ ਵੀ ਸੀ 9th ਕਲਾਸ 'ਚ ਮੇਰੇ ਟੀਚਰ ਨੇ, ਸ਼ਾਇਦ ਉਹਨਾਂ ਨੂੰ ਯਾਦ ਹੋਊਗਾ, ਮੈਂ ਉਹਨਾਂ ਨੂੰ ਕਿਹਾ 9th ਕਲਾਸ 'ਚ ਹੀ ਮੈਂ ਕਹਿ ਤਾ ਸੀ ਮੈਂ ਜੇ ਮੈਂ ਨਾ ਅੱਗੇ ਸਟੱਡੀ ਕਰਾਂ ਮੈਨੂੰ ਲੱਗਦਾ ਵੀ ਮੇਰੇ ਕੰਮ ਤਾਂ ਜਿੰਨਾ ਕੁ ਮੈਨੂੰ ਪੜ੍ਹਨੀ ਲਿਖਣੀ ਆਉਣੀ ਚਾਹੀਦੀ ਹੈ ਜੋ ਘਟਾ ਉਹ ਮੈਨੂੰ ਪਤਾ ਲੱਗ ਗਿਆ। ਅਤੇ ਕਹਿੰਦੇ ਤੂੰ ਕੀ ਕਰਨਾ ਚਾਹੁੰਦਾ, ਮੈਂ ਇਸ ਮਿਊਜ਼ਿਕ ਇੰਡਸਟਰੀ 'ਚ ਜਾਣਾ ਚਾਹੁੰਦਾ। ਕਹਿੰਦੇ ਕਿੱਥੋਂ ਸ਼ੁਰੂ ਕਰੇਗਾ, ਮੈਂ ਜੀ ਮੈਂ ਸ਼ੁਰੂ ਜੇ ਆਪਣੇ ਪਿੰਡ ਤੋਂ ਕਰਨਾ ਹੋਊ, ਸਾਡੇ ਪਿੰਡ ਡੈੱਕਾਂ ਦੀ ਦੁਕਾਨ ਹੈ, ਉੱਥੇ ਡੈੱਕ ਸਵਾਰਦਾ ਬੰਦਾ ਅਤੇ ਕੈਸਟਾਂ ਆਉਂਦੀਆਂ ਨੇ, ਮੈਂ ਉਹਨੂੰ ਕਹੂੰਗਾ ਵੀ ਮੈਂ ਇੱਥੇ ਕੰਮ ਸਿੱਖਣਾ ਅਤੇ ਉੱਥੋਂ ਹੀ ਸ਼ੁਰੂ ਕਰੂੰਗਾ ਮੈਂ। ਅੱਛਾ,
ਕਹਿੰਦੇ ਅੱਛਾ ਕਹਿੰਦੇ ਚੱਲ ਕੋਈ ਨਹੀਂ ਫਿਰ ਤੂੰ ਇੱਦਾਂ ਕਰ ਸਕੂਲ ਤੋਂ ਬਾਅਦ ਚਲੇ ਜਾਇਆ ਕਰ ਉਹਦੇ ਕੋਲ ਮੈਂ ਜੀ ਇਹ ਵੀ ਗੱਲ ਠੀਕ ਹੈ ਮੈਂ ਸੱਚੀ ਫਿਰ ਉਹ ਸਾਡੇ ਪਿੰਡ ਡੈੱਕ ਸਵਾਰਦਾ ਸੀ ਨਵੀਂ ਨਵੀਂ ਦੁਕਾਨ ਖੋਲ੍ਹੀ ਸੀ ਉਹਨੇ 2-3 ਮਹੀਨੇ ਹੋਏ ਸੀ ਮੈਂ ਉਹਦੇ ਕੋਲ ਸਕੂਲ ਤੋਂ ਘਰ ਆ ਕੇ ਰੋਟੀ ਖਾ ਕੇ ਸਕੂਲ ਤੋਂ ਬਾਅਦ ਫਿਰ ਉਹਦੇ ਕੋਲ ਜਾਂਦਾ ਸੀ ਫਿਰ ਮੈਂ ਉਹ ਤੋਂ ਪੁੱਛਿਆ ਵੀ ਟਾਂਕੇ ਟੁੰਕੇ ਕਿਵੇਂ ਲੱਗਦੇ ਨੇ ਕਿਉਂਕਿ ਉੱਥੇ ਕੈਸਟਾਂ ਫਿਰ ਮੈਨੂੰ ਹੁੰਦਾ ਸੀਗਾ ਜਿਵੇਂ ਲਾਇਬ੍ਰੇਰੀ 'ਚ ਜਾ ਕੇ ਬੰਦਾ ਪੜ੍ਹਦਾ ਕਿਤਾਬਾਂ ਪੜ੍ਹਦਾ ਅੱਡ ਅੱਡ ਚੀਜ਼ਾਂ ਦੀਆਂ ਕਿਸੇ ਕੰਮ ਲਈ ਸਾਇੰਟਿਸਟ ਲੈਬ 'ਚ ਜਾ ਕੇ ਚੀਜ਼ਾਂ ਦੇਖਦਾ ਤਾਂ ਉਹ ਕੈਸਟਾਂ ਦੀ ਉੱਥੇ ਫਿਰ ਮੈਂ ਦੁਕਾਨ 'ਤੇ ਫਿਰ ਉਹ ਪੂਰੀ ਰੈਕ ਉਹਦੇ ਭਰੇ ਹੋਏ ਸੀਗੇ ਉੱਥੇ ਤਾਂ ਉਹ ਮੈਂ ਸਾਰੀਆਂ ਕੈਸਟਾਂ ਦੇ ਫਿਰ ਅੱਗੋਂ ਪਿੱਛੋਂ ਵੇਖਣਾ ਵੀ ਕਿਹਨੇ ਲਿਖਿਆ ਕਿਹਨੇ ਮਿਊਜ਼ਿਕ ਬਣਾਇਆ ਕਿੱਥੇ ਕੰਪਨੀਆਂ ਉੱਥੇ ਮੈਂ ਪਹਿਲੀ ਵਾਰੀ ਪੜ੍ਹਿਆ ਕੈਟਰਕ ਮਿਊਜ਼ਿਕ ਕੰਪਨੀ ਚੰਡੀਗੜ੍ਹ ਦਾ ਐਡਰੈਸ ਉੱਥੇ ਮੈਂ ਦਵਿੰਦਰ ਭਾਈ ਦੀ ਫੋਟੋ ਵੇਖੀ ਉਹ ਹਰੇਕ ਕਵਰ ਦੇ ਪਿੱਛੇ ਫੋਟੋ ਸੀ ਮੈਨੂੰ ਲੱਗਿਆ ਵੀ ਇਹ ਬੰਦਾ ਹੋਊਗਾ ਜਿਹੜਾ ਸਾਰਾ ਕੁਛ ਕਰਦਾ ਹੋਊਗਾ ਮੈਨੂੰ ਸਮਝ ਨਹੀਂ ਲੱਗੀ ਵੀ ਕ੍ਰੈਡਿਟ ਕੀ ਲਿਖਿਆ ਹੋਇਆ ਸੀਗਾ ਪ੍ਰੋਗਰਾਮ ਇੱਦਾਂ ਦਾ ਕੁਛ ਲਿਖਿਆ ਹੋਇਆ ਸੀ ਮੈਂ ਵੀ ਇਹ ਬੰਦਾ ਕਰਦਾ ਵੀ ਇਹ ਬੰਦੇ ਨੂੰ ਮਿਲਣਾ ਤਾਂ ਉੱਥੋਂ ਹੀ ਪ੍ਰੋਸੈਸ ਸ਼ੁਰੂ ਹੋਇਆ ਪਹਿਲਾ ਕਦਮ ਉਹੀ ਸੀਗਾ ਇਸ ਪਾਸੇ ਨੂੰ ਆਉਣ ਦਾ ਅਤੇ ਉਹਨੇ 5ਵੇਂ ਕੁ ਦਿਨ ਜਦੋਂ ਉਹ ਬੰਦੇ ਨੇ ਦੇਖਿਆ ਵੀ ਇਹਦਾ ਇੰਟਰਸਟ ਹੈਗਾ 5ਵੇਂ ਕੁ ਦਿਨ ਉਹ ਮੈਨੂੰ ਚਾਬੀ ਵੀ ਦੇ ਗਿਆ ਦੁਕਾਨ ਦੀ ਅੱਛਾ ਸਾਡੇ ਸਮਾਣਾ ਨੇੜੇ ਪੈਂਦਾ ਉੱਥੋਂ ਧਨੇਠੇ ਤੋਂ ਉੱਥੋਂ ਆਉਂਦਾ ਹੁੰਦਾ ਸੀਗਾ ਉਹ ਅਤੇ ਉਹ ਕਹਿੰਦਾ ਵੀ ਬੰਟੀ ਕੱਲ੍ਹ ਨੂੰ ਤੂੰ ਖੋਲ੍ਹਣੀ ਦੁਕਾਨ ਸਵੇਰੇ ਸਕੂਲ ਜਾਣ ਤੋਂ ਪਹਿਲਾਂ ਅਤੇ ਘੰਟਾ ਪਹਿਲਾਂ ਆ ਜਾਈ ਤੂੰ ਅਤੇ ਜਦੋਂ ਨੂੰ ਤੂੰ ਸਕੂਲ ਜਾਣਾ ਉਦੋਂ ਨੂੰ ਮੈਂ ਆ ਜਾਊਂਗਾ ਤੁਸੀਂ ਸੋਚ ਨਹੀਂ ਸਕਦੇ ਜਿੱਦਣ ਉਹ ਮੈਨੂੰ ਦੁਕਾਨ ਦੀ ਚਾਬੀ ਦੇ ਕੇ ਗਿਆ ਮੈਨੂੰ ਕਿੰਨਾ ਚਾਅ ਸੀਗਾ ਮੈਨੂੰ ਰੋਟੀ ਖਾਣ ਨੂੰ ਦਿਲ ਨਾ ਕਰੇ ਵੀ ਯਾਰ ਦੁਕਾਨ ਦੀ ਚਾਬੀ ਮੇਰੇ ਕੋਲ ਆ ਅਤੇ ਦੂਜੇ ਦਿਨ ਮੈਂ ਸਵੇਰੇ ਹੀ ਤਿਆਰ ਹੋ ਕੇ ਵਰਦੀ ਪਾਈ ਰੋਟੀ ਖਾਧੀ ਪਤਾ ਨਹੀਂ ਖਾਧੀ ਵੀ ਨਹੀਂ ਭੁੱਖ ਹੀ ਨਹੀਂ ਲੱਗੀ ਮੈਨੂੰ ਰੋਟੀ ਖਾਣ ਦਾ ਜੀ ਨਹੀਂ ਕਰਿਆ ਮੈਂ ਬੜੇ ਚਾਅ ਨਾਲ ਜਾ ਕੇ ਦੁਕਾਨ ਖੋਲ੍ਹੀ ਝਾੜੂ ਲਾਇਆ ਉੱਥੇ ਪਾਣੀ ਛਿੜਕਿਆ ਅਤੇ ਕੈਸਟਾਂ ਕੂਸਟਾਂ ਸਾਰੀਆਂ ਸਾਫ਼ ਸੂਫ ਕੀਤਾ ਐਨ ਉਹਦੇ ਆਉਂਦੇ ਨੂੰ ਮੈਂ ਐਨ ਪੂਰਾ ਵਧੀਆ ਸੈੱਟ ਸੁੱਟ ਕਰਕੇ ਸਮਾਨ ਰੱਖਿਆ ਹੋਇਆ ਸੀ ਹਾਂਜੀ ਫਿਰ ਮੈਂ ਸਕੂਲ ਗਿਆ ਮੈਂ ਜ਼ਿਆਦਾ ਟਾਈਮ ਤਾਂ ਨਹੀਂ ਸ਼ਾਇਦ 2-3 ਮਹੀਨੇ ਮੈਂ ਉੱਥੇ ਫਿਰ ਦੁਕਾਨ 'ਤੇ ਉਹ ਚੀਜ਼ਾਂ ਚੂਜ਼ਾਂ ਜਦੋਂ ਮੈਨੂੰ ਪਤਾ ਲੱਗ ਗਿਆ ਵੀ ਆਹ ਦੇਖ ਦੁੱਖ ਲਿਆ ਮੈਂ ਉਹਨੂੰ ਕਿਹਾ ਯਾਰ ਮੈਂ ਡੈੱਕ ਡੁੱਕ ਨਹੀਂ ਸਵਾਰਨੇ ਹੈਗੇ ਅਤੇ ਫਿਰ ਮੈਨੂੰ ਸੀਗਾ ਵੀ ਥੋੜ੍ਹਾ ਜਿਹਾ ਹੋਰ ਮਿਊਜ਼ਿਕ ਦਾ ਕਿੱਥੋਂ ਪਤਾ ਲੱਗ ਸਕਦਾ ਮੈਂ ਪਹਿਲਾਂ ਵੀ ਇੰਟਰਵਿਊ 'ਚ ਦੱਸਿਆ ਫਿਰ ਮੈਂ ਆਪਣੇ ਦਾਦੀ ਜੀ ਨੂੰ ਕਿਹਾ ਵੀ ਮੈਨੂੰ ਗੁਰਦੁਆਰਾ ਸਾਹਿਬ ਬਾਬਾ ਜੀ ਨੂੰ ਕਹੋ ਮੈਂ ਕੀਰਤਨ ਸਿੱਖਣਾ ਕਰਨਾ ਪਾਠ ਕਰਨਾ ਸਿੱਖਣਾ ਅਤੇ ਫਿਰ ਪਹਿਲੀਆਂ ਚੀਜ਼ਾਂ ਹੀ ਸੀਗੀਆਂ ਕਿਉਂਕਿ ਇਹਨਾਂ ਦਿਨਾਂ 'ਚ ਨਾ ਬਹੁਤ ਡਰ ਲੱਗਦਾ ਹੁੰਦਾ ਅਖਬਾਰ ਪੜ੍ਹਨ ਤੋਂ ਜਾਂ ਸੋਸ਼ਲ ਮੀਡੀਆ ਖੋਲ੍ਹਣ ਤੋਂ ਇਹ ਰਿਜ਼ਲਟ ਦੇ ਦੂਜੇ ਦਿਨ ਸਾਡੇ ਕੋਲ ਇਹ ਨਿਊਜ਼ ਹੁੰਦੀ ਆ ਕਿ ਘੱਟ ਨੰਬਰ ਨਾ ਆਉਣ ਦੇ ਚੱਕਰ 'ਚ ਬੱਚੇ ਨੇ ਆਪਣੀ ਲਾਈਫ ਹੀ ਖਤਮ ਕਰ ਲਈ ਹੈ ਨਾ ਜਾਂ ਪ੍ਰੈਸ਼ਰਾਈਜ਼ ਹੋਇਆ ਸੋਰੀ ਮੈਂ ਤੁਹਾਡੀ ਹਾਂ ਤੁਹਾਡੀ ਗੱਲ ਕੱਟ ਰਿਹਾ ਆਪਾਂ ਜਿੱਥੋਂ ਗੱਲ ਸ਼ੁਰੂ ਕਰੀ ਸੀ ਇਹ ਗੱਲ ਸੀ ਹੁਣ ਜੇ ਮੈਂ ਉਸ ਵੇਲੇ ਮੈਂ ਕਹਿ ਦਿੰਦਾ ਘਰਦਿਆਂ ਨੂੰ ਵੀ ਨਹੀਂ ਜੀ ਮੈਂ ਤਾਂ ਨਹੀਂ ਪੜ੍ਹਨਾ ਮੈਂ ਤਾਂ ਵੱਡਾ ਹੋ ਕੇ ਪ੍ਰੋਡਿਊਸਰ ਬਣੂੰਗਾ ਜਾਂ ਰਾਈਟਰ ਗਾਣੇ ਲਿਖਣ ਲੱਗੂੰਗਾ ਜੀ ਲਿਰਿਸਟ ਬਣੂੰਗਾ ਉਹਨੇ ਮੰਨਣਾ ਥੋੜ੍ਹੀ ਸੀ ਕਦੇ ਵੀ ਹੈ ਨਾ ਉਹਨਾਂ ਨੇ ਇਹ ਥੋੜ੍ਹੀ ਕਹਿਣਾ ਸੀ ਅੱਛਾ ਅੱਛਾ ਜੇ ਤੂੰ ਇਹ ਕਰਨਾ ਤਾਂ ਅੱਜ ਕੋਈ ਨਹੀਂ ਚੱਲ ਛੱਡ ਪੜ੍ਹਾਈ ਪੜ੍ਹੂਈ ਨੰਬਰਾਂ ਦਾ ਕੋਈ ਲੈਣਾ ਦੇਣਾ ਨਹੀਂ ਠੀਕ ਹੈ ਤੂੰ ਜੋ ਕਰਨਾ ਚਲਾ ਜਾ ਜਿਹਦੇ ਕੋਲ ਜਾਣਾ ਫਿਰ ਭਗਵੰਤ ਮਾਨ ਹੋਣੀ ਨੇ ਮੇਰੀ ਮਾਸੀ ਦੇ ਪਿੰਡ ਤੋਂ ਉਹਨਾਂ ਦੇ ਘਰਾਂ 'ਚੋਂ ਹੀ ਨੇ ਫਿਰ ਜਦੋਂ ਮਾਸੀ ਜੀ ਨੇ ਆਉਣਾ ਮਿਲਣ ਸਤੌਜ ਤੋਂ ਮੈਂ ਉਹਨਾਂ ਨੂੰ ਕਹਿਣਾ ਵੀ ਮੈਨੂੰ ਨਾ ਤੁਸੀਂ ਭਗਵੰਤ ਨੂੰ ਮਿਲਾਓ ਅਤੇ ਕਹਿੰਦੇ ਹਾਂ ਕੋਈ ਨਹੀਂ ਆਪਾਂ ਕਹਿ ਦਾਂਗੇ ਭਗਵੰਤ ਨੂੰ ਅਤੇ ਕੋਈ ਨਹੀਂ ਉਹਨੂੰ ਕਹਿ ਦਾਂਗੇ ਅੱਛਾ ਤੂੰ ਫਿਰ ਗਾਣੇ ਗਾਉਣ ਲੱਗਣਾ ਮੈਂ ਨਹੀਂ ਮੈਂ ਗਾਉਣ ਨਹੀਂ ਲੱਗਣਾ ਉਹਨੂੰ ਮੈਂ ਆਪ ਹੀ ਦੱਸ ਦੂੰ ਮੈਂ ਗਾਣੇ ਲਿਖਣੇ ਨੇ ਅਤੇ ਇੱਦਾਂ ਕਰਨਾ ਕਹਿੰਦੇ ਅੱਛਾ ਕਹਿੰਦੇ ਕੋਈ ਨਹੀਂ ਆਪਾਂ ਕਹਿ ਦਾਂਗੇ ਅਤੇ ਉਹਨਾਂ ਨੇ ਜਦੋਂ ਵੀ ਆਉਣਾ ਜਿੱਥੇ ਵੀ ਚਾਹੇ ਮੈਂ ਨਾਨਕੇ ਜਾਣਾ ਚਾਹੇ ਉਹਨਾਂ ਕੋਲ ਜਾਣਾ ਮੈਂ ਉਹਨਾਂ ਨੂੰ ਕਹਿਣਾ ਵੀ ਮੈਨੂੰ ਨਾ ਤੁਸੀਂ ਭਗਵੰਤ ਮਾਨ ਨੂੰ ਕਹੋ ਵੀ ਆਪਣੇ ਨਾਲ ਰੱਖ ਲਵੇ ਤਾਂ ਉਹਨੂੰ ਕਹਿਣਾ ਹਾਂ ਕੋਈ ਨਹੀਂ ਕਹਿ ਦਾਂਗੇ ਹਾਂਜੀ ਉਹ ਸਵਾਬ ਨਹੀਂ ਬਣਿਆ ਕਦੇ ਮਿਲੇ ਨਹੀਂ ਮੈਂ ਮਗਰੋਂ ਭਗਵੰਤ ਮਾਨ ਹੋਣਾ ਨੂੰ ਮਗਰੋਂ ਇਹ ਗੱਲ ਦੱਸੀ ਪਰ ਇਹ ਜ਼ਰੂਰ ਆਪਾਂ ਕਹਿ ਸਕਦੇ ਹਾਂ ਵੀ ਜ਼ਰੂਰੀ ਨਹੀਂ ਵੀ ਜਿਹਨੇ ਆਪਣਾ ਪੜ੍ਹਾਈ 'ਚ ਨਹੀਂ ਚੰਗਾ ਹੈਗਾ ਉਹ ਪੜ੍ਹ ਕੇ ਚੰਗੇ ਨੰਬਰ ਨਹੀਂ ਲੈ ਸਕਿਆ ਤਾਂ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਉਹ ਜ਼ਿੰਦਗੀ 'ਚ ਕੁਛ ਨਹੀਂ ਕਰ ਸਕਦਾ ਬਿਲਕੁਲ ਸੋ ਪਰ ਇਹ ਹੁਣ ਤੁਹਾਡੇ ਸ਼ੋਅਜ਼ ਦੀ ਵੀ ਗੱਲ ਚੱਲ ਰਹੀ ਆ ਤੁਸੀਂ ਅੱਗੇ ਟੂਰ ਲਾਉਣ ਜਾ ਰਹੇ ਹੋ ਇੱਕ ਅਤੇ ਉਹਦੇ ਲਈ ਕੀ ਖਾਸ ਤਿਆਰੀ ਚੱਲ ਰਹੀ ਆ ਕਿਉਂਕਿ ਸਾਡੇ ਲੋਕ ਬਹੁਤ ਜੱਜ ਕਰਦੇ ਹਾਂਜੀ ਹਾਂਜੀ ਇਹ ਗੱਲ ਮੈਂ ਪਰੀ ਨੂੰ ਦੱਸ ਰਿਹਾ ਸੀਗਾ ਹੈ ਨਾ ਮੈਂ ਵੈਸੇ ਇਹਨੂੰ ਪਤਾ ਹੀ ਆ ਮੈਂ ਵੀ ਉਹ ਜਿਹੜੀ ਚੀਜ਼ ਆਪਾਂ ਕਰਨੀ ਆ ਨਾ ਅਤੇ ਮੈਂ ਜੇ ਆਪਣੇ ਗਾਣੇ ਰਿਕਾਰਡ ਹੋਏ ਗਾਣਿਆਂ 'ਚ ਆਪਣੇ ਕਿਸੇ ਗਾਣੇ ਨੂੰ ਜਾਂ ਆਪਣੇ ਲਾਂਚ ਕੀਤੇ ਆਰਟਿਸਟਾਂ 'ਚੋਂ ਕਿਸੇ ਸਿੰਗਰ ਨੂੰ ਅੱਜ ਤੱਕ ਕਿਸੇ ਨੇ ਇਹ ਨਹੀਂ ਕਿਹਾ ਵੀ ਇਹ ਬੇਸੁਰਾ ਗਾਉਂਦਾ ਜਾਂ ਇਹ ਗਲਤ ਗਾਉਂਦਾ ਮੈਂ ਆਪਾਂ ਇਹ ਗੱਲ ਲਿਖਵਾਉਣੀ ਨਹੀਂ ਕਿਸੇ ਤੋਂ ਤਾਂ ਚੱਕਰੀ ਕੋਈ ਨਹੀਂ ਬਹੁਤ ਮਿਹਨਤ ਕਰ ਰਹੀ ਹੈ ਅਤੇ ਅੱਗੇ ਹੋਰ ਕੀ ਪਲੈਨ ਆ ਦਿਲ ਸੇ ਗਾਣਾ ਗਲੀ ਤੇਰੀ ਸੇ ਗਾਣਾ ਆਇਆ ਅਤੇ ਉਸ ਤੋਂ ਬਾਅਦ ਹੋਰ ਇੱਕ ਤਾਂ ਚਲੋ ਤੁਹਾਡਾ ਹੁਣ ਟੂਰ ਹੋਊਗਾ ਇਸ ਤੋਂ ਇਲਾਵਾ ਹੋਰ ਕੀ ਆ ਰਿਹਾ ਵਾ ਅੱਗੇ ਹਾਲੇ ਤਾਂ ਪ੍ਰੈਕਟਿਸ ਹੀ ਚੱਲ ਰਹੀ ਹੈ ਕੋਈ ਗਾਣਾ ਹਾਂ ਇੱਕ ਗਾਣਾ ਬਣਿਆ ਪਿਆ
ਉਹ ਹੁਣ ਥੋੜ੍ਹੇ ਦਿਨਾਂ ਨੂੰ ਕੱਢ ਲਾਂਗੇ। ਸਟਾਰ ਗਾਣਾ ਉਹਦਾ ਟਾਈਟਲ ਆ, ਪਰ ਉਹ ਗਾਣਾ ਹਾਂ ਉਹ ਇੱਕ ਐਲਬਮ ਕਰ ਰਹੇ ਹਾਂ 6 ਗਾਣਿਆਂ ਦੀ। ਈਪੀ ਭਾਜੀ ਨਾ ਐਲਬਮ ਨਹੀਂ, ਉਹ 6 ਜੇ 7-8 ਹੋ ਗਏ ਤਾਂ ਐਲਬਮ ਬਣ ਜੂ, ਨਹੀਂ ਤਾਂ ਈਪੀ ਹੋ ਜੂਗਾ ਹਨਾ। ਅੱਧੇ ਅੱਧੇ ਅੱਧੀ ਐਲਬਮ ਨੂੰ ਅੱਧੀ ਕੈਸਟ ਨੂੰ ਈਪੀ ਕਹਿ ਦਿੰਦੇ ਆ, ਇੱਕ ਪਾਸਾ ਏ ਸਾਈਡ ਜਾਂ ਬੀ ਸਾਈਡ। ਤਾਂ ਉਹ ਉਹਦੇ 'ਚ ਕੀ ਹੈਗਾ ਵੀ ਇਹਨਾਂ ਦੇ ਸਾਰਿਆਂ ਦਾ ਇੱਕ ਇੱਕ ਗਾਣਾ, ਇੱਕ ਪਰੀ ਦਾ ਗਾਣਾ, ਇੱਕ ਅਸਮੀਤ ਦਾ ਗਾਣਾ, ਇੱਕ ਸੋਫੀਆ ਦਾ, ਇੱਕ ਬਸੰਤ ਦਾ, ਇੱਕ ਪ੍ਰਭ ਦਾ ਅਤੇ ਜਸ਼ਨ ਦਾ ਅਤੇ ਚੇਤ ਦਾ। ਤਾਂ ਉਹ ਮਿਕਸ ਜਾਂ ਇੱਕ ਉਹਦਾ ਇੱਕ ਨਵਾਂ ਜਿਹਾ ਕੋਨਸੈਪਟ ਆ। ਤਾਂ ਉਹਦਾ ਵੀਡੀਓ ਆ ਜਿਹੜਾ ਉਹ ਸਾਰਿਆਂ ਦਾ ਇੱਕੋ ਹੀ ਵੀਡੀਓ ਆ, ਅਤੇ ਉਹ ਪੂਰਾ ਕਾਫੀ ਮਤਲਬ ਉਹਦਾ ਵੀਡੀਓ ਉਹ ਲੰਬਾ ਹੋਊਗਾ। ਇੱਕ ਗਾਣਾ ਚੱਲਿਆ ਫਿਰ ਦੂਜਾ ਚੱਲਿਆ, ਇੱਦਾਂ ਇੱਦਾਂ। ਉਹਦੇ 'ਚ ਪਰੀ ਵਾਲੇ ਗਾਣੇ ਦਾ ਸ਼ੂਟ ਹੋ ਗਿਆ, ਉਹ ਤੋਂ ਸ਼ੁਰੂ ਹੋਣਾ, ਅਤੇ ਬਾਕੀਆਂ ਦੇ ਹੁਣ ਉਹਦੇ ਸ਼ੂਟ ਕਰਨੇ ਨੇ। ਉਹ ਸਟਾਰ ਗਾਣੇ ਦਾ ਪਰੀ ਦਾ ਪੋਸਟਰ ਵੀ ਪਾਇਆ ਹੋਇਆ ਸੀ, ਪਰ ਉਹ ਜਿਹੜਾ ਇਹਦਾ ਉਹ ਗਾਣਾ ਸਟਾਰ, ਉਹਦੇ 'ਚ ਮੈਂ ਆਪਦੀਆਂ ਗੱਲਾਂ ਜਿਹੀਆਂ ਕੀਤੀਆਂ ਨੇ। ਉਹ ਬਣਾਉਂਦੇ ਸੀਗੇ ਇੱਕ ਦਿਨ ਅਤੇ ਉਹ ਠੀਕ ਬਣ ਗਿਆ। ਮੈਂ ਪਰੀ ਨੂੰ ਕਿਹਾ, ਮੈਂ ਗਾ ਕੇ ਦੇਖੀਆਂ ਲਾਈਨਾਂ ਅਤੇ ਉਹ ਵਧੀਆ ਲੱਗਿਆ, ਅਤੇ ਉਹ ਵਧੀਆ ਬਣ ਗਿਆ। ਉਹ ਮਤਲਬ ਮੈਂ ਸਾਰੀਆਂ ਆਪਣੀਆਂ ਗੱਲਾਂ ਕੀਤੀਆਂ ਨੇ, ਲਾਸਟ ਦੀਆਂ 2 ਲਾਈਨਾਂ 'ਚ ਪਰੀ ਦੀਆਂ ਗੱਲਾਂ ਕੀਤੀਆਂ ਨੇ। ਚਲੋ ਅਸੀਂ ਕਹਿ ਸਕਦੇ ਹੁਣ ਸਾਨੂੰ ਐਕਸਕਲੂਸਿਵ ਗਾਣਾ ਸੁਣਾਓ, ਨਹੀਂ ਤੁਹਾਡਾ ਮਨ ਆ ਅਗਰ ਉਹ ਸੁਣਾਉਣਾ ਜਾਂ ਕੋਈ ਹੋਰ ਗਾਣਾ ਇੱਕ ਉਹਦੀਆਂ ਸੁਣਾ ਦੇ, ਭਾਵੇਂ ਕੋਈ ਲਾਈਨਾਂ ਸੁਣਾਉਂਦੀਆਂ ਸੁਣਾਉਣੀਆਂ ਨੇ ਪਰੀ। ਨਹੀਂ ਮੈਂ ਸ਼ੀਸ਼ੇ ਦੀ ਸੁਣਾਉਂਦਾ, ਸ਼ੀਸ਼ੇ ਦੀ ਸੁਣਾ। ਵੇਖ ਕੇ ਮੇਰਾ ਹੁਸਨ ਹਾਣੀਆਂ, ਸਾ ਮੁੰਡਿਆਂ ਦੇ ਰੁਕਣ ਹਾਣੀਆਂ, ਡਰ ਲੱਗਦਾ ਟੂਣੇ ਹਾਰੇ ਅੱਖਨਾ, ਲੱਗਦਾ ਟੂਣੇ ਹਾਰੇ ਅੱਖਨਾ, ਕਰਦੇ ਵੇਹਣ ਹੋਣੀ ਮੈਨੂੰ ਦੱਸਿਆ ਸ਼ੀਸ਼ੇ ਨੇ, ਵੀ ਮੈਂ ਸਭ ਕੁੜੀਆਂ ਤੋਂ ਸੋਹਣੀ, ਮੈਨੂੰ ਦੱਸਿਆ ਸ਼ੀਸ਼ੇ ਨੇ, ਵੀ ਮੈਂ ਸਭ ਕੁੜੀਆਂ ਤੋਂ ਸੋਹਣੀ। ਬਹੁਤ ਮਿਹਰਬਾਨੀ, ਬਹੁਤ ਸੋਹਣਾ। ਇੰਟਰਵਿਊ ਖਤਮ ਕਰਨ ਤੋਂ ਪਹਿਲਾਂ ਇੱਕ ਆਖਰੀ ਸਵਾਲ ਭਾਜੀ, ਅਸੀਂ ਨਾ ਜਦੋਂ ਆਰਟਿਸਟਾਂ ਨੂੰ ਇੰਟਰਵਿਊ ਕਰਨ ਜਾਂਦੇ ਹਾਂ ਤਾਂ ਉਹਨਾਂ ਦੇ ਵੀ ਅਕਸਰ ਇੱਦਾਂ ਦਾ ਬੈਗ ਪਾਇਆ ਹੁੰਦਾ, ਆਪਣੀ ਟੀਮ ਬਾਅਦ 'ਚੋਂ ਗੱਲਾਂ ਕਰਦੀ ਹੁੰਦੀ ਆ ਵੀ ਬੈਗ 'ਚ ਕੀ ਹੁੰਦਾ ਹੋਊਗਾ ਜਾਂ ਕਿਉਂ ਨਾਲ ਰੱਖਦੇ ਨੇ ਆਰਟਿਸਟ, ਤੁਹਾਨੂੰ ਪਤਾ ਤੁਸੀਂ ਵੀ ਅੱਜ ਪਾਇਆ ਹੋਇਆ, ਇਹ ਕਿਉਂ ਨਾਲ ਰੱਖਦੇ ਨੇ ਆਰਟਿਸਟ? ਇਹ ਹੁਣੇ ਸ਼ੁਰੂ ਕਰਿਆ 4-5 ਦਿਨ ਪਹਿਲਾਂ, ਅਤੇ ਸਮਾਨ ਪਹਿਲਾਂ ਮੈਂ ਜੇਬਾਂ 'ਚ ਪਾ ਲੈਂਦਾ ਸੀ, ਪਰ ਇਹ 'ਚ ਵੱਧ ਸਮਾਨ ਪੈ ਜਾਂਦਾ ਥੋੜ੍ਹਾ ਜਿਹਾ। ਅੱਛਾ, ਇੱਕ ਦਿਨ ਬੈਠੇ ਸੀਗੇ ਸਟੂਡੀਓ, ਤਾਂ ਦੁਪਹਿਰੇ ਆਰਟਿਸਟ ਨੇ ਉਹਨਾਂ ਨੇ ਪਾਇਆ ਹੋਇਆ ਸੀਗਾ, ਤਾਂ ਸ਼ਾਮ ਨੂੰ ਦੂਜੇ ਆਰਟਿਸਟ ਆਏ, ਉਹਨਾਂ ਨੇ ਵੀ ਪਾਇਆ ਹੋਇਆ ਸੀ। ਮੈਂ ਯਾਰ ਇਹ ਦੁਪਹਿਰੇ ਵੀ ਪਾਇਆ ਸੀ, ਹੋਰ ਵੀ ਮੈਂ ਵਧੀਆ ਲੱਗਦਾ ਸਮਾਨ ਸਮੂਨ ਪਾਉਣ ਨੂੰ। ਤਾਂ ਉਹ ਤੋਂ ਨੈਕਸਟ ਡੇ ਉਹਨਾਂ ਨੇ ਮੈਨੂੰ ਲਿਆ ਕੇ ਗਿਫਟ ਕਰਤਾ, ਇਹ ਮੈਂ ਨਹੀਂ ਲਿਆ, ਅਤੇ ਉਹਨਾਂ ਨੇ ਮੈਨੂੰ ਇਹ ਗਿਫਟ ਕਰਤਾ, ਅਤੇ ਇਹਦੇ 'ਚ ਹੁਣ ਮੈਂ ਕਾਫੀ ਸਮਾਨ ਪਾਇਆ ਹੋਇਆ ਵਿੱਚ। ਕੁੱਲ ਮਿਲਾ ਕੇ ਤੁਹਾਡੇ ਮਤਲਬ ਪਰਸਨਲ ਬਿਲੋਂਗਿੰਗਸ ਹੁੰਦੀਆਂ ਨੇ ਤੁਹਾਡੀ? ਹਾਂ ਹਾਂ, ਮੈਂ ਕੁਛ ਸਮਾਨ ਦਿਖਾ ਨਹੀਂ ਸਕਦਾ, ਜਿਵੇਂ ਆ ਕਾਰਡ ਕੂਡ ਨੇ, ਮਾਸਕ ਹੈ, ਫੋਨ ਹੈ, ਅਤੇ ਆ ਪਰਫਿਊਮ ਹੈ, ਕੁਛ ਇੱਕ ਦੋ ਹੋਰ ਚੀਜ਼ਾਂ ਨੇ, ਉਹ ਮੈਂ ਦਿਖਾਉਣੀਆਂ ਨਹੀਂ। ਠੀਕ, ਸੋ ਮਤਲਬ ਕੁੱਲ ਮਿਲਾ ਕੇ ਇੱਥੇ ਤੁਹਾਡੇ ਵਰਤਣ ਵਾਲਾ ਸਮਾਨ ਹੀ ਹੁੰਦਾ? ਵਰਤਣ ਵਾਲਾ ਸਮਾਨ, ਪਰ ਮੈਨੂੰ ਵਧੀਆ ਲੱਗਿਆ। ਮੈਂ ਇਹਨੂੰ ਹੁਣ ਜਿਵੇਂ ਇੱਥੇ ਪਾ ਕੇ, ਹੁਣ ਇੰਟਰਵਿਊ 'ਚ ਵੀ ਪਾ ਕੇ ਬੈਠਾ, ਇਹ ਮੈਂ ਪਾ ਕੇ ਤਾਂ ਬੈਠਾ, ਇਹ ਮੈਂ ਨਵਾਂ ਨਵਾਂ ਪਾਉਣਾ ਸ਼ੁਰੂ ਕੀਤਾ ਸੀ, ਪਰਸੋਂ ਮੈਂ ਕਿਤੇ ਭੁੱਲ ਗਿਆ। ਅੱਛਾ ਜੀ, ਠੀਕ। ਫਿਰ ਵਾਪਸ ਜਾ ਕੇ ਫਿਰ ਲੈ ਕੇ ਆਉਣਾ ਪਿਆ, ਤਾਂ ਹੁਣ ਮੈਂ ਇਹ ਸੋਚਿਆ ਮੈਂ 4-5 ਦਿਨ ਇਹਨੂੰ ਆਦਤ ਲਾਉਣਾ ਹੀ ਨਹੀਂ, ਪਾ ਕੇ ਰੱਖਣ ਦੀ ਆਦਤ ਪਾ ਲਾਂ। ਪਰ ਠੀਕ ਆ, ਸਮਾਨ ਕੈਰੀ ਕਰਨ ਨੂੰ ਕੁੜੀਆਂ ਤਾਂ ਰੱਖਦੀਆਂ ਹੀ ਨੇ, ਮੁੰਡੇ ਨਹੀਂ ਰੱਖਦੇ, ਮੁੰਡੇ ਜੇਬਾਂ ਜੂਬਾਂ 'ਚ ਪਾ ਲੈਂਦੇ ਨੇ। ਇਸੇ ਕਰਕੇ ਜ਼ਿਆਦਾ ਸਵਾਲ ਹੁੰਦਾ ਵੀ ਇਹ 'ਚ ਕੀ ਹੁੰਦਾ ਹੋਊਗਾ। ਪਰ ਠੀਕ ਹੈ, ਇਹ ਮੈਨੂੰ ਤਾਂ ਇਹ ਪਤਾ ਵੀ ਨਹੀਂ ਵੀ ਕੁੜੀਆਂ ਵਾਲਾ ਜਾਂ ਮੁੰਡਿਆਂ ਵਾਲਾ, ਮੁੰਡਿਆਂ ਵਾਲਾ ਲੱਗਦਾ, ਇਹ ਯੂਨੀਵਰਸਲ ਆ ਭਾਜੀ, ਮੁੰਡੇ ਵੀ ਪਾ ਸਕਦੇ ਨੇ ਕੁੜੀਆਂ ਵੀ। ਮੈਂ ਪੁੱਛਿਆ ਵੀ ਕਿਸੇ ਤੋਂ, ਕਹਿੰਦੇ ਇਹਨੂੰ ਥੋੜ੍ਹਾ ਜਿਹਾ ਛੋਟਾ ਕਰਕੇ ਪਾ ਲਓ ਤਾਂ ਮੁੰਡਿਆਂ ਵਾਲਾ ਹੁੰਦਾ, ਲੰਬਾ ਕਰਕੇ ਪਾ ਲਓ ਕੁੜੀਆਂ ਵਾਲਾ ਹੁੰਦਾ। ਠੀਕ ਹੈ, ਪਰ ਵਧੀਆ ਚੀਜ਼ ਆ ਇਹ ਵੀ, ਕੋਈ ਵੀ ਪਾ ਸਕਦਾ। ਸੋ ਬਹੁਤ ਸ਼ੁਕਰੀਆ ਤੁਸੀਂ ਸਾਡੇ ਲਈ ਸਮਾਂ ਕੱਢਿਆ ਦੋਨਾਂ ਨੇ, ਪਰੀ ਤੁਹਾਡਾ ਬਹੁਤ ਸ਼ੁਕਰੀਆ, ਅਤੇ ਤੁਹਾਡੇ ਫਿਊਚਰ ਦੇ ਲਈ, ਤੁਹਾਡੇ ਪ੍ਰੈਜੈਂਟ ਦੇ ਲਈ ਅਸੀਂ ਗੁੱਡ ਵਿਸ਼ਿਸ ਦਿੰਦੇ ਹਾਂ। ਸੋਹਣਾ ਹੋਵੇ, ਵਧੀਆ ਤੁਸੀਂ ਸਸਟੇਨ ਕਰੋ ਇੰਡਸਟਰੀ ਦੇ ਵਿੱਚ, ਪੋਜ਼ਿਟਿਵਿਟੀ ਵੱਲ ਜ਼ਿਆਦਾ ਧਿਆਨ ਦਿਓ, ਨੈਗੇਟਿਵਿਟੀ ਨੂੰ ਛੱਡ ਦਿਓ। ਸੋ ਭਾਜੀ ਤੁਹਾਡੇ ਲਈ ਵੀ ਬਹੁਤ ਬਹੁਤ ਸ਼ੁਕਰੀਆ, ਤੁਹਾਡੇ ਲਈ ਵੀ ਦੁਆਵਾਂ, ਅਸੀਂ ਹਮੇਸ਼ਾ ਤੁਹਾਡੇ ਤੋਂ ਮੰਗਦੇ ਹੁੰਦੇ ਹਾਂ, ਪਰ ਇੰਟਰਵਿਊ 'ਚ ਮੈਂ ਕਹਿ ਸਕਦੀ ਹਾਂ। ਥੈਂਕ ਯੂ, ਥੈਂਕ ਯੂ, ਬਹੁਤ ਚੰਗਾ ਲੱਗਿਆ, ਅਤੇ ਬਾਕੀ ਬੀ ਸੋਸ਼ਲ ਦੇਖਣ ਵਾਲੇ ਸਾਰੇ ਸਰੋਤਿਆਂ ਦਾ ਧੰਨਵਾਦ। ਤੁਸੀਂ ਇਹਨਾਂ ਦੀ ਮਿਹਨਤ ਤੁਸੀਂ ਸੋਚ ਨਹੀਂ ਸਕਦੇ, ਕਿਸ ਦਿਨ ਇਹ ਦਿਖਾਉਣਗੇ ਇੱਥੇ ਵੀ ਸਾਰੇ ਜਾਣਿਆਂ ਦੀ, ਅਤੇ ਤੁਸੀਂ ਇਹਨਾਂ ਦੀ ਮਿਹਨਤ ਨੂੰ ਇੰਨਾ ਪਸੰਦ ਕਰਦੇ ਹੋ, ਇੰਨਾ ਪਿਆਰ ਦਿੰਦੇ ਹੋ, ਅਤੇ ਕਦੇ ਵੀ
ਇਹ ਇੱਦਾਂ ਦੀ ਕੋਈ ਥੰਬਨੇਲ ਨਹੀਂ ਲਾਉਂਦੇ ਕਿ ਫਲਾਣੇ ਨੇ ਕੀਤੇ ਖੁਲਾਸੇ, ਫਲਾਣੇ ਨੇ ਖੋਲ੍ਹੇ ਭੇਦ, ਜਾਂ ਫਲਾਣੇ ਨੇ ਇੱਦਾਂ ਕੀਤਾ। ਤੁਸੀਂ ਤਾਂ ਵੀ ਹਰ ਇੱਕ ਐਪੀਸੋਡ ਨੂੰ ਵੇਖਦੇ ਹੋ। ਮੈਂ ਬੜੇ ਵਾਰੀ ਕਮੈਂਟ ਪੜ੍ਹੇ ਨੇ ਕਿੰਨੇ ਹੀ ਐਪੀਸੋਡਸ 'ਤੇ, ਫੇਸਬੁੱਕ 'ਤੇ ਵੀ, ਇੰਸਟਾਗ੍ਰਾਮ 'ਤੇ ਵੀ, ਯੂਟਿਊਬ 'ਤੇ ਵੀ, ਹੁਣ ਤਾਂ ਸਪੋਟੀਫਾਈ 'ਤੇ ਵੀ ਸ਼ੁਰੂ ਹੋਇਆ ਹੋਇਆ। ਅਤੇ ਹੁਣੇ ਗੁਰਸ਼ਬਦ ਗਿਆ ਤੁਹਾਡੇ ਕੋਲ ਇੰਟਰਵਿਊ ਕਰਕੇ, ਉਹ ਕਹਿੰਦਾ ਮੈਂ ਸਪੋਟੀਫਾਈ 'ਤੇ ਤੁਸੀਂ ਬਹੁਤ ਵਧੀਆ, ਮੈਂ ਸਪੋਟੀਫਾਈ 'ਤੇ ਸੁਣਦਾ ਹੁੰਦਾ ਵੀ ਸੋਸ਼ਲ। ਹੋਰ ਵੀ ਕਈ ਜਣਿਆਂ ਨੇ ਮੈਨੂੰ ਕਿਹਾ, ਆਮ ਲੋਕ ਵੀ ਕਹਿੰਦੇ ਨੇ ਮੈਨੂੰ ਕਿ ਜਿਹੜਾ ਮੇਰਾ ਅਤੇ ਪ੍ਰੀਤ ਵਾਲਾ ਇੰਟਰਵਿਊ ਸੀਗਾ, ਹਾਂਜੀ, ਕੱਲ੍ਹ ਪਠਾਨਕੋਟ ਤੋਂ ਆ ਰਿਹਾ ਸੀ, ਹਵੇਲੀ ਰੁਕੇ ਤਾਂ ਉੱਥੇ ਫੈਮਿਲੀ ਸੀ ਇੱਕ, ਤਾਂ ਉਹ ਮਿਲੇ, ਕਹਿੰਦੇ ਅਸੀਂ ਤੁਹਾਡੇ ਗਾਣੇ ਸੁਣਦੇ ਸੀਗੇ ਅਤੇ ਸਾਨੂੰ ਵਧੀਆ ਲੱਗਦੇ ਸੀ, ਪਰ ਜਦੋਂ ਦਾ ਤੁਹਾਡਾ ਉਹ ਇੰਟਰਵਿਊ ਅਸੀਂ ਸੁਣਿਆ ਅਤੇ ਅਸੀਂ ਸਾਰੀ ਫੈਮਿਲੀ ਨੇ ਉਹ ਪੂਰਾ 1.5-2 ਘੰਟੇ ਦਾ ਜਿੰਨਾ ਵੀ ਸੀਗਾ ਕਹਿੰਦੇ ਅਸੀਂ ਸੁਣਿਆ, ਸਾਨੂੰ ਬਹੁਤ ਚੰਗਾ ਲੱਗਿਆ। ਅਤੇ ਸੱਚੀ ਪਲੈਨਡ ਚੀਜ਼ਾਂ ਨਹੀਂ ਸੀਗੀਆਂ, ਇਹਨਾਂ ਨੇ ਆਪੇ ਗਈਆਂ। ਹਾਂ, ਇਹਨੀਆਂ ਆਪੇ ਗਈਆਂ ਨੇ। ਸੋ ਇੱਕ ਵਾਰ ਫਿਰ ਤੋਂ ਤੁਹਾਡਾ ਬਹੁਤ ਸ਼ੁਕਰੀਆ ਭਾਅ ਜੀ, ਅਤੇ ਥੈਂਕ ਯੂ ਸੋ ਮੱਚ ਭਾਅ ਜੀ, ਤੁਸੀਂ ਇੰਟਰਵਿਊ ਦਾ ਹਿੱਸਾ ਬਣੇ, ਸਾਡੇ ਖਾਸ ਸੱਦੇ 'ਤੇ ਤੁਸੀਂ ਪਹੁੰਚੇ, ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਸਤਿ ਸ਼੍ਰੀ ਅਕਾਲ। ਸੋ ਦੋਸਤੋ, ਇਹ ਸਨ ਸਾਡੇ ਨਾਲ ਪਰੀ ਪੰਦੇਰ ਅਤੇ ਬੰਟੀ ਬੈਂਸੂਰੀ, ਗੱਲਬਾਤ ਕਰ ਰਹੇ ਸਨ ਆਪਣੇ ਆਏ ਹੋਏ ਗੀਤਾਂ ਬਾਰੇ, ਪ੍ਰੋਜੈਕਟਾਂ ਬਾਰੇ, ਇੰਡਸਟਰੀ ਬਾਰੇ, ਜਾਂ ਆਪਣੇ ਆਉਣ ਵਾਲੇ ਨਵੇਂ ਪ੍ਰੋਜੈਕਟਸ ਦੇ ਬਾਰੇ। ਪਰੀ ਪੰਦੇਰ ਹੋਰਾਂ ਦੇ ਨਾਲ ਤੁਸੀਂ ਸੋਸ਼ਲ ਮੀਡੀਆ 'ਤੇ ਵੀ ਜੁੜ ਸਕਦੇ ਹੋ, ਉਹਨਾਂ ਦਾ ਪੇਜ ਤੁਸੀਂ ਫੋਲੋ ਕਰ ਸਕਦੇ ਹੋ। ਬਾਕੀ ਮੈਨੂੰ ਗੁਰਦੀਪ ਗਰੇਵਾਲ ਨੂੰ ਇਜਾਜ਼ਤ ਦੇ ਦਿਓ, ਆਪਾਂ ਫਿਰ ਮਿਲਦੇ ਹਾਂ, ਸਤਿ ਸ਼੍ਰੀ ਅਕਾਲ।